रेडियो चन प्रदेशी दे मान वास्ते स्रोत स्वागत करदा तुहाडे रेडियो चन प्रदेशी दी पंजाबी सत विच। मैं हां तुहाडा दोस्त होस्ट सरवण सिंह टवाणा ते मेरा साथ दे रहे ने सीनियर पत्रकार सरदार संतोख सिंह जी। गिल साहब सत श्री अकाल जी, की हाल चाल ने जी? ਟਵਾਣਾ ਜੀ ਸਤਿ ਸ੍ਰੀ ਅਕਾਲ, ਹਾਲ ਚਾਲ ਚੰਗੇ ਨੇ ਜੀ, ਤੁਹਾਡਾ ਹੀ ਖਿਆਲ ਕਰ ਰਹੇ ਸੀ। ਮੈਨੂੰ ਤਾਂ ਜੀ ਅੱਜ ਖੁਸ਼ੀ ਬੜੀ ਹੈ, ਖੁਸ਼ੀ ਇਸ ਕਰਕੇ ਹੈ ਕਿਉਂਕਿ ਅੱਜ ਤੋਂ ਮਗਰੋਂ ਮੇਰੀਆਂ ਤਿੰਨ ਛੁੱਟੀਆਂ ਨੇ ਤੇ ਕੱਲ ਨੂੰ ਅਸੀਂ ਰੌਣਕਾਂ ਲਾਉਣੀਆਂ ਨੇ ਗੁਰਨਾਮ ਭੁੱਲਰ ਤੇ ਬਾਣੀ ਸੰਧੂ ਜਿਹੜੀ ਹੈ ਨਾਲ ਕੁਲਦੀਪ ਮਾਣਕ ਦੀ ਸਪੁੱਤਰੀ ਸ਼ਕਤੀ ਮਾਣਕ ਦੇ ਨਾਲ ਉੱਥੇ ਹੋਣਗੇ ਜੀ ਮੇਲੇ ਤੇ ਰੌਣਕਾਂ ਲੱਗਣ ਗਿਆ। ਸਾਡਾ ਜਿਹੜਾ ਪੰਜਾਬੀ ਭਾਈਚਾਰਾ ਜਿਹਦੇ ਵਿਚ ਜ਼ਿਆਦਾ ਵੱਧ ਤੋਂ ਵੱਧ ਰੇਡੀਓ ਚੰਨ ਪ੍ਰਦੇਸ਼ੀ ਦੇ ਸਰੋਤੇ ਨੇ ਉਹਨਾਂ ਦੇ ਵੀ ਦਰਸ਼ਨ ਮਿਲਣਗੇ ਹੋਣਗੇ। ਸਪੌਂਸਰਾਂ ਦੇ ਖਾਸ ਕਰਕੇ ਜਿਹੜੇ ਸਾਡੇ ਸਪੌਂਸਰ ਨੇ ਇਹ ਸ਼ੋਅ ਦੇ ਉਹਨਾਂ ਦੇ ਵੀ ਸਾਡੇ ਜਿਹੜੇ ਦਰਸ਼ਨ ਸਾਨੂੰ ਹੋਣਗੇ। ਬੜੀ ਖੁਸ਼ੀ ਦੀ ਗੱਲ ਹੈ, ਬੜਾ ਹੁਮ ਹਮਾ ਕੇ ਲੋਕ ਆ ਰਹੇ ਨੇ ਤੇ ਬੜੀ ਗੁੱਡ ਰਿਸਪੌਂਸ ਜਿਹਨੂੰ ਕਹਿੰਦੇ ਆ, ਵੱਡਾ ਭਾਰੀ ਰਿਸਪੌਂਸ ਸਾਨੂੰ ਮਿਲਿਆ ਇਕੱਲੇ ਪੰਜਾਬੀ ਭਾਈਚਾਰੇ ਉੱਤੇ ਨਹੀਂ ਸਗੋਂ ਅਮੈਰੀਕਨ ਕੰਪਨੀਆਂ ਤੋਂ ਵੀ ਅਤੇ ਵੱਡੇ ਵੱਡੇ ਬਿਜ਼ਨਸਮੈਨਾਂ ਤੋਂ ਜਿਨ੍ਹਾਂ ਦੇ ਵਿਚ ਆਪਾਂ ਨੇ ਅੱਗੇ ਵੀ ਗੱਲ ਕੀਤੀ ਸੀ, ਆਰ ਐਂਡ ਆਰ ਪੈਟਰੋਲੀਅਮ ਵਾਲੇ ਜਾਂ ਢੀਂਡਸਾ ਪੈਟਰੋਲੀਅਮ, ਲੂਕ ਆਇਲ ਕੰਪਨੀ ਤੇ ਹੈ ਕਿ ਨਹੀਂ ਇੱਕ ਅਜਿਹੀ ਕੰਪਨੀ ਆ ਜਿਹੜੀ ਸਟੋਰਾਂ ਦੇ ਉੱਤੇ ਗਰੋਸਰੀ ਸਪਲਾਈ ਕਰਦੀ ਆ। ਹੋਰ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਇਸ ਕੰਮ ਦੇ ਲਈ ਸਾਡਾ ਬੜਾ ਸਾਥ ਦੇ ਰਹੀਆਂ ਨੇ ਤੇ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉੱਥੇ ਨਾਲ ਦੀ ਨਾਲ ਹੀ ਅਸੀਂ ਮਾਣ ਹੈ ਸਾਨੂੰ ਸਾਡੇ ਸਰੋਤਿਆਂ ਤੇ ਸਾਰੇ ਵੀਰਾਂ ਦੇ ਉੱਤੇ। ਜੀ ਗਿੱਲ ਸਾਹਿਬ, ਹਾਂ ਦਵਾਣਾ ਜੀ, ਮੈਂ ਵੀ ਲਗਾਤਾਰ ਦੇਖ ਰਿਹਾ ਵਾ, ਸੋਸ਼ਲ ਮੀਡੀਆ ਦੇ ਉੱਤੇ ਵੀ ਇਹਦੀ ਬੜੀ ਚਰਚਾ ਹੋ ਰਹੀ ਹੈ ਪਿਛਲੇ ਦਿਨਾਂ ਤੋਂ ਤੇ ਸਾਡਾ ਅਦਾਰਾ ਤਾਂ ਜਿਹੜਾ ਉਹ ਕਰ ਹੀ ਰਿਹਾ ਲੇਕਿਨ ਸੋਸ਼ਲ ਮੀਡੀਆ ਤੇ ਵੀ ਇਹਦੀ ਕਾਫੀ ਚਰਚਾ ਮੈਂ ਦੇਖਣ ਸੁਣਨ ਨੂੰ ਮਿਲੀ ਆ ਤੇ ਆਰ ਐਂਡ ਆਰ ਟੱਕਰ ਆਇਲ ਕੰਪਨੀ ਜਿਹੜੀ ਆ ਇਹ ਮੇਰੀ ਭੂਆ ਦੇ ਲੜਕੇ ਨੇ ਰਣਜੀਤ ਸਿੰਘ ਤੇ ਰਿਸ਼ਪਾਲ ਸਿੰਘ ਦੋਨੋਂ ਉਹਨਾਂ ਦੇ ਨਾਂ ਤੇ ਆਰ ਐਂਡ ਆਰ ਕੰਪਨੀ ਹੈ ਜਿਹੜੀ ਇਹ ਤੇ ਉਹਨਾਂ ਨੇ ਵੀ ਮੈਨੂੰ ਸਗੋਂ ਕਹਿੰਦੇ ਸੀਗੇ ਵੀ ਤੁਸੀਂ ਵੀ ਆਓ ਪਰ ਕਿਉਂਕਿ ਕੋਰੋਨਾ ਕਾਲ ਕਰਕੇ ਵੀਜ਼ੇ ਜਿਹੜੇ ਨੇ ਉਹ ਸੌਖੇ ਨਹੀਂ ਮਿਲਦੇ ਤੇ ਇੱਥੇ ਪ੍ਰੋਗਰਾਮ ਜਿਹੜਾ ਵਾ ਬੜੇ ਥੋੜੇ ਘੱਟ ਸਮੇਂ ਦੇ ਨੋਟਿਸ ਤੇ ਇਹ ਪ੍ਰੋਗਰਾਮ ਉਹ ਲਿਖਿਆ ਗਿਆ ਵਾ ਉਹਦੇ ਕਰਕੇ ਇਹ ਤਾਂ ਸੰਭਵ ਨਹੀਂ ਹੈ ਵੀ ਅਸੀਂ ਵੀ ਉੱਥੇ ਫਿਜ਼ੀਕਲੀ ਹਾਜ਼ਰ ਹੋਈਏ ਪਰ ਅਸੀਂ ਇੱਥੋਂ ਬੈਠੇ ਹਾਜ਼ਰੀ ਜ਼ਰੂਰ ਭਰਾ ਗਏ ਕਿਉਂਕਿ ਉਸ ਪ੍ਰੋਗਰਾਮ ਦਾ ਲਾਈਵ ਆਨੰਦ ਮਾਣਾਂਗੇ ਤੇ ਬਾਕੀ ਲੋਕ ਵੀ ਉਡੀਕ ਚ ਨੇ ਜਿਹਨਾਂ ਨੂੰ ਕੋਈ ਟਿਕਟ ਮਿਲ ਗਈ ਆ ਜਾਂ ਜਿਹੜੇ ਨੇੜੇ ਨੇ ਉਹ ਤਾਂ ਪਹੁੰਚ ਜਾਣਗੇ ਪਰ ਜਿਹੜੇ ਸਾਡੇ ਵਰਗੇ ਦੂਰ ਬੈਠੇ ਨੇ ਅਸੀਂ ਦੂਰੋਂ ਬੈਠ ਕੇ ਵੀ ਉਹਦਾ ਆਨੰਦ ਇੱਥੇ ਮਾਣਾਂਗੇ ਤੇ ਮੈਂ ਤੁਹਾਨੂੰ ਇਸ ਗੱਲ ਲਈ ਵਧਾਈ ਵੀ ਦਿੰਦਾ। ਜੀ ਥੈਂਕ ਯੂ ਗਿੱਲ ਸਾਹਿਬ ਨੇ, ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਤੇ ਮੈਨੂੰ ਬੜੀ ਖੁਸ਼ੀ ਹੋਈ। ਅਮੈਰੀਕਨ ਕੰਪਨੀ ਹੈ, ਉਹ ਵੀ ਇੱਕ ਆਇਲ ਕੰਪਨੀ ਆ ਆਰ ਐਂਡ ਆਰ ਵਾਂਗੂੰ। ਮੈਂ ਉਹਨਾਂ ਨੂੰ ਅਚਾਨਕ ਮਿਲਿਆ, ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਭਾਈ ਸਾਡੀ ਮਦਦ ਕਰੋ, ਅਸੀਂ ਸੱਭਿਆਚਾਰਕ ਪ੍ਰੋਗਰਾਮ ਕਰਾਉਣਾ। ਕਹਿੰਦੇ ਜੀ ਕੀ ਚਾਹੁੰਦੇ ਹੋ ਤੁਸੀਂ? ਮੈਂ ਜੀ $5,000 ਤਾਂ ਭਰ ਦਿਓ ਨਾ ਚੈੱਕ ਦੇ ਉੱਤੇ। ਕਹਿੰਦੇ ਜੀ ਆਹ ਫੜੋ। ਮਿੰਟ ਲਾਈ, ਕੋਈ ਪੰਜਾਬੀ ਨਹੀਂ ਸਮਝ ਆਉਂਦੀ, ਕੋਈ ਕੁਛ ਨਹੀਂ ਸਮਝ ਆਉਂਦਾ, ਇੰਗਲਿਸ਼ ਬੋਲਦੇ, ਇੰਗਲਿਸ਼ ਕੰਪਨੀ ਹੈ। ਕੱਢ ਕੇ $5,000 ਦਾ ਚੈੱਕ ਮੂਹਰੇ ਮਾਰਿਆ ਅਗਲਿਆਂ ਨੇ ਤੇ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਰੇਡੀਓ ਚੰਨ ਪਰਦੇਸੀ ਦਾ ਆਪਣੇ ਆਪ ਹੀ ਜਿਹੜੀ ਹੈ ਹੁੰਗਾਰਾ ਸਾਨੂੰ ਚਾਰੇ ਪਾਸਿਓਂ ਮਿਲ ਰਿਹਾ ਹੈ। ਸੋ ਖੁਸ਼ੀ ਵੀ ਹੁੰਦੀ ਹੈ ਆਪਣੇ ਆਪ ਦੇ ਵਿਚ ਤੇ ਮੈਨੂੰ ਇਸ ਕਰਕੇ ਹੋਰ ਖੁਸ਼ੀ ਇਸ ਪ੍ਰੋਗਰਾਮ ਦੀ ਹੋਈ ਹੈ ਗਿੱਲ ਸਾਹਿਬ ਕਿ ਅਸੀਂ ਰੇਡੀਓ ਚੰਨ ਪਰਦੇਸੀ ਨੂੰ ਕੋਸ਼ਿਸ਼ ਕਰਾਂਗੇ ਹੋਰ ਵਧੀਆ ਤਰੀਕੇ ਨਾਲ ਚਲਾਉਣ ਦੀ, ਚੰਗੇ ਚੰਗੇ ਤੁਹਾਡੇ ਵਰਗੇ ਵਧੀਆ ਜਿਹੜੇ ਚੰਗੀ ਸੋਚ ਵਾਲੇ ਪੱਤਰਕਾਰ ਨੇ ਚਾਹੇ ਕਿਸੇ ਮੀਡੀਆ ਨਾਲ ਜੁੜੇ ਨੇ ਉਹਨਾਂ ਨੂੰ ਵੀ ਆਪਣੀ ਟੀਮ ਦਾ ਹਿੱਸਾ ਬਣਾਈਏ। ਉਹ ਤਾਂ ਹੀ ਬਣਾ ਸਕਦੇ ਆ ਜੇ ਸਾਡੀ ਜੇਬ ਚ ਕੁਛ ਨਾ ਕੁਛ ਹੋਊਗਾ ਕਿਉਂਕਿ ਹਰ ਚੀਜ਼ ਜਿਹੜੀ ਹੈ ਉਹ ਇੰਨੀ ਸਖਾਲੀ ਨਹੀਂ ਹੁੰਦੀ। ਗਿੱਲ ਸਾਹਿਬ, ਦੂਜੀ ਗੱਲ ਜਿਹੜੀ ਤੁਸੀਂ ਕਹੀ ਸੀ ਨਾ ਵੀ ਨੇੜੇ ਅਪ੍ਰੈਲ ਮਈ ਦੇ ਵਿਚ ਕੰਵਰ ਗਰੇਵਾਲ ਦਾ ਸ਼ੋਅ ਵੀ ਰੇਡੀਓ ਚੰਨ ਪਰਦੇਸੀ ਦੇ ਵੱਲੋਂ ਆ ਰਿਹਾ, ਉਮੀਦ ਕਰਾਂਗੇ ਕਿ ਤੁਸੀਂ ਉਹ ਸ਼ੋਅ ਦੇ ਵਿਚ ਸ਼ਾਮਲ ਹੋਵੋ। ਜ਼ਰੂਰ, ਜੇ ਤੁਹਾਡੇ ਵੱਲੋਂ ਸੱਦਾ ਪੱਤਰ ਆਏਗਾ ਤੇ ਤੁਹਾਡਾ ਹੁਣ ਮੈਨੂੰ ਨੀ ਪਤਾ ਅੰਬੈਸੀ ਵਾਲਿਆਂ ਨਾਲ ਕਿੰਨਾ ਕੁ ਨੇੜਤਾ ਹੈਗੀ, ਵੈਸੇ ਮੇਰੀ ਸ਼ਕਲ ਦੇਖ ਕੇ ਮੈਨੂੰ ਵੀਜ਼ਾ ਕੋਈ ਨੀ ਦਿੰਦਾ ਕਿ ਨਹੀਂ, ਅਜਿਹੀ ਗੱਲ ਨੀ, ਸ਼ਕਲ ਦੇਖ ਕੇ ਨਹੀਂ ਦਿੰਦਾ ਹੈਗਾ ਪਰ ਤੁਹਾਡੇ ਬਾਲਾਂ ਦਾ ਹਿਸਾਬ ਕਿਤਾਬ ਲਾ ਕੇ ਦੇ ਦੇਣਗੇ ਵੀ ਇਹ ਭਾਈ ਇਹ ਸਾਫ਼ ਜਿਹਾ ਲੱਗਦਾ ਜਿਵੇਂ ਇਹਦਾ ਦਿਮਾਗ ਤੋਂ ਸਾਫ਼ ਆ ਉੱਤੇ ਇਹ ਦਿਲੋਂ ਵੀ ਸਾਫ਼ ਹੋਣਾ,
सो इस करके कोई प्रॉब्लम नहीं इस बंदे दी वीजा तो जरूर मिलो चलो वो तो ठीक है गिल साहब मान ली सारे कहे दी भी अपने हुण टाइम ला दे वेस्ट ना करिए आ निहंग सिंघां ने लत्तां तोड़नियां शुरू करतिया बंदियां दियां आ नवियां गल्लां भी आउणियां शुरू हो गईयां कहिंदे कुंडली बार्डर ते मां दे पुत्तां ने पुक्कड़ नहीं मिलिया कहिंदे लत्त वढ दांगे देखो जी लत्त खान नूं पैंदे सी जदों अगले ने नहीं दित्ती अगले ने तोड़ती लत्तां खान नूं जी करदा सी ते अगले ने दित्तिया नहीं ते उन्होंने लत्ती तोड़ती वाकई सिरे लगन वाली गल है गल साहिब हां हां पिछले कई दिनों तो निहंग सिंह जिहड़े ने ओह सिंधु बार्डर दे उत्ते चर्चा दा विशा बने हुए जी हम कल घटना वापरी आ सिंधु बार्डर ते इह राजा राज सिंह निहंग जिहड़े ने जिहड़े उस दिन सगो ओहदे नाल ही लगे हुए सीगे जोर शोर नाल प्रचार नूं ਬਈ ਅਸੀਂ ਬੇਅਦਬੀ ਵਾਲਾ ਬੰਦਾ ਉਹਨੂੰ ਚੱਕਤਾ ਅਸੀਂ ਵਾਇਕ ਕਰਤਾ ਪਰ ਹੁਣ ਇਹਨਾਂ ਦੇ ਅੰਦਰ ਕਿਉਂਕਿ ਕਿਸਾਨ ਮੋਰਚੇ ਵੱਲੋਂ ਵੀ ਕਈ ਗੱਲਾਂ ਕਹੀਆਂ ਗਈਆਂ ਨੇ ਉਹਦਾ ਵੀ ਜ਼ਿਕਰ ਮੈਂ ਕਰੂੰਗਾ ਅੱਜ ਕਿਉਂਕਿ ਕਿਸਾਨ ਮੋਰਚੇ ਨੇ ਬੜਾ ਸਪਸ਼ਟ ਤੌਰ ਤੇ ਮੰਗ ਕੀਤੀ ਆ ਕਿ ਜਿਹੜਾ ਸਿੰਘੂ ਵਾਲਾ ਉਹ ਕਤਲ ਹੋਇਆ ਜਿਹੜਾ ਉਹ ਲਖਵੀਰ ਸਿੰਘ ਦਾ ਚੀਮਾ ਪਿੰਡ ਵਾਲੇ ਮੁੰਡੇ ਦਾ ਉਸ ਲਖਵੀਰ ਸਿੰਘ ਦੇ ਕਤਲ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਕਰਾਈ ਜਾਵੇ ਇਹ ਮੰਗ ਹੁਣ ਸਿਰਫ ਕਿਸਾਨ ਮੋਰਚੇ ਨੇ ਰੱਖੀ ਆ ਹੁਣ ਦੇਖਦੇ ਆ ਜਿਹੜੀ ਸਰਕਾਰ ਜਿਹੜਾ ਗੋਦੀ ਮੀਡੀਆ ਲਗਾਤਾਰ ਇਸ ਗੱਲ ਲਈ ਪ੍ਰਚਾਰਨ ਲੱਗਿਆ ਹੋਇਆ ਸੀ ਵੀ ਉੱਥੇ ਤਾਂ ਕਤਲੇਆਮ ਹੋ ਗਿਆ ਉੱਥੇ ਤਾਂ ਆਹ ਹੋ ਗਿਆ ਉੱਥੇ ਉਹ ਹੋ ਗਿਆ ਕੀ ਹੁਣ ਸੰਯੁਕਤ ਕਿਸਾਨ ਮੋਰਚੇ ਦੀ ਉਸ ਮੰਗ ਨੂੰ ਕਿ ਇਸ ਕਤਲ ਦੀ ਗੁੱਥੀ ਨੂੰ ਸੁਲਝਾਇਆ ਜਾਵੇ ਔਰ ਇਹਦੇ ਅਸਲ ਤੱਥ ਸਾਹਮਣੇ ਲਿਆਂਦੇ ਜਾਣ ਅਸਲੀਅਤ ਕੀ ਆ ਇਹਦੇ ਪਿੱਛੇ ਕਿਹੜੀਆਂ ਸਾਜਿਸ਼ਾਂ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਨੇ ਉਹਨਾਂ ਨੂੰ ਨੰਗਿਆ ਕੀਤਾ ਜਾਵੇ ਲੋਕਾਂ ਦੇ ਵਿੱਚ ਇਹਦੇ ਲਈ ਸੰਯੁਕਤ ਮੋਰਚੇ ਨੇ ਮੰਗ ਕੀਤੀ ਆ ਤੇ ਇਹਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਹੋਵੇ ਤੇ ਹੁਣ ਦੇਖਦੇ ਆ ਸਰਕਾਰ ਦਾ ਕੀ ਜਵਾਬ ਦਿੰਦੀ ਆ ਪਰ ਜਿਹੜੀ ਆ ਕੱਲ ਵਾਪਰੀ ਘਟਨਾ ਇਹਦੇ ਚ ਮਨੋਜ ਪਾਸਵਾਲ ਇੱਕ ਗੱਡੀ ਦਾ ਡਰਾਈਵਰ ਆ ਜਿਹੜੀ ਗੱਡੀ ਪੋਲਟਰੀ ਫਾਰਮ ਦੀ ਆ ਉਹ ਪੋਲਟਰੀ ਫਾਰਮ ਦੀ ਗੱਡੀ ਮਤਲਬ ਜਿਹੜੀ ਆ ਉਹ ਮੁਰਗੇ ਲੈ ਕੇ ਮੁਰਗੇ ਜਾਂ ਮੁਰਗੀਆਂ ਨੂੰ ਚਿਕਨ ਲੈ ਕੇ ਉਹ ਵੱਖ ਵੱਖ ਹੋਟਲਾਂ ਰੈਸਟੋਰੈਂਟਾਂ ਦੇ ਉੱਤੇ ਸਪਲਾਈ ਕਰਨ ਜਾਂਦੇ ਜੀ ਤੇ ਇਹ ਨਿਹੰਗਾਂ ਦੇ ਇੱਕ ਧੜੇ ਨੇ ਉਹਦੀ ਗੱਡੀ ਨੂੰ ਰੋਕਿਆ ਤੇ ਗੱਡੀ ਰੋਕ ਕੇ ਤੇ ਉਹਨੂੰ ਕਹਿੰਦੇ ਵੀ ਸਾਨੂੰ ਮੁਰਗਾ ਦੇ ਉਹ ਕਹਿੰਦਾ ਜੀ ਵੀ ਮੁਰਗੇ ਤੇ ਸਾਰੇ ਵਿਖੇ ਹੋਏ ਨੇ ਉਹਨੇ ਪਰਚੀ ਵੀ ਕੱਢ ਕੇ ਦਿਖਾਈ ਪਰਚੀ ਦਿਖਾਈ ਉਹਦੇ ਵਿਆਹ ਦੇਖੋ ਇੰਨੇ ਮੁਰਗੇ ਨੇ ਇੰਨੇ ਰੈਸਟੋਰੈਂਟ ਦੇ ਸਪਲਾਈ ਹੋਣੇ ਇੰਨੇ ਹਫ਼ਤੇ ਮੇਰੇ ਕੋਲ ਤਾਂ ਇੱਕ ਵੀ ਭਾਵ ਫਾਲਤੂ ਨਹੀਂ ਹੈ ਦੂਸਰੀ ਗੱਲ ਮੈਂ ਮਾਲਕ ਨਹੀਂ ਹਾਂ ਜੇ ਮੈਂ ਮਾਲਕ ਹੋਵਾਂ ਤਾਂ ਮੈਂ ਉਹਨਾਂ ਨੂੰ ਕਰਦਿਆਂ ਮੈਂ ਤਾਂ ਜੀ ਇੱਕ ਨੌਕਰ ਆ ਡਰਾਈਵਰ ਆ ਮੈਂ ਤਾਂ ਜਿਵੇਂ ਮੈਨੂੰ ਸਮਾਨ ਅਗਲਿਆਂ ਨੇ ਦਿੱਤਾ ਹੋਵੇ ਪਹੁੰਚਾਉਣਾ ਮੇਰੀ ਜ਼ਿੰਮੇਵਾਰੀ ਆ ਤਾਂ ਉਹਨਾਂ ਨੇ ਉਹਦੀ ਕੁੱਟਮਾਰ ਕੀਤੀ ਆ ਇੱਕ ਜਿਹੜਾ ਡਰਾਈਵਰ ਨਵੀਨ ਸੰਧੂ ਇਹ ਵੀ ਨਵਾਂ ਨਵਾਂ ਨੇ ਦਿੱਤਾ ਜਾ ਅਜੇ ਬਾਲ ਇਹਦੇ ਵੀ ਕੱਟੇ ਹੋਏ ਨੇ ਸਰਜੀਤ ਬੱਬੂ ਜਿਵੇਂ ਪਹਿਲਾਂ ਇੱਕ ਜਗ ਜਿਹੜਾ ਉਸ ਦਿਨ ਜਿਹੜੀ ਪੱਗ ਲਈ ਸੀ ਕੈਮਰੇ ਦੀ ਤਾਰ ਚ ਫਸ ਕੇ ਤੇ ਬਾਅਦ ਚ ਪਤਾ ਲੱਗਿਆ ਸੀ ਵੀ ਉਹ ਤਾਂ ਮਤਲਬ ਲੋਕੀ ਤਾਂ ਉਹਨੂੰ ਨਕਲੀ ਨਹਿੰਗੀ ਕਹਿੰਦੇ ਸੀਗੇ ਤੇ ਇਵੇਂ ਹੀ ਇਹਦੀ ਜਿਹੜੀ ਇਸ ਨਹਿੰਗ ਦੀ ਵੀ ਜਿਹੜੀ ਅਸਲੀਅਤ ਆ ਉਹ ਕੱਲ ਸਾਹਮਣੇ ਆ ਗਈ ਇਹਦੇ ਵੀ ਬਾਲ ਕੱਟੇ ਹੋਏ ਨੇ ਬਾਲ ਕੱਟੇ ਹੀ ਹੋਏ ਰੰਗੇ ਵੀ ਹੋਏ ਨੇ ਦਾੜੀ ਵੀ ਰੰਗੀ ਹੋਈ ਆ ਤੇ ਹਾਂ ਤੇ ਉਸ ਵੇਲੇ ਲੱਖਾ ਸਧਾਰਨ ਵੀ ਉੱਥੇ ਮੌਜੂਦ ਸੀ ਨਿਹੰਗ ਰਾਜ ਸਿੰਘ ਰਾਜਾ ਰਾਜ ਸਿੰਘ ਨੇ ਕਿਹਾ ਤਾਂ ਲਾਈਵ ਜਦੋਂ ਦਿਖਾਇਆ ਇਹ ਸਾਰਾ ਡਰਾਮਾ ਉਦੋਂ ਲੱਖਾ ਸਧਾਰਨ ਵੀ ਉੱਥੇ ਮੌਕੇ ਤੇ ਸੀ ਕਿਉਂਕਿ ਉਹਨੇ ਹੀ ਲਾਈਵ ਚਲਾਇਆ ਸੀ ਇੱਕ ਦੋ ਹੋਰ ਚੈਨਲਾਂ ਵਾਲਿਆਂ ਨੇ ਵੀ ਦਿਖਾਇਆ ਸੀ ਤੇ ਹਾਂ ਤੁਹਾਡਾ ਜੀ ਜਦੋਂ ਉਹਨੇ ਮਨੋਜ ਪਾਸਵਾਲ ਨੇ ਮਜਬੂਰੀ ਜਾਹਰ ਕੀਤੀ ਵੀ ਮੈਂ ਮੁਰਗਾ ਨਹੀਂ ਦੇ ਸਕਦਾ ਮੇਰੇ ਵੱਸ ਚ ਨਹੀਂ ਹੈ ਤਾਂ ਇਹ ਕਹਿ ਕੇ ਕੁੱਟਣਾ ਸ਼ੁਰੂ ਕਰਤਾ ਕਿ ਇਹ ਬੀੜੀ ਪੀਂਦਾ ਬੀੜੀ ਪੀਵੇ ਚਾਹੇ ਹੁੱਕਾ ਪੀਵੇ ਤੁਹਾਨੂੰ ਕੀ ਇਤਰਾਜ ਹੈ ਸਾਰਾ ਭਾਰਤ ਹੈ ਤੇ ਬੜਾ ਕੁਛ ਹੋ ਰਿਹਾ ਤੁਹਾਡਾ ਜੀ ਸੰਯੁਕਤ ਮੋਰਚੇ ਦੀਆਂ ਜਿਹੜੇ ਥੱਲੇ ਲੱਗੇ ਹੋਏ ਕੈਂਪ ਨੇ ਉਹਦੇ ਚ ਹਰਿਆਣੇ ਵਾਲਿਆਂ ਦੇ ਕੈਂਪ ਜਿਹੜੇ ਨੇ ਉਹਨਾਂ ਦੇ ਵਿੱਚ ਅਕਸਰ ਇੱਥੇ ਜਿਹੜਾ ਪੂਰਾ ਚਪਾਲ ਬਣਾ ਕੇ ਉਹ ਬਕਾਇਦਾ ਬੈਠਦੇ ਨੇ ਔਰ ਬਾਰੀ ਸਰ ਹੁੱਕਾ ਸਾਰਿਆਂ ਨੂੰ ਪਿਆਉਂਦੇ ਨੇ
ਤੇ ਤੁਸੀਂ ਜਾਓ ਤੇ ਤੁਹਾਨੂੰ ਵੀ ਆਫਰ ਕਰਦੇ ਆ। ਹਾਂ ਜੀ ਹਾਂ, ਤੇ ਇਹਦੇ ਵਿੱਚ ਕਿਸੇ ਨੂੰ ਕੀ ਇਤਰਾਜ ਆ? ਤੇ ਜੇ ਤੁਸੀਂ ਭੰਗ ਪੀਂਦੇ ਹੋ ਉੱਥੇ ਤੇ ਤੁਹਾਡੇ ਤੇ ਕਿਸੇ ਨੂੰ ਕੋਈ ਇਤਰਾਜ ਨੀ? ਇਹ ਵੀ ਤਾਂ ਉੱਥੇ ਭੰਗ ਰਹਿਣ ਕੇ ਸ਼ਰੇਆਮ ਪੀਂਦੇ ਨੇ, ਇਹਨਾਂ ਨੂੰ ਕਿਹੜਾ ਕੋਈ ਰੋਕਦਾ ਨਹੀਂ? 9 ਕੁਇੰਟਲ ਭੰਗ ਕਿੱਥੋਂ, ਗਾਂਜਾ ਕਿੱਥੋਂ ਮਿਲਿਆ? 9 ਕੁਇੰਟਲ ਗਾਂਜਾ ਕਿੱਥੋਂ ਮਿਲਿਆ? ਇਹਦੇ ਗੁਰੂ ਕੋਲੋਂ ਹੀ ਮਿਲਿਆ। ਹੁਣ ਤੁਹਾਡਾ ਜੀ ਮੈਂ ਇਹਦੇ ਚ ਇਸੇ ਗੱਲ ਨੂੰ ਹੋਰ ਅੱਗੇ ਤੋਰਦੇ ਹੋਏ ਤੁਹਾਡੇ ਨਾਲ ਇਹ ਵੀ ਗੱਲ ਸਾਂਝੀ ਕਰਨੀ ਚਾਹੁੰਦਾ ਵੀ ਇਹ ਜਿਹੜਾ ਮਾਮਲਾ ਨਾ ਸਿੰਘਾਂ ਵਾਲਾ, ਇਹਦੇ ਚ ਪਿੰਕੀ ਜਿਹੜਾ ਗੁਰਜੀਤ ਸਿੰਘ ਪਿੰਕੀ ਪੁਲਿਸ ਕੈਟ ਆ ਜੀ ਜੀ, ਉਹਦਾ ਜਿਹੜਾ ਬੋਲਿਆ ਹੋਇਆ ਝੂਠ ਆ ਉਹ ਵੀ ਪੁੱਤ ਹੋ ਗਿਆ। ਅੱਛਾ, ਨਿਹੰਗ ਅਮਨ ਸਿੰਘ ਦਾ ਪਟਿਆਲਾ ਜੇਲ ਚ ਪਿੰਕੀ ਨਾਲ ਮਿਲਣ ਦਾ ਦਾਵਾ ਜਿਹੜਾ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਕੀਤਾ, ਉਹਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੀ ਕੀਤਾ, ਉਹਨੇ ਇੱਕ ਚੈਨਲ ਦੇ ਉੱਤੇ ਬੋਲਦਿਆਂ ਵੀ ਕੀਤਾ ਬਈ ਇਹ ਜਿਹੜਾ ਨਿਹੰਗ ਅਮਨ ਸਿੰਘ ਆ ਇਹਦੇ ਨਾਲ ਮੇਰੀ ਮੁਲਾਕਾਤ ਪੁਰਾਣੀ ਆ, ਮੈਂ ਇਹਨੂੰ ਪੁਰਾਣਾ ਜਾਣਦਾ ਕਿਉਂਕਿ ਜਦੋਂ ਮੈਂ ਪਟਿਆਲੇ ਜੇਲ੍ਹ ਚ ਬੰਦ ਸੀ ਉਦੋਂ ਇਹ ਵੀ ਉੱਥੇ ਬੰਦ ਸੀ, ਜਦਕਿ ਕੱਲ ਜਦੋਂ ਜੇਲ੍ਹ ਦਾ ਰਿਕਾਰਡ ਖੋਲਿਆ ਤਾਂ ਪਤਾ ਲੱਗਿਆ ਵੀ ਨਿਹੰਗ ਅਮਨ ਸਿੰਘ ਪਟਿਆਲੇ ਤੋਂ ਜੇਲ੍ਹ ਚ ਗਿਆ ਹੀ ਪਟਿਆਲੇ ਜੇਲ੍ਹ। ਹਾਂ, ਇਹ ਪਟਿਆਲੇ ਜੇਲ੍ਹ ਚ ਗਿਆ ਹੀ ਨਹੀਂ। ਵਾਹ, ਹੁਣ ਸੁਣ ਲਓ ਮੈਂ ਤੁਹਾਨੂੰ ਜਿਹੜਾ ਕੱਲ ਜੇਲ੍ਹ ਰਿਕਾਰਡ ਘੋਖਣ ਤੋਂ ਬਾਅਦ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਜਿਹੜੇ ਜਿਹਨਾਂ ਕੋਲ ਗ੍ਰਹਿ ਵਿਭਾਗ ਦਾ ਚਾਰਜ ਹੈ ਸੁਖਜਿੰਦਰ ਰੰਧਾਵਾ ਤੇ ਉਹ ਜਿਹੜਾ ਦੇ ਵੀ ਮੰਤਰੀ ਨੇ ਕੋਲ, ਉਹ ਗ੍ਰਹਿ ਵਿਭਾਗ ਵੀ ਉਹਨਾਂ ਦੇ ਕੋਲ ਆ ਤੇ ਜਿਹਨਾਂ ਦੇ ਉਹ ਵੱਖਰੇ ਮੰਤਰੀ ਨੇ, ਪਹਿਲਾਂ ਵੀ ਜਿਹਨਾਂ ਦੇ ਮੰਤਰੀ ਸੀਗੇ। ਬਿਲਕੁਲ ਬਿਲਕੁਲ, ਉਹਨਾਂ ਨੇ ਕੱਲ ਜਦੋਂ ਉਹਨਾਂ ਨੇ ਕਿਹਾ, ਕਿਉਂਕਿ ਜਿਹੜੀ ਸੈੱਟ ਬਣਾਈ ਹੈ ਨਾ ਤੁਹਾਡਾ ਜੀ ਤੁਸੀਂ ਦੇਖਿਓ ਸਹੀ, ਜਦੋਂ ਅਗਲਾ ਹਫਤਾ ਆਪਾਂ ਸ਼ੁਰੂ ਕਰਨਾ ਨਾ ਤੇ ਪਟਾਕੇ ਦੇਖੋ ਕਿੰਨੇ ਪੈਣੇ ਆ, ਮੈਂ ਤੁਹਾਨੂੰ ਹੁਣੇ ਦੱਸ ਦਿੰਦਾ, ਬੜੇ ਪਟਾਕੇ ਪੈਣੇ ਆ ਤੇ ਪਾਵਾਂਗੇ ਆਪਾਂ, ਪਟਾਕੇ ਤਾਂ ਫਿਰ ਉਦੋਂ ਹੀ ਪਤਾ ਲੱਗਦਾ, ਬਾਕੀ ਦਾ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਜੋ ਕੁਛ ਕਰਦੇ ਨੇ ਅੱਜ ਕੱਲ। ਹੁਣ ਤੁਹਾਡਾ ਜੀ ਉਹ ਜਿਹੜੀ ਸੈੱਟ ਬਣਾਈ ਆ ਵਰਿੰਦਰ ਕੁਮਾਰ ਏਡੀਜੀਪੀ ਦੀ ਅਗਵਾਈ ਵਾਲੀ, ਉਹਨਾਂ ਨੂੰ ਸੁਖਜਿੰਦਰ ਰੰਧਾਵਾ ਨੇ ਕੇਵਲ 3 ਦਿਨ ਦਾ ਸਮਾਂ ਦਿੱਤਾ ਵੀ ਇੱਥੋਂ ਪਤਾ ਲੱਗਦਾ ਵੀ ਜੇ ਪੁਲਿਸ ਨੇ ਕਾਰਵਾਈ ਕਰਨੀ ਹੋਵੇ ਤਾਂ ਕਿਵੇਂ ਹੋ ਸਕਦੀ ਆ, ਕਿਵੇਂ ਰਾਤੋ ਰਾਤ ਵੀ ਕਾਰਵਾਈਆਂ ਹੋ ਜਾਂਦੀਆਂ ਨੇ। ਬਿਲਕੁਲ, ਜਿਹੜਾ 2018 ਦਾ ਮੁਕੱਦਮਾ ਜਿਹਦੇ ਚ ਅਮਨ ਸਿੰਘ 9 ਕੁਇੰਟਲ 10 ਕਿਲੋ ਜਿਹੜਾ ਗਾਂਜਾ ਉਹਦੇ ਚ ਨਾਮਜ਼ਦ ਹੈ ਇਹ, ਤਾਂ ਉਸ ਮਾਮਲੇ ਦਾ ਹਜੇ ਸਪਲੀਮੈਂਟਰੀ ਚਲਾਨ ਕੀਤਾ ਨਹੀਂ ਸੀ, ਇਹਦੀ ਜ਼ਮਾਨਤ ਤਾਂ ਹੋ ਗਈ ਸੀ ਅਮਨ ਸਿੰਘ ਦੀ ਹਾਈਕੋਰਟ ਰਾਹੀਂ, ਪਰ ਇਹਦੀਆਂ ਹਜੇ ਤਰੀਕਾਂ ਨਹੀਂ ਸੀ ਪੈਣ ਲੱਗੀਆਂ, ਇਹਦੀ ਤਰੀਕ ਜਿਹੜੀ ਆ ਗਿੱਲ ਸਾਹਿਬ ਇੱਕ ਗੱਲ ਦੱਸਿਓ, ਜਿਹੜੇ ਪੁਲਿਸ ਇੱਕ ਗੱਲ ਦੱਸਿਓ ਗਿੱਲ ਸਾਹਿਬ, ਸੋਰੀ ਮੈਂ ਟੋਕਦਾ ਤੁਹਾਨੂੰ, ਆ ਜਿਹੜੇ ਵਿੱਚ ਵਿਚਾਲੇ ਵਾਲੀ ਤੁਸੀਂ ਗੱਲ ਕੀਤੀ ਹੈ ਵੀ ਉਹ ਇੰਨਾ ਪੁਰਾਣਾ ਕੇਸ ਹੈ ਉਹਦੇ ਅਜੇ ਅੱਗੇ ਸ਼ੁਰੂ ਨਹੀਂ ਸੀ ਹੋਇਆ, ਜ਼ਮਾਨਤਾਂ ਨਹੀਂ ਹੋਈਆਂ ਜਾਂ ਨਹੀਂ ਪਤਾ ਨਹੀਂ ਕੀ ਹੁੰਦਾ ਸਾਰਾ ਕੁਛ, ਇਹਦੀ ਕੋਈ ਐਕਸਪਾਇਰ ਡੇਟ ਵੀ ਹੁੰਦੀ ਹੈ ਵੀ ਭਾਈ ਇੰਨਾ ਚਿਰ ਨਹੀਂ ਕਰਦੇ ਇਹ ਹੋਣੀ ਨਹੀਂ ਗਾਂ ਚੱਲੇ ਨਹੀਂ ਸਕਦੇ ਜਾਂ ਕਦੇ ਵੀ ਇਹਨੂੰ ਸ਼ੁਰੂ ਕਰ ਲੋ? ਨਹੀਂ, ਇਸ ਤਰ੍ਹਾਂ ਦੀ ਕੋਈ ਐਕਸਪਾਇਰੀ ਡੇਟ ਨਹੀਂ ਹੁੰਦੀ, ਲੇਕਿਨ ਜੇ ਗ੍ਰਿਫਤਾਰੀ ਦਾ ਜ਼ਮਾਨਤ ਦੀ ਤਰੀਕ ਤੋਂ 90 ਦਿਨ ਦੇ ਅੰਦਰ ਚਲਾਨ ਪੇਸ਼ ਨਹੀਂ ਹੁੰਦਾ ਤਾਂ ਮੁਲਜ਼ਮ ਨੂੰ ਲਾਭ ਜ਼ਰੂਰ ਮਿਲਦਾ ਜੀ, ਤਾਂ ਮੁਲਜ਼ਮ ਨੂੰ ਲਾਭ ਮਿਲਦਾ, ਪਰ ਮੈਨੂੰ ਐਂ ਲੱਗਦਾ ਕਿ ਇਸ ਵਾਰ ਸ਼ਾਇਦ ਪੁਲਿਸ ਇਸ ਗੱਲ ਤੇ ਰਾਹਤ ਲੈ ਜੂਗੀ ਕਿਉਂਕਿ ਕੋਰੋਨਾ ਕਾਲ ਚੱਲਦਾ ਸੀ, ਇਸ ਕਰਕੇ ਅਦਾਲਤੀ ਕਾਰਵਾਈਆਂ ਵੀ ਜਿਹੜੀਆਂ ਨੇ ਉਹ ਚੱਲ ਨਹੀਂ ਸੀ ਰਹੀਆਂ, ਇਸ ਕਰਕੇ ਇਹ ਬਹਾਨਾ ਉਹ ਮਾਰ ਸਕਦੀ ਹੈ ਪੁਲਿਸ ਵੀ ਭਾਈ ਕੋਰੋਨਾ ਕਾਲ ਕਰਕੇ ਅਸੀਂ ਉਹਨਾਂ ਨੂੰ ਦੁਬਾਰਾ ਤਲਬੀ ਨਹੀਂ ਕਰ ਸਕੇ, ਇਸ ਗੱਲ ਦੀ ਪੂਰੀ ਸੰਭਾਵਨਾ ਹੈਗੀ ਹੈ। ਚਲੋ ਉਹ ਆਪਣੇ ਘਰ, ਕੱਲ ਮਹਿਲਕਣਾ ਦੇ ਐਸ ਐਚ ਓ ਨੇ ਬੋਲਦਿਆਂ ਕਿਹਾ ਵੀ ਅਸੀਂ ਜਲਦੀ ਇਹਦਾ ਚਲਾਨ ਜਿਹੜਾ ਸਪਲੀਮੈਂਟਰੀ ਅਮਨ ਸਿੰਘ ਤੇ ਹੋਰ ਜਿਹੜੇ 2-3 ਰਹਿੰਦੇ ਨੇ ਉਹਨਾਂ ਦਾ ਦੇਣ ਜਾ ਰਹੇ ਆ, ਚਲੋ ਉਹ ਦੇਣਗੇ, ਪਰ ਤੁਹਾਡਾ ਜੀ ਮੈਂ ਤੁਹਾਨੂੰ ਯਾਦ ਕਰਾਵਾਂ ਜੇਲ੍ਹ ਰਿਕਾਰਡ ਜਦੋਂ ਖੰਗਾਲਿਆ ਤਾਂ ਗੱਲ ਇਹ ਸਾਹਮਣੇ ਆਈ ਬਈ ਅਵਤਾਰ ਸਿੰਘ ਗੋਲਾ ਜਿਹੜਾ ਪਿੰਕੀ ਵੱਲੋਂ ਜਿਸ ਕਤਲ ਕੇਸ ਦੇ ਵਿੱਚ ਇਹਨੂੰ ਸਜ਼ਾ ਹੋਈ ਸੀ ਜਿਹਦੇ ਚ ਇਹਦੇ ਗਲੰਟਰੀ ਅਵਾਰਡ ਵੀ ਜਿਹੜੇ ਸੀ ਜਿਹੜੇ ਨੂੰ ਬਹਾਦਰੀ ਦੇ ਅਵਾਰਡ ਮਿਲੇ ਹੋਏ ਸੀ ਉਹ ਵਾਪਸ ਲਏ ਸੀ ਇਹਦੇ 3, ਉਹ ਜਿਹੜਾ ਕੇਸ ਸੀਗਾ ਉਸ ਮਾਮਲੇ ਦੇ ਵਿੱਚ 2006 ਦੇ ਵਿੱਚ ਇਹਨੂੰ ਲੁਧਿਆਣਾ ਦੀ ਜੇਲ੍ਹ ਵਿੱਚ ਭੇਜਿਆ ਗਿਆ। ਅੱਛਾ, ਕਿਉਂਕਿ ਕੇਸ ਲੁਧਿਆਣੇ ਚੱਲਦਾ ਸੀ ਤੇ ਲੁਧਿਆਣਾ ਦੇ ਸੈਸ਼ਨ ਜੱਜ ਵੱਲੋਂ ਕੇਸ ਦੀ ਪੁਸ਼ਟੀ ਕੀਤੀ ਗਈ ਸੀ ਇਹਨੂੰ ਸਜ਼ਾ ਦਿੱਤੀ ਗਈ। ਅੱਛਾ,
ਤੇ ਇਹਨੂੰ 2006 ਚ ਲੁਧਿਆਣੇ ਦੀ ਜੇਲ੍ਹ ਚ ਭੇਜਿਆ ਗਿਆ ਤੇ ਨਵੰਬਰ 2007 ਤੱਕ ਇਹ ਲੁਧਿਆਣੇ ਹੀ ਰਿਹਾ ਤੇ 2007 ਦੇ ਵਿੱਚ ਨਵੰਬਰ ਚ ਇਹਨੂੰ ਪਟਿਆਲਾ ਤਬਦੀਲ ਕੀਤਾ ਗਿਆ ਪਟਿਆਲਾ ਜੇਲ੍ਹ ਦੇ ਵਿੱਚ ਜਿਹੜਾ ਇਹਨੇ ਦਾਅਵਾ ਕੀਤਾ ਵੀ ਮੈਂ ਅਮਨ ਸਿੰਘ ਨਾਲ ਮੈਂ ਜੇਲ੍ਹ ਚ ਇਕੱਠੇ ਰਹੇ ਹਾਂ ਇਹ ਕੋਰਾ ਝੂਠ ਸਾਬਤ ਹੋਇਆ ਤੁਹਾਡਾ ਜੀ ਕਿਉਂਕਿ 14 ਜੁਲਾਈ 2012 ਤੱਕ ਇਹ ਉੱਥੇ ਰਹੇ ਪਟਿਆਲਾ ਜੇਲ੍ਹ ਚ ਤੇ ਉਸ ਤੋਂ ਬਾਅਦ 14 ਜੁਲਾਈ 2012 ਤੋਂ ਲੈ ਕੇ 23 ਜੂਨ 2016 ਤੱਕ ਇਹ ਨਾਭਾ ਦੀ ਓਪਨ ਜੇਲ੍ਹ ਦੇ ਵਿੱਚ ਰਹੇ ਨੇ ਜਿਹੜੀ ਖੁੱਲੀ ਜੇਲ੍ਹ ਜਿਹਨੂੰ ਕਹਿੰਦੇ ਨੇ ਸਿਕਿਉਰਿਟੀ ਜੇਲ੍ਹ ਵੀ ਕਹਿੰਦੇ ਨੇ ਖੁੱਲੀ ਜੇਲ੍ਹ ਵੀ ਕਹਿੰਦੇ ਨੇ ਹਾਂਜੀ ਬਿਲਕੁਲ ਜਦਕਿ ਜਿਹੜਾ ਨਿਹੰਗ ਅਮਨ ਸਿੰਘ ਹੈ ਇਹ 9 ਜੂਨ 2017 ਤੋਂ ਲੈ ਕੇ 24 ਨਵੰਬਰ 2017 ਤੱਕ ਕਪੂਰਥਲਾ ਦੀ ਜੇਲ੍ਹ ਚ ਰਿਹਾ ਇਸ ਕਰਕੇ ਇਹਨਾਂ ਦਾ ਮੇਲ ਹੋ ਨਹੀਂ ਸਕਦਾ ਤੇ ਜਦੋਂ ਇਹ ਗੱਲ ਸਾਹਮਣੇ ਕੱਲ ਆਈ ਤਾਂ ਕੁਦਰਤੀ ਗੱਲ ਆ ਪੱਤਰਕਾਰਾਂ ਨੇ ਘੇਰਾ ਪਾਉਣਾ ਸੀ ਟਿਕਟੀ ਨੂੰ ਤੇ ਪਾਇਆ ਵੀ ਤਾਂ ਹੁਣ ਪਤਾ ਕੀ ਕਹਿੰਦਾ ਕਹਿੰਦਾ ਵੀ ਮੈਨੂੰ ਗਲਤਫਹਿਮੀ ਹੋ ਗਈ ਮਿਸਅੰਡਰਸਟੈਂਡ ਮੈਂ ਕਰ ਗਿਆ ਹੋ ਸਕਦਾ ਕਹਿੰਦਾ ਉਹਦੇ ਪੱਤਰਕਾਰ ਨੂੰ ਮੇਰੀ ਗੱਲ ਸਮਝਣ ਚ ਦਿੱਕਤ ਆ ਗਈ ਹੋਵੇ ਮੈਂ ਇਹ ਨੀ ਸੀ ਕਿਹਾ ਕਹਿੰਦਾ ਮੈਂ ਤਾਂ ਐਂ ਕਿਹਾ ਸੀ ਬਈ ਨਿਹੰਗ ਸੁਰਜੀਤ ਸਿੰਘ ਜਿਹੜੇ ਬਾਬਾ ਸੁਰਜੀਤ ਸਿੰਘ ਜਿਹੜੇ ਉਹ ਕਤਲ ਕੇਸ ਦੇ ਵਿੱਚ ਜਿਹਨਾਂ ਨੇ ਗੋਲੀਆਂ ਮਾਰ ਕੇ ਦੂਜੇ ਧੜੇ ਦੇ ਨਿਹੰਗ ਮਾਰਤੇ ਸੀਗੇ ਉਹਦੇ ਚ ਨਿਹੰਗ ਸੁਰਜੀਤ ਸਿੰਘ ਸਮੇਤ 40 ਹੋਰ ਨਿਹੰਗ ਜਿਹਨਾਂ ਪਟਿਆਲਾ ਜੇਲ੍ਹ ਚ ਬੰਦ ਸੀ ਮੇਰੇ ਨਾਲ ਕਹਿੰਦਾ ਮੈਨੂੰ ਉਹਦੇ ਨਾਲ ਮੈਂ ਰਲ ਗੱਲ ਕਰ ਗਿਆ ਉਹ ਮੇਰੇ ਤੋਂ ਗਲਤ ਫਹਿਮੀ ਹੋ ਗਈ ਕਹਿੰਦਾ ਮੇਰੇ ਤੋਂ ਤਾਂ ਇਹ ਮੋਹ ਨਿਕਲ ਗਈ ਸੀ ਮੇਰੇ ਗੱਲ ਤੇ ਜੇ ਫਿਰ ਦੁਬਾਰਾ ਜੀ ਇਹ ਗੱਲ ਠੀਕ ਨਹੀਂ ਹੈਗੀ ਤਾਂ ਫਿਰ ਉਹਦਾ ਇਹ ਦਾਅਵਾ ਤਾਂ ਝੂਠਾ ਹੀ ਹੋ ਗਿਆ ਬਈ ਅਮਨ ਸਿੰਘ ਉਹਨੂੰ ਜੇਲ੍ਹ ਚ ਮਿਲਿਆ ਸੀ ਤੇ ਉਹਦੇ ਨਾਲ ਉਹਦੀ ਗੱਲ ਸਾਹਿਬ ਇੱਕ ਮਿੰਟ ਦਿਲੀ ਜਾਣ ਲੱਗਿਆ ਕਹਿੰਦਾ ਜਾਂਦੇ ਜਾਂਦੇ ਮੈਂ ਸੋਚਿਆ ਚੱਲ ਨਹੀਂ ਸਿੰਘ ਨੂੰ ਬੁਲਾ ਲਿਆ ਚੱਲਦੇ ਕਮਾਲ ਹੈ ਜਦੋਂ ਉਹਦੀ ਜਾਣ ਪਛਾਣ ਹੀ ਨਹੀਂ ਸੀ ਪਟਿਆਲੇ ਜੇਲ੍ਹ ਚ ਉਹਦੇ ਨਾਲ ਰਿਹਾ ਹੀ ਨਹੀਂ ਸੀ ਤਾਂ ਆਖਿਰ ਨੂੰ ਉਹ ਜਾਣਦਾ ਕਿਵੇਂ ਜਿਹਦੇ ਨਾਲ ਜਾਣ ਪਛਾਣ ਹੋਈ ਕਿਵੇਂ ਜਦਕਿ ਨਿਹੰਗ ਅਮਨ ਸਿੰਘ ਦਾ ਇਹ ਕਹਿਣਾ ਬਈ ਇਹ ਪਿੰਕੀ ਤੇ ਕੁਛ ਹੋਰ ਬੰਦੇ ਮੈਨੂੰ ਇੱਕ ਬਾਬਾ ਜੀ ਦੀ ਬਰਸੀ ਤੇ ਮਿਲੇ ਸੀ ਸਪੈਸ਼ਲ ਮਿਲਣ ਆਏ ਸੀ ਤੇ ਮੈਨੂੰ ਉੱਥੇ ਦੱਸਿਆ ਗਿਆ ਸੀ ਵੀ ਕੁਛ ਪੋਸਟ ਸ਼ਬਦ ਨੂੰ ਮਿਲਣ ਆਏ ਨੇ ਤੇ ਮੈਂ ਫਿਰ ਇਹਨਾਂ ਨਾਲ ਮੁਲਾਕਾਤ ਕੀਤੀ ਤੇ ਉਦੋਂ ਬਾਅਦ ਉਹ ਕਹਿੰਦਾ ਕਿ ਵੀ ਸਾਡੀ ਜਿਹੜੀ ਮੁਲਾਕਾਤ ਸੀ ਉਹ ਫੇਰ ਕਹਿੰਦਾ ਕਿ ਅਸੀਂ ਆਹ ਉੱਥੇ ਮੰਤਰੀ ਜੀ ਦੇ ਉੱਤੇ ਇਕੱਠੇ ਹੋਏ ਉਹਨੂੰ ਤਾਂ ਅਮਨ ਸਿੰਘ ਨੂੰ ਤਾਂ ਮੰਤਰੀ ਦੇ ਰਾਸ਼ਟਰਪਤੀ ਦੇ ਵਿੱਚ ਫਰਕ ਵੀ ਨਹੀਂ ਪਤਾ ਹੈ ਉਹਨੂੰ ਤਾਂ ਇੰਨਾ ਹੀ ਪਤਾ ਕਹਿੰਦਾ ਅਸੀਂ ਤਾਂ ਰਾਸ਼ਟਰਪਤੀ ਨੂੰ ਵੀ ਚਿੱਠੀਆਂ ਲਿਖੀਆਂ ਨੇ ਮੈਂ ਰਾਸ਼ਟਰਪਤੀ ਨੂੰ ਵੀ ਮਿਲ ਕੇ ਆਇਆ ਜਦਕਿ ਰਾਸ਼ਟਰਪਤੀ ਨੂੰ ਮਿਲਿਆ ਨੀ ਕਦੇ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਸੋ ਉਹਨੂੰ ਕੋਈ ਪਤਾ ਨੀ ਹੈ ਉਹ ਤਾਂ ਦੇਸੀ ਗੱਲਾਂ ਹਰ ਗੱਲ ਦੇ ਉੱਤੇ ਇੱਕ ਸੈਂਟੈਂਸ ਦੇ ਵਿੱਚ 7 ਵਾਰੀ ਕਲੀਅਰ ਬੋਲਦਾ ਕਲੀਅਰ ਕਰ ਦਿਆਂਗੇ ਕਲੀਅਰ ਕਰ ਦਿਆਂਗੇ ਉਹ ਬਾਰ ਬਾਰ ਇਹ ਗੱਲ ਕਹਿੰਦਾ ਸੋ ਇਹ ਜਿਹੜੀ ਗੱਲ ਸੀ ਹੁਣ ਇਹ ਸਾਫ਼ ਹੋ ਗਈ ਹੈ ਸਹਿਮਤ ਹੋ ਜਾਵੋ ਉਹ ਗੱਲ ਹੈਗੀ ਇਹ ਵੀ ਉਹ ਕਿਹੜੇ ਬੰਦੇ ਸੀ ਜਿਨ੍ਹਾਂ ਨੇ 30,000 ਦੀ ਆਫਰ ਕਰਕੇ ਲਖਵੀਰ ਸਿੰਘ ਨੂੰ ਇਸ ਮੋਰਚੇ ਚ ਲਿਆਂਦਾ ਇੱਕ ਉਹਦਾ ਸਾਥੀ ਹੋਰ ਸੀ ਉਹਨੂੰ ਨਾਲ ਉਹ ਕੌਣ ਬੰਦੇ ਸੀ ਜਿਨ੍ਹਾਂ ਦੇ ਕਹੇ ਦੇ ਉੱਤੇ ਆ ਪਿੰਕੀ ਕੈਟ ਜਿਹੜਾ ਹੈਗਾ ਇਹ ਨਿਹੰਗ ਸਿੰਘ ਨੂੰ ਲੈ ਕੇ ਆਪਣੀ ਗੱਡੀ ਦੇ ਵਿੱਚ ਦਰਬਾਰ ਪਹੁੰਚਿਆ ਖੇਤੀ ਮੰਤਰੀ ਦੇ ਤੁਹਾਨੂੰ ਨਹੀਂ ਲੱਗਦਾ ਆਹ ਜਿਹੜੀ ਹੁਣ ਕੁੱਕੜ ਮਾਰਨ ਵਾਲੀ ਵੀ ਆ ਕੁੱਕੜ ਦੇ ਪਿੱਛੇ ਇੱਕ ਬੰਦੇ ਦੀ ਲੱਤ ਤੋੜਨ ਵਾਲੀ ਗੱਲ ਹੈ ਆਹ ਗੱਲ ਲਾ ਲਓ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸਾਨੀ ਘੋਲ ਦੇ ਵਿੱਚ ਤਰਥੱਲੀ ਮਚਾਉਣ ਦੇ ਲਈ ਬੀਜੇਪੀ ਦੇ ਵੱਲੋਂ ਇਨ੍ਹਾਂ ਦੇ ਖੇਤੀ ਮੰਤਰੀ ਦੇ ਵੱਲੋਂ ਬਾਕੀ ਸਾਰਿਆਂ ਦੇ ਵੱਲੋਂ ਇਹ ਘੜੀਆਂ ਜਾਣ ਵਾਲੀਆਂ ਰੋਜ਼ ਦੀਆਂ ਘਟਨਾਵਾਂ ਇਹ ਦੱਸਦੀਆਂ ਨੇ ਕਿ ਬੀਜੇਪੀ ਦੇ ਲਈ ਹੱਥ ਖੜੇ ਹੋ ਚੁੱਕੇ ਨੇ ਹੁਣ ਉਹ ਨਵੇਂ ਤੋਂ ਨਵੇਂ ਹੱਥ ਕੰਡੇ ਵਰਤ ਰਹੀ ਹੈ ਇਲੈਕਸ਼ਨਾਂ ਨੇੜੇ ਆ ਰਹੀਆਂ ਨੇ ਪਿੰਕੀ ਕੈਟ ਵਰਗੇ ਇੱਕ ਅਜਿਹੇ ਬੰਦੇ ਨੂੰ ਜਿਹੜਾ ਕਿ ਆਪਾਂ ਨੂੰ ਪਤਾ ਹੀ ਹੈ ਵੀ ਉਹ ਇੱਕ ਕਈ ਗੱਲਾਂ ਦੇ ਵਿੱਚ ਸਿੱਖ ਨੌਜਵਾਨਾਂ ਦੇ ਕਤਲਾਂ ਦੇ ਵਿੱਚ ਦਾ ਜ਼ਿੰਮੇਵਾਰ ਹੈ ਜਾਂ ਹੋਰ ਬੜਾ ਕੁਛ ਹੈ ਉਹਨਾਂ ਦੇ ਰਾਹੀਂ ਇਸ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਦੀਆਂ ਇਹ ਸਕੀਮਾਂ ਨੇ ਇਹਦੇ ਵਿੱਚ ਚਾਹੇ ਇਹ ਨਿਹੰਗ ਵਰਤੇ ਜਾਣ ਚਾਹੇ ਪਿੰਕੀ ਕੈਟ ਵਰਤਿਆ ਜਾਵੇ
चाहे वह अनुभोल लखवीर सिंह की हत्या की जाए ड्राइवर जेड़ा बेचारा एक रोजी रोटी दे लई ड्राइविंग करदा किसी का माल इधरों उधर पहुंचाउंदा है ओदियां लत्तां तड़ाईयां जान ये रौला यही है भी किसी ना किसी तरीके आपसी खैबाजी दे करा के इस घोल नूं खत्म कराया जाए तुहानूं किवें लगदा ਜਿਵੇਂ ਤੁਸੀਂ ਇਹ ਉਦਾਹਰਣਾਂ ਦਿੱਤੀਆਂ ਨੇ ਕਈ ਮੈਂ ਵੀ ਇਹਦੇ ਚ ਹੋਰ ਵਾਧਾ ਕਰਦਾ ਹਾਲਾਂਕਿ ਮੈਂ ਉਹਨੂੰ ਸ਼ਾਰਟ ਕਰਨ ਦੇ ਚੱਕਰ ਜਦੋਂ ਮੈਂ ਘੜੀ ਵੱਲ ਝਾਕਿਆ ਤਾਂ ਮੈਂ ਸ਼ਾਰਟ ਕਰ ਗਿਆ ਸੀ ਸ਼ਿਵ ਕਿਸਾਨ ਮੋਰਚੇ ਨੇ ਇੱਕੋ ਤੱਕ ਵੀ ਕਿਹਾ ਬਈ ਜਦੋਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ 26 ਜਨਵਰੀ ਤੋਂ ਬਾਅਦ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਬਾਬਾ ਜੀ ਹੁਣ ਤੁਸੀਂ ਚਾਲੇ ਪਾ ਦੋ ਜਿਸ ਦੁਆਰਾ ਲੋੜ ਪਊਗੀ ਅਸੀਂ ਤੁਹਾਨੂੰ ਆਪ ਬੰਦ ਕਰਕੇ ਲੈ ਆਵਾਂਗੇ ਪਰ ਹੁਣ ਤੁਸੀਂ ਇੱਥੇ ਚਾਲੇ ਪਾਓ ਤੇ ਉਹ ਜਿਹੜਾ ਨਿਸ਼ਾਨ ਸਾਹਿਬ ਕੱਢਿਆ ਸੀ ਉਹਦੇ ਬਾਰੇ ਵੀ ਖਿਆਲ ਕਿਹਾ ਇਹਦੇ ਨਾਲ ਕੱਲ ਨੂੰ ਕੋਈ ਗੱਲਬਾਤ ਹੋਊਗੀ ਫਿਰ ਆਪਾਂ ਕਹਾਂਗੇ ਵੀ ਇਹਦੀ ਬੇਅਦਬੀ ਹੋਈ ਹੈ ਇਸ ਕਰਕੇ ਆਪਾਂ ਇਹਨੂੰ ਇੱਥੇ ਨਾ ਲਾਈਏ ਕਿਉਂਕਿ ਇਹ ਕਿਸੇ ਇੱਕ ਧਰਮ ਨਾਲ ਸੰਬੰਧਿਤ ਮੋਰਚਾ ਨਹੀਂ ਹੈਗਾ ਤਾਂ ਉਦੋਂ ਬੜੇ ਲੋਕਾਂ ਨੇ ਲਾਣਾ ਲਾਣਾ ਕਰਕੇ ਬਲਵੀਰ ਸਿੰਘ ਰਾਜੇਵਾਲ ਵਰਗੇ ਗੁਰਸਿੱਖ ਬੰਦੇ ਨੂੰ ਕਾਮਰੇਡ ਕਿਹਾ ਲਾਲ ਕਚਹਿਰੇ ਵਾਲਾ ਕਿਹਾ ਪਤਾ ਨੀ ਕੀ ਬਕਰਵਾ ਕੀਤਾ ਮਤਲਬ ਹੁਣ ਮੈਂ ਕੀ ਦੱਸ ਦਿਆਂ ਤੁਹਾਨੂੰ ਤਾਂ ਪਰ ਹੁਣ ਸਿਰਫ ਮੋਰਚੇ ਨੇ ਬੜਾ ਸਾਫ਼ ਕੀਤਾ ਬਈ ਇਹ ਇੱਥੇ ਨਿਗਾਹ ਦਾ ਇੱਕ ਧੜਾ ਨੀ ਬੈਠਾ ਇਹ ਕਈ ਧੜੇ ਨੇ ਇਹਨਾਂ ਦੀ ਆਪਸ ਵਿੱਚ ਵੀ ਖਹਿਬਾਜ਼ੀਆਂ ਨੇ ਤੇ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਸਾਡੇ ਲਈ ਕਈ ਬਦਨਾਮੀਆਂ ਕੱਟੀਆਂ ਨੇ ਜਿਵੇਂ ਤੁਸੀਂ ਆ ਦੱਸਿਆ ਹੁਣ ਮੁਰਗੇ ਵਾਲਾ ਮਾਮਲਾ ਆ ਗਿਆ ਉਹਦੀ ਲੱਤ ਤੋੜਤੀ ਮੁਰਗਾ ਖਾਣ ਨੂੰ ਮੰਗਦੇ ਸੀ ਉਹਨੇ ਨਾ ਕਰਤੀ ਤੇ ਉਹਦੀ ਲੱਤ ਤੋੜਤੀ ਇਹ ਵੀ ਇੱਕ ਨੀ ਅਨੇਕਾਂ ਲੋਕਾਂ ਦੇ ਉੱਤੇ ਇਹਨਾਂ ਨੇ ਇਸ ਤਰ੍ਹਾਂ ਹਮਲੇ ਪਹਿਲਾਂ ਵੀ ਕੀਤੇ ਨੇ ਇੱਕ ਬੰਦੇ ਦਾ ਗੁੱਟ ਤੋੜਤਾ ਸੀ ਹੱਥ ਤੋੜਤਾ ਸੀਗਾ ਉਦੋਂ ਵੀ ਸੱਟਾਂ ਮਾਰੀਆਂ ਸੀਗੀਆਂ ਤੇ ਇੱਕ ਦੇ ਕਿਰਪਾਨਾਂ ਮਾਰੀਆਂ ਸੀ ਇੱਕ ਪੁਲਿਸ ਵਾਲੇ ਦੇ ਕਿਰਪਾਨ ਮਾਰੀ ਸੀ ਉਹ ਜਿਹੜੇ ਬੈਰੀਕੇਟਾਂ ਦੇ ਉੱਤੇ ਕਿਰਪਾਨਾਂ ਲਹਿਰਾਉਂਦੇ ਉੱਥੇ ਕਈ ਕੁਛ ਕਰਕੇ ਆਏ ਉਦੋਂ ਵੀ ਨਮੋਸ਼ੀ ਹੋਈ ਸੀ ਸਾਨੂੰ ਤੇ ਇੱਕ ਕੁੰਡਲੀ ਬਾਰਡਰ ਦੇ ਉੱਤੇ ਹੀ ਇੱਕ ਦੁਕਾਨਦਾਰ ਦੀ ਦੁਕਾਨ ਦੇ ਵਿੱਚ ਤੂੜੀ ਫਿਰਤੀ ਸੀ ਇਹਨਾਂ ਨੇ ਉਹਦੀ ਦੁਕਾਨ ਤੂੜੀ ਨਾਲ ਭਰਤੀ ਸੀ ਤੇ ਇਵੇਂ ਇੱਕ ਇਹਨਾਂ ਨੇ ਉੱਥੇ ਮੋਟਰ ਲਾ ਲਈ ਆਪਦੀ ਉਹ ਮੋਟਰ ਦਾ ਬਿੱਲ 75,000 ਕਿਸਾਨ ਮੋਰਚੇ ਨੂੰ ਭਰਨਾ ਪਿਆ ਹੁਣ ਤੱਕ ਕਿਸਾਨ ਮੋਰਚਾ ਇਹ ਕਹਿੰਦਾ ਵੀ ਇਹਨਾਂ ਦੀਆਂ ਕੀਤੀਆਂ ਕਾਰਵਾਈਆਂ ਦੇ ਵਿੱਚ ਮੁਆਵਜ਼ੇ ਦੇ ਤੌਰ ਤੇ ਜਿਨ੍ਹਾਂ ਦੇ ਇਹਨਾਂ ਨੇ ਸੱਟਾਂ ਫਿੱਟਾਂ ਮਾਰੀਆਂ ਹੋਰ ਕੀਤਾ ਉਹਨਾਂ ਲੋਕਾਂ ਦੀਆਂ ਮਿੰਨਤਾਂ ਅਸੀਂ ਕੀਤੀਆਂ ਪੈਰੀ ਪੱਗਾਂ ਉਹਨਾਂ ਦੇ ਅਸੀਂ ਧਰੀਆਂ ਵੀ ਉਹ ਨਾਰਾਜ਼ ਨਾ ਹੋਣ ਲੋਕੀ ਆਲੇ ਦੁਆਲੇ ਵਾਲੇ ਇਸ ਗੱਲ ਨੂੰ ਦੁਖੀ ਨਾ ਹੋਣ ਕਹਿੰਦੇ ਮਿੰਨਤਾਂ ਅਸੀਂ ਕੀਤੀਆਂ ਤੇ ਇਸ ਬਦਲੇ ਚ 4 ਲੱਖ ਤੋਂ ਉੱਤੇ ਲੋਕਾਂ ਨੂੰ ਮੁਆਵਜ਼ਿਆਂ ਦੇ ਰੂਪ ਚ ਜਾਂ ਹੋਰਾਂ ਰੂਪਾਂ ਦੇ ਵਿੱਚ ਸਾਨੂੰ ਖਰਚੇ ਢਿੱਲਣੇ ਪਏ ਨੇ ਸੰਯੁਕਤ ਮੋਰਚੇ ਨੂੰ ਇਹਨਾਂ ਦੀ ਵਜ੍ਹਾ ਕਰਕੇ ਮਹਿੰਗਾ ਦੀ ਵਜ੍ਹਾ ਕਰਕੇ ਤੇ ਦੂਸਰੀ ਗੱਲ ਹੁਣ ਜਿਹੜਾ ਨਵਾਂ ਨੌ ਆਇਆ ਜਿਹੜਾ ਇਹਨੇ ਕੱਲੇ ਦਿਨੇ ਫੜਿਆ ਵਾ ਨਕਲੀ ਲਿੰਗ ਜਿਹਨੂੰ ਆਪਾਂ ਕਹੀਏ ਜਿਹਦੇ ਵਾਲ ਕੱਟੇ ਹੋਏ ਨੇ ਤੇ ਉਹ ਡਰਾਈਵਰ ਦੀ ਲੱਤ ਤੋੜੀ ਆ ਕਹਿੰਦਾ ਜੀ ਉਹਦਾ ਨੌ ਵੀ ਨਵੀਨ ਸੰਧੂ ਆ ਹੁਣ ਦੇਖੋ ਕਿਤੇ ਇਹ ਨਵੀਨ ਸੰਧੂ ਹੋਈ ਸੰਧੂ ਤਾਂ ਨੀ ਹੈ ਉਹੀ ਉਹ ਠੀਕ ਹੈ ਨਾ ਪਰ ਕੁਛ ਲੋਕਾਂ ਨੇ ਸੋਸ਼ਲ ਮੀਡੀਆ ਤੇ ਪਾਇਆ ਵੀ ਉਹ ਗੁਰਮੀਤ ਸਿੰਘ ਕੀ ਆ ਜਿਹੜਾ ਉਹਦਾ ਨੌ ਪਰ ਮੈਂ ਕੱਲ ਤੁਹਾਡਾ ਜੀ ਜਿਹੜੇ ਤੁਸੀਂ ਉਦੋਂ ਮੈਨੂੰ ਕਿਹਾ ਸੀ ਨਾ ਵੀ ਤੁਸੀਂ ਕਮਰ ਸੰਧੂ ਨਾਲ ਸੰਪਰਕ ਕਰੋ ਤੇ ਮੈਂ ਕਮਰ ਸੰਧੂ ਜੀ ਨੂੰ ਫੋਨ ਲਾ ਲਿਆ ਉਹਨਾਂ ਤੋਂ ਮੈਂ ਪੁੱਛਿਆ ਕਾਫੀ ਦੇਰ ਉਹਨਾਂ ਨਾਲ ਮੇਰੀ ਤਕਰੀਬਨ 20-22 ਮਿੰਟ ਉਹਨਾਂ ਨਾਲ ਮੇਰੀ ਲੰਬੀ ਗੱਲਬਾਤ ਹੋਈ ਪਰ ਉਹਨਾਂ ਨੇ ਮੈਨੂੰ ਦੱਸਿਆ ਬਈ ਇਹਨੇ ਕਦੇ ਜ਼ਿਕਰ ਨਹੀਂ ਕੀਤਾ ਇਹਦਾ ਨਾਂ ਕਮਰ ਸੰਧੂ ਆ ਤੇ ਉਹਨਾਂ ਨੇ ਨਾਲ ਇਹ ਵੀ ਦੱਸਿਆ ਵੀ ਜਿਹੜੀ ਇਹਦੀ ਦੂਜੀ ਪਤਨੀ ਆ ਉਹ ਹਿੰਦੂ ਪਰਿਵਾਰ ਚੋਂ ਆ ਤੇ ਉਹਨਾਂ ਨੇ ਕਿਹਾ ਵੀ ਮੇਰਾ ਮਕਸਦ ਤਾਂ ਸਿਰਫ ਜਿਹੜੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਉਦੋਂ ਉਹ ਜਾਣਕਾਰੀਆਂ ਜਿਹਨਾਂ ਦਾ ਮਤਲਬ ਮਨੁੱਖੀ ਅਧਿਕਾਰਾਂ ਦੇ ਜਿਹੜੇ ਕਾਰਕੁਨ ਸੀ ਜਾਂ ਜਿਹੜੇ ਮੁਹਿੰਮ ਚਲਾਈ ਹੋਈ ਸੀ ਉਹਦੇ ਚ ਮਦਦ ਕਰਨ ਵਾਸਤੇ ਮੈਂ ਇਹਦੇ ਨਾਲ ਕਈ ਮੁਲਾਕਾਤਾਂ ਕੀਤੀਆਂ ਸੀਗੀਆਂ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਇਹਨੇ ਜਾਣਕਾਰੀਆਂ ਕਾਫੀ ਮੈਨੂੰ ਸਟੀਕ ਵੀ ਦਿੱਤੀਆਂ ਕਾਫੀ ਜਾਣਕਾਰੀ ਉਹਨੇ ਮੈਨੂੰ ਇੱਥੋਂ ਤੱਕ ਕਿਹਾ ਕਹਿੰਦੇ ਵੀ ਇਹ ਵੀ ਜ਼ਿਆਦਾ ਚ ਬੜੀ ਤਕੜੀ ਆ ਤੇ ਇਹ ਇਹਨੇ ਕਈ ਪੁਰਾਣੀਆਂ ਗੱਲਾਂ ਐਨ ਤੇਜ਼ਾਬ ਸੀ ਜਿਹੜੀਆਂ ਗੱਲਾਂ ਇਹਨੇ ਮੈਨੂੰ ਦੱਸੀਆਂ ਤੇ ਇਹ ਕਦੇ ਡਾਇਰੀ ਨਹੀਂ ਸੀ ਚੱਕਦਾ ਜਾਂ ਤੁਹਾਨੂੰ ਕਦੇ ਆਏ ਨਹੀਂ ਸੀ ਉਹਨਾਂ ਨੂੰ ਦੇਖ ਕੇ ਦੱਸੂਗਾ ਇਹਨੂੰ ਤਾਂ ਤਰੀਕਾਂ ਤੱਕ ਵੀ ਯਾਦ ਸੀ ਜਵਾਨੀ ਪਰ ਕੱਲ ਵਾਲੀ ਗੱਲ ਤੋਂ ਮੈਨੂੰ ਉਹ ਕੱਲ ਵਾਲੀ ਗੱਲ ਜਿਹੜੀ ਉਹ ਕਮਰ ਸੰਧੂ ਹੋਰਾਂ ਦੇ ਉਸ ਦਾਅਵੇ ਨਾਲ ਭਾਵੇਂ ਮੇਲ ਨਹੀਂ ਖਾਂਦੀ ਕਿਉਂਕਿ ਇਹ ਕਹਿੰਦਾ ਕਿ ਵੀ ਮੈਂ ਤਾਂ ਇਹਨੂੰ ਪਟਿਆਲਾ ਜੇਲ੍ਹ ਚਲਾ ਕੇ ਹੁਣ ਪਤਾ ਲੱਗਿਆ ਮਿਲਿਆ ਹੀ ਨੀਗਾ ਪਰ ਇਹ ਕਹਿੰਦਾ ਇਹਨੂੰ ਮੈਨੂੰ ਪਟਿਆਲਾ ਜੇਲ੍ਹ ਚ ਮਿਲਿਆ ਜਦਕਿ ਇਹ ਇੱਕ ਵੱਡੀ ਸਾਜਿਸ਼ ਦਾ ਹਿੱਸਾ ਹੈ ਦੁਬਾਰਾ ਜੀ ਬਈ ਉਹ ਅੱਛਾ ਹੁਣ ਮੈਂ ਤੁਹਾਨੂੰ ਉਹ ਵੀ ਨਾਲ ਹੀ ਇੱਥੇ ਕਲੀਅਰ ਕਰ ਦਿਆ ਕਿਉਂਕਿ ਬਾਰ ਬਾਰ ਬਾਬਾ ਆਮਲਾ ਕਹਿੰਦਾ ਨਾ ਮੈਂ ਕਲੀਅਰ ਕਰ ਦੂ ਔਰ ਮੈਂ ਵੀ ਕਲੀਅਰ ਕਰਦਾ ਇਸ ਗੱਲ ਉਹ ਕਲੀਅਰ ਇਹ ਆ ਬਈ ਜਿਹੜੇ ਬੰਦੇ ਜਦੋਂ ਉਸ ਬੇਚਾਰੇ ਲਖਵੀਰ ਨੂੰ ਕੁੱਟਿਆ ਜਾ ਰਿਹਾ ਸੀ ਉਹਨੂੰ ਤਸੀਹੇ ਦਿੱਤੇ ਜਾ ਰਹੇ ਸੀ
ਉਹਦੀ ਉਹਦਾ ਗੁੱਟ ਵੱਢਿਆ, ਉਹਦੇ ਲੱਤ ਦੇ ਉੱਤੇ ਉਹਦੇ ਕੁੱਟ ਪਈ ਆ, ਉਹਨੂੰ ਨੰਗਾ ਤੇ ਉਹਦੇ ਕੱਪੜੇ ਲਾਏ ਹੋਏ ਨੇ ਸਿਰਫ, ਉਹਦੇ ਤੇਲ ਕਛਹਿਰਾ ਵਾ ਇੱਕ ਕੱਛਾ ਪਾਇਆ ਜੋ ਵੀ ਆ, ਜਦੋਂ ਉਹਦੀ ਕੁੱਟਮਾਰ ਹੋ ਰਹੀ ਆ ਉਦੋਂ ਉਹ ਇੱਕ ਫੋਨ ਨੰਬਰ ਦਾ ਜ਼ਿਕਰ ਕਰਦਾ ਤੇ ਉਹ ਫੋਨ ਕੱਲ ਪੱਤਰ ਕੱਲ ਬਹੁਤ ਸਾਰੇ ਪੱਤਰਕਾਰ ਉਹ ਬੰਦੇ ਦੇ ਘਰੇ ਪਹੁੰਚ ਗਏ, ਬਿਲਕੁਲ ਜਿਹਦੇ ਜਿਹਦਾ ਫੋਨ ਦਾ ਜ਼ਿਕਰ ਹੋਇਆ ਉਹਦਾ ਨਾਮ ਪ੍ਰਗਟ ਹੈ, ਪ੍ਰਗਟ ਸਿੰਘ ਆ, ਉਹ ਵੀ ਕੱਲ ਪ੍ਰਗਟ, ਉਹ ਪ੍ਰਗਟ ਹੋ ਗਿਆ ਕੱਲ, ਉਹ ਇੱਕ ਸਧਾਰਨ ਕਿਸਾਨ ਪਰਿਵਾਰ ਆ ਦੁਆਰਾ ਜੀ, ਬਹੁਤ ਹੀ ਗੱਲ ਕਰ ਚੁੱਕੇ, ਉਹ ਕਹਿੰਦੇ ਵੀ ਹਾਂਜੀ ਉਹ ਕਹਿੰਦੇ ਵੀ 30,000 ਤਾਂ ਦੂਰ, 30 ਰੁਪਈਏ ਇਹ ਕਦੇ ਕਦੇ ਸਭ ਤੋਂ ਕਦੇ 20 ਕਦੇ 10 ਕਦੇ 30, ਇੰਨੇ ਕੁ ਰੁਪਈਏ ਸਭ ਤੋਂ ਖਰਚੇ ਖੁਰਚੇ ਨਹੀਂ ਦੇਸ਼ੇ ਪੁੱਤੇ ਨਹੀਂ ਲੈ ਜਾਂਦਾ ਸੀ, 30,000 ਤਾਂ ਉਹ ਕਹਿੰਦੇ ਅਸੀਂ ਕਦੇ ਸੋਚਿਆ ਨੀ, 30,000 ਤਾਂ ਸਾਡੇ ਆਪਦੇ ਕੋਲੇ ਹੋਇਆ, ਅਸੀਂ ਕਿਸੇ ਨੂੰ ਕਿੱਥੋਂ ਦੇਣਾ, ਦੂਜੀ ਗੱਲ ਉਹ ਉਹਨਾਂ ਦੀ ਔਰਤ ਉਹਨਾਂ ਦੀ ਔਰਤ ਕੈਮਰੇ ਸਾਹਮਣੇ ਬੋਲਦੀ ਕਹਿੰਦੀ ਆ ਵੀ ਪਹਿਲੀ ਗੱਲ ਤਾਂ ਅਸੀਂ ਗੁਰੂ ਨੂੰ ਮੰਨਣ ਵਾਲੇ ਆ, ਅਸੀਂ ਗੁਰੂ ਦੇ ਭਾਅ ਚ ਰਹਿੰਦੇ ਹਾਂ, ਅਸੀਂ ਗੁਰੂ ਤੋਂ ਡਰ ਕੇ ਸਭ ਕੁਛ ਕਰਦੇ ਹਾਂ, ਤੇ ਅਸੀਂ ਸਾਡਾ ਪਰਿਵਾਰ ਸਾਡਾ ਪਿਛੋਕੜ ਸਾਡਾ ਪੁਰਾਣਾ ਜੋ ਵੀ ਦੇਖੋ ਅਸੀਂ ਗੁਰੂ ਤੋਂ ਬੇਮੁੱਖ ਕਦੇ ਹੋਏ ਹੀ ਨੀਗੇ, ਤੇ ਅਸੀਂ ਗੁਰੂ ਦੀ ਬੇਨਤੀ ਕਿਉਂ ਕਰਾਵਾਂਗੇ, ਚਲੋ ਮੰਨ ਲਓ ਜੇ ਗੁਰੂ ਦੀ ਬੇਨਤੀ ਕਰਾਉਣੀ ਹੋਈ ਹੈ ਤੇ ਸਿੰਘੂ ਬਾਰਡਰ ਤੇ ਕਾਹਤੋਂ ਕਰਾਵਾਂਗੇ, ਗੁਰਦੁਆਰਾ ਤੋਂ ਸਭ ਕੁਛ ਉੱਥੇ ਘਰ ਸਾਡੇ ਘਰ ਤੋਂ ਤਾਂ ਬਹੁਤ ਵੱਡੇ ਆ ਗੁਰਦੁਆਰਾ, ਫਿਰ ਅਸੀਂ ਏਡੀ ਦੂਰ ਕਾਹਤੋਂ ਜਾਵਾਂਗੇ, ਇੱਥੇ ਕਰਵਾ ਲੈਂਦੇ ਜੇ ਕਰਵਾਉਣਾ ਹੁੰਦਾ, ਤੋ ਇਸ ਕਰਕੇ ਉਹਨਾਂ ਦੀਆਂ ਗੱਲਾਂ ਚ ਵੀ ਦਮ ਲੱਗਿਆ, ਪਰ ਹੁਣ ਜਿਹੜੀ ਹਰਿਆਣੇ ਦੀ ਸਿੱਖ ਹੈ ਜਿਹੜੀ ਹਰਿਆਣਾ ਸਰਕਾਰ ਵੱਲੋਂ ਗਸ਼ਤ ਕੀਤੀ ਆ ਇਹਦੀ ਜਾਂਚ ਲਈ ਸਿੰਘੂ ਬਾਰਡਰ ਵਾਲੇ ਮਾਮਲੇ ਚ, ਤਾਂ ਉਸ ਸਿੱਖ ਨੇ ਵੀ ਜਿਹੜੀ ਇਹ ਨਵੀਂ ਵੀਡੀਓ ਸਾਹਮਣੇ ਆਈ ਆ ਜਿਹਦੇ ਚੋਂ ਫੋਨ ਨੰਬਰ ਦਾ ਜ਼ਿਕਰ ਕਰਦਾ ਦੋ ਫੋਨਾਂ ਦਾ, ਤੇ ਪ੍ਰਗਟ ਸਿੰਘ ਇਹ ਕਹਿੰਦਾ ਵੀ ਜਿਹੜਾ ਫੋਨ ਉਹ ਕਹਿੰਦਾ ਵੀ ਇਹਨੂੰ ਮੇਰਾ ਨੰਬਰ ਯਾਦ ਜ਼ਰੂਰ ਆ ਕਿਉਂਕਿ ਸਾਡੇ ਘਰੇ ਇਹ ਅਕਸਰ ਆਉਂਦਾ ਸੀ, ਇਹਦੇ ਕੋਲ ਫੋਨ ਨਹੀਂ ਸੀ ਹੁੰਦਾ, ਇਹ ਬਹੁਤੀ ਵਾਰੀ ਮੇਰੇ ਫੋਨ ਤੋਂ ਆਪਦੀ ਭੈਣ ਨੂੰ ਫੋਨ ਕਰਦਾ ਸੀ, ਤੇ ਕਈ ਵਾਰੀ ਇਹਦੀ ਭੈਣ ਦਾ ਫੋਨ ਵੀ ਮੇਰੇ ਫੋਨ ਤੇ ਆ ਜਾਂਦਾ ਸੀ ਵੀ ਮੇਰੀ ਉਹਦੇ ਨਾਲ ਮੈਨੂੰ ਇੰਨਾ ਗੱਲ ਕਰਾ ਦੇ, ਇਹਦੇ ਪਰਿਵਾਰ ਨੇ ਜੇ ਕਿਤੇ ਇਹਦੇ ਨਾਲ ਗੱਲ ਕਰਨੀ, ਉਹ ਕਹਿੰਦਾ ਇਸ ਕਰਕੇ ਮੇਰਾ ਨੰਬਰ ਇਹਨੂੰ ਜਵਾਨੀ ਯਾਦ, ਤੇ ਹੋ ਸਕਦਾ ਇਹਦੇ ਕੁੱਟ ਤੋਂ ਡਰਦੇ ਨੇ ਉੱਥੇ ਵੀ ਉਹ ਪੁੱਛਦੇ ਸੀ ਨੰਬਰ ਦੱਸ, ਤੇ ਹੋ ਸਕਦਾ ਇਹਨੇ ਮੇਰਾ ਨੰਬਰ ਤਾਂ ਲੈ ਤਾਂ ਹੋਵੇ ਨਾ, ਇਹ ਗੱਲ ਉਹਨੇ ਕਹੀ ਹੈ। ਹੁਣ ਤੁਹਾਡਾ ਜੀ ਇਹ ਜਿਹੜੀ ਨਵੀਂ ਵੀਡੀਓ ਜਿਹੜੀ ਹੋਈ ਹੈ ਜਾਰੀ, ਇਹਦੇ ਆਧਾਰ ਤੇ ਹੁਣ ਸੈਟ ਜਿਹੜੀ ਹੈ ਹਰਿਆਣੇ ਵਾਲੀ ਉਹ ਵੀ ਜਾਂਚ ਕਰ ਰਹੀ ਹੈ, ਤੇ ਹੁਣ ਉਹ ਦੇਖੋ ਕੀ ਨਤੀਜਾ ਕੱਢੂਗੀ, ਤੇ ਦੂਜੇ ਪਾਸੇ ਜਿਹੜਾ ਸੈਟ ਦਾ ਮੁਖੀ ਆ ਉਹਨੇ ਇਹ ਗੱਲ ਕਹੀ ਆ, ਏਐਸਪੀ ਮਯੰਕ ਗੁਪਤਾ ਉਹਨੇ ਕਿਹਾ ਵੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਆਈ ਆ ਇਹਨਾਂ ਤੋਂ ਅਸੀਂ ਇਹਦੀ ਸੱਚਾਈ ਜਾਣਾਂਗੇ ਵੀ ਕੀ ਇਹ ਵਾਕਈ ਇਹ ਵੀਡੀਓ ਉੱਥੋਂ ਦੀ ਹੋਈ ਆ, ਇਹਦੀ ਫੋਰੈਂਸਿਕ ਜਾਂਚ ਕਰਾਵਾਂਗੇ ਕੀ ਇਹ ਸੱਚੀ ਆ ਜਾਂ ਇਹ ਬਾਅਦ ਚ ਜਿਹਨੂੰ ਕਹਿੰਦੇ ਨੇ ਤੋੜ ਮਰੋੜ ਕੇ ਜਾਂ ਡਾਕਟਰਡ ਸੀਡੀ ਹੈਗੀ ਆ ਉਹਦੀ ਅਸੀਂ ਜਾਂਚ ਕਰਾਵਾਂਗੇ, ਤੇ ਜਿਹੜਾ ਉਹ ਦੱਸਦਾ ਫੋਨ ਨੰਬਰ ਤੇ ਕਿਤੇ ਉੱਥੇ ਤਾਂ ਹੋ ਸਕਦਾ ਵੀ ਉਹਨੇ ਉਹ ਭੀੜ ਤੋਂ ਡਰਦੇ ਨੇ ਨੰਬਰ ਦਾ ਨਾਂ ਵੀ ਨਾਂ ਲੈਤਾ ਹੋਵੇ, ਪਰ ਅਸੀਂ ਪਤਾ ਉਹਦਾ ਵੀ ਕਰਾਵਾਂਗੇ, ਪਰ ਕੱਲ ਉਦੋਂ ਪਹਿਲਾਂ ਵੀ ਸਿੱਖ ਦੇ ਅਧਿਕਾਰੀ ਉੱਥੇ ਜਾ ਕੇ ਪਹੁੰਚੇ ਅਫਸਰ ਦੇ ਪੰਜਾਬ ਚ, ਉਦੋਂ ਪਹਿਲਾਂ ਹੀ ਜਿਹੜਾ ਮੀਡੀਆ ਉਹਨਾਂ ਨੇ ਉਹ ਇਹ ਗੱਲ ਮੰਗੀ ਕਰਤੀ ਮੈਂ ਤਾਂ ਪਹਿਲੇ ਬ੍ਰੇਕ ਲੈ ਰਿਹਾ ਪਰ ਤੁਸੀਂ ਅੱਗੇ ਜਾਈ ਜਾਂਦੇ ਸੀ ਮੈਂ ਬੋਲਿਆ ਨੀ, ਪਰ ਇੱਕ ਗੱਲ ਜ਼ਰੂਰ ਹੈ ਗਿੱਲ ਸਾਹਿਬ ਸਾਡੇ ਸਰੋਤੇ ਬੜੇ ਸਮਝਦਾਰ ਨੇ ਬੜੇ ਤਿੱਖੇ ਨੇ, ਉਹ ਕਹਿੰਦੇ ਜੀ ਤੁਸੀਂ ਉਹ ਕਹੀ ਜਾਣੇ ਤੁਹਾਨੂੰ ਵੀਜ਼ਾ ਨੀ ਮਿਲਦਾ, ਤਿੰਨ ਵਾਰੀ ਆਸਟ੍ਰੇਲੀਆ ਗੇੜਾ ਲਾ ਆਏ ਹੋ ਵੀਜ਼ੇ ਦੇ ਨਾਲ ਹੀ ਗਏ ਹੋਣੇ ਓਦਾਂ ਨੀ ਜਾ ਸਕਦੇ, ਚਲੋ ਖੈਰ ਉਹ ਕਹਿੰਦੇ ਜੀ ਮਾਰਚ ਅਪ੍ਰੈਲ ਚ ਅਸੀਂ ਜੋ ਮਰਜ਼ੀ ਹੋ ਜਾਏ ਆਸਟ੍ਰੇਲੀਆ ਤੋਂ ਅਮਰੀਕਾ ਜ਼ਰੂਰ ਆਵਾਂਗੇ, ਸ਼ੁਕਰੀਆ ਧੰਨਵਾਦ ਵੈਲਕਮ ਜੀ ਆਇਆਂ ਨੂੰ ਜਦੋਂ ਮਰਜ਼ੀ ਜੀ, ਦਰਵਾਜ਼ੇ ਖੁੱਲੇ ਨੇ ਰੇਡੀਓ ਚੰਨ ਪਰਦੇਸੀ ਦੇ ਸਾਡੇ ਸਰੋਤਿਆਂ ਦੇ ਲਈ। ਗਿੱਲ ਸਾਹਿਬ ਇੱਕ ਗੱਲ ਦੱਸਿਓ, ਕਹਿੰਦੇ ਹੁਣ ਤੁਸੀਂ ਕੇਜਰੀਵਾਲ ਨੂੰ ਗੋਲ ਗੱਪੇ ਵੇਚਣ ਲਾ ਤਾ, ਮੈਨੂੰ ਪਤਾ ਸੀ ਤੁਸੀਂ ਇਹ ਦੋਸ਼ ਮੇਰੇ ਤੇ ਮਰੋਗੇ ਕਿਉਂਕਿ ਤੁਸੀਂ ਜਾਂਦੇ ਆ ਬਈ, ਦੇਖੋ ਜੇ ਪ੍ਰਧਾਨ ਮੰਤਰੀ ਚਾਹ ਵੇਚ ਸਕਦੇ ਨੇ ਤਾਂ ਕੇਜਰੀਵਾਲ ਗੋਲ ਗੱਪੇ ਕਿਉਂ ਨੀ ਵੇਚਦਾ, ਤੁਸੀਂ ਦੱਸੋ ਕੀ ਕੇਜਰੀਵਾਲ ਤਾਂ ਸ਼ੁਰੂ ਦੇ ਗੋਲ ਗੱਪੇ ਵੇਚਦਾ, ਬਾਕੀ ਨੀ ਮੈਨੂੰ ਪਤਾ ਕਿਸੇ ਨੂੰ ਪਤਾ ਕਿ ਨਹੀਂ ਪਤਾ, ਵੇਚਦਾ ਗੋਲ ਗੱਪੇ ਆ ਚਾਹੇ ਗੱਲਾਂ ਦੇ ਗੋਲ ਗੱਪੇ ਵੇਚਦਾ, ਛਿੱਕ ਵੀ ਮਾਰਤੀ ਛਿੱਕ ਤਾਂ ਹੀ ਮਾਰੀ ਜੀ, ਉਹ ਗੋਲ ਗੱਪੇ ਦਾ ਪਾਣੀ ਨੱਕ ਚ ਪੈ ਗਿਆ ਜੀ। ਮੱਧ ਪ੍ਰਦੇਸ਼ ਦਾ ਬਹੁਤ ਮਸ਼ਹੂਰ ਇੱਕ ਕਿਲਾ ਵੀ ਆ ਤੇ ਸ਼ਹਿਰ ਵੀ ਆ ਗਵਾਲੀਅਰ, ਅੱਛਾ ਜੀ, ਇਤਿਹਾਸ ਦੇ ਵਿੱਚ ਗਵਾਲੀਅਰ ਦਾ ਨਾਮ ਬੜਾ ਆਉਂਦਾ, ਗਵਾਲੀਅਰ ਦੇ ਵਿੱਚ
ਮੋਤੀ ਮਹਿਲ, ਮੋਤੀ ਮਹਿਲ ਇੱਕ ਇਲਾਕਾ ਹੈ ਤੇ ਉੱਥੇ ਦੇ ਮੇਨ ਚੌਕ ਦੇ ਵਿੱਚ ਸਾਈਕਲ ਦੇ ਉੱਤੇ ਇੱਕ ਬੰਦਾ ਗੋਲ ਗੱਪੇ ਤੇ ਚਾਟ ਪਾਪੜੀ ਵੇਚਦਾ ਕੇਜਰੀਵਾਲ। ਉਹਦਾ ਨਾਂ ਅਰਵਿੰਦ ਕੇਜਰੀਵਾਲ ਜਿਹੜਾ ਮੁੱਖ ਮੰਤਰੀ ਆ, ਪਰ ਉਹਦੀ ਸ਼ਕਲ ਅਰਵਿੰਦ ਕੇਜਰੀਵਾਲ ਨਾਲ ਪੂਰੀ ਮਿਲਦੀ ਹੈ। ਉਹਦਾ ਆਪਦਾ ਨਾਂ ਸੌਰਵ ਗੌਰਵ ਗੁਪਤਾ ਹੈ ਬੇਸਿਕਲੀ, ਤੇ ਕੇਜਰੀਵਾਲ ਜੀ ਨਾਲ ਉਹਦੀ ਸ਼ਕਲ ਖੂਬ ਖੂਬ ਮਿਲਦੀ ਆ ਜੇ ਉਹ ਬੋਲਣ ਨਾ, ਕਿਉਂਕਿ ਉਹਨਾਂ ਦੇ ਬੋਲਣ ਦੇ ਲਹਿਜੇ ਚ ਬਹੁਤ ਫਰਕ ਹੈ, ਕਿਉਂਕਿ ਕੇਜਰੀਵਾਲ ਸਾਹਿਬ ਜਿਸ ਤਰੀਕੇ ਨਾਲ ਗੱਲਬਾਤ ਕਰਦੇ ਨੇ ਉਹਨਾਂ ਦਾ ਲਹਿਜਾ ਥੋੜਾ ਜਿਹਾ ਹੋਰ ਆ, ਕਿਉਂਕਿ ਉਹ ਇੱਕ ਬਹੁਤ ਪੜ੍ਹੇ ਲਿਖੇ ਉਹਨਾਂ ਨੇ ਆਈ ਆਈ ਟੀ ਦੇ ਵਿੱਚੋਂ ਪੜ੍ਹਾਈ ਕੀਤੀ ਆ, ਆਈ ਆਰ ਐਸ ਕੀਤੀ ਆ, ਤੇ ਇਸ ਕਰਕੇ ਉਹਨਾਂ ਦੀ ਪੜ੍ਹਾਈ ਤੇ ਉਹਨਾਂ ਦੀ ਲਿਆਕਤ ਤਾਂ ਬਹੁਤ ਉੱਚੀ ਆ, ਪਰ ਸ਼ਕਲ ਉਹਨਾਂ ਦੀ ਖੂਬ ਹੂ ਗੌਰਵ ਗੁਪਤਾ ਦੇ ਨਾਲ ਮਿਲਦੀ ਆ, ਤੇ ਗੌਰਵ ਗੁਪਤਾ ਪਿਛਲੇ ਕਈ ਸਾਲਾਂ ਤੋਂ ਮੋਤੀ ਮਹਿਲ ਇਲਾਕੇ ਦੇ ਮੇਨ ਚੌਕ ਦੇ ਵਿੱਚ ਸਾਈਕਲ ਗਰੀਬ ਆ ਪਰਿਵਾਰ ਉਹਦਾ, ਸਾਈਕਲ ਦੇ ਉੱਤੇ ਉਹ ਗੋਲ ਗੱਪੇ ਪਾਪੜੀ ਚਾਟ ਤੇ ਰਸ ਗੁਲਾਬ ਜਾਮਣ ਘਰੋਂ ਬਣਾ ਕੇ ਲਿਆਉਂਦਾ ਤੇ ਉੱਥੇ ਚੌਂਕ ਦੇ ਵਿੱਚ ਆਪਦਾ ਸਾਈਕਲ ਲਾ ਕੇ ਵੇਚਦਾ। ਗੱਲ ਸਾਹਿਬ ਗੁਲਾਬ ਜਾਮਣ ਤੇ ਗੋਲ ਗੱਪੇ ਦਾ ਕੀ ਮੇਲ ਹੈ? ਇਹ ਵੀ ਉੱਧਰ ਮੱਧ ਪ੍ਰਦੇਸ਼ ਚ ਚੱਲਦਾ ਵੀ ਉੱਥੇ ਨਾਲ ਉਹ ਮਿੱਠਾ ਵੀ ਪਰੋਸਦੇ ਆ, ਕਈ ਥਾਵਾਂ ਦੇ ਉੱਤੇ ਚੱਲਦਾ ਉਹ ਗਰਮ ਗੁਲਾਬ ਜਾਮਣ ਜਿਹੜੀ ਆ ਉਹ ਵੀ ਦਿੰਦੇ ਨੇ ਤੇ ਨਾਲ ਆਹ ਚਾਟ ਪਾਪੜੀ ਤੇ ਹਾਂ ਇਹ ਚੀਜ਼ਾਂ ਵੀ ਦਹੀਂ ਭੱਲਾ ਚਾਟ ਪਾਪੜੀ ਗੋਲ ਗੱਪੇ ਤੇ ਇਹ ਵੀ ਨਾਲ ਉਹ ਦਿੰਦੇ ਨੇ ਤੇ ਉਹ ਮਤਲਬ ਕੱਟੀਆਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਬਹੁਤੀ ਥਾਵਾਂ ਦੇ ਉੱਤੇ, ਉਹ ਗੋਲ ਗੱਪੇ ਵਾਲਿਆਂ ਦੇ ਨਾਲ ਹੀ ਗੁਲਾਬ ਜਾਮਣ ਵੀ ਰੱਖੀ ਹੁੰਦੀ ਆ ਤੇ ਉਹ ਗਰਮ ਗੁਲਾਬ ਜਾਮਣ ਵੀ ਵੇਚਦਾ ਘਰੋਂ ਲਿਆਉਂਦਾ ਬਣਾ ਕੇ ਤੇ ਉੱਥੇ ਉਹ ਚੌਂਕ ਦੇ ਵਿੱਚ ਲਾਉਂਦਾ। ਮੋਤੀ ਮਹਿਲ ਇਲਾਕਾ ਜਿਹਦੇ ਮੇਨ ਚੌਂਕ ਦੇ ਵਿੱਚ ਉਹ ਸਾਈਕਲ ਦੇ ਉੱਤੇ ਖੜਕੇ ਤਰ੍ਹਾਂ ਜਿਹੜਾ ਗੌਰਵ ਗੁਪਤਾ ਉਹ ਵੇਚਦਾ। ਕੁਛ ਦਿਨ ਪਹਿਲਾਂ ਰੋਣਾ ਜੀ ਇੱਕ ਯੂਟਿਊਬ ਚੈਨਲ ਜਿਹੜਾ ਫੂਡ ਦੇ ਨਾਲ ਸੰਬੰਧਿਤ ਉਹਨਾਂ ਦਾ ਚੈਨਲ ਹੈ, ਉਹਨਾਂ ਨੇ ਕਿਤੇ ਉਹਦੀ ਵੀਡੀਓ ਵਾਇਰਲ ਕਰਤੀ। ਜਦੋਂ ਉਹਦੀ ਵੀਡੀਓ ਵਾਇਰਲ ਹੋ ਗਈ ਤਾਂ ਗਵਾਲੀਅਰ ਨੂੰ ਛੱਡੋ ਆਲੇ ਦੁਆਲੇ ਦੇ ਹੋਰ ਸ਼ਹਿਰਾਂ ਤੋਂ ਵੀ ਲੋਕ ਉਹਦੇ ਕੋਲੇ ਆ ਕੇ ਮਤਲਬ ਕੁਝ ਦੁਕਾਨਦਾਰੀ ਬੜੀ ਚੱਲ ਪਈ ਆ, ਹੋ ਸਕਦਾ ਛੇਤੀ ਉਹ ਕੋਈ ਵੱਡੀ ਦੁਕਾਨ ਵੀ ਖੋਲ ਲਵੇ, ਪਰ ਉਹਨੂੰ ਲੋਕ ਆ ਕੇ ਕਹਿੰਦੇ ਵੀ ਕੇਜਰੀਵਾਲ ਸਾਹਿਬ ਹੀ ਆ, ਉਹਨੂੰ ਕਹਿੰਦੇ ਕੇਜਰੀਵਾਲ ਸਾਹਿਬ ਆ ਚਾਟ ਦੀ ਪਲੇਟ ਦੇ ਦਿਓ, ਆ ਕੇਜਰੀਵਾਲ ਸਾਹਿਬ ਗੋਲ ਗੱਪੇ ਲਾ ਦਿਓ, ਕੇਜਰੀਵਾਲ ਸਾਹਿਬ ਗੁਲਾਬ ਜਾਮਣ ਦੇ ਦਿਓ, ਤੇ ਉਹ ਖੁਸ਼ ਹੋ ਕੇ ਦਿੰਦਾ ਉਹ ਚਿਹਰਾ। ਹਾਂ ਉਹ ਮੁਸਕਰਾਉਂਦਾ ਰਹਿੰਦਾ ਸਦਾ ਖੁਸ਼ ਰਹਿੰਦਾ, ਪਰ ਜਦੋਂ ਉਹਨੂੰ ਪੱਤਰਕਾਰਾਂ ਨੇ ਪੁੱਛਿਆ ਬਈ ਤੁਸੀਂ ਹੁਣ ਇੰਨਾ ਮਸ਼ਹੂਰ ਹੋ ਗਿਆ ਵੀ ਤੇਰੀ ਮਸ਼ਹੂਰੀ ਬਹੁਤ ਹੋ ਗਈ ਆ, ਕੀ ਤੇਰਾ ਜੀ ਕਰਦਾ ਰਾਜਨੀਤੀ ਚ ਆਉਣ ਨੂੰ? ਤੇ ਉਹ ਫਿਰ ਤੁਹਾਡਾ ਜੀ ਉਹਨੇ ਫਿਰ ਉਹ ਖਰਗੋਸ਼ ਵਾਲਾ ਜਵਾਬ ਦਿੱਤਾ, ਖਰਗੋਸ਼ ਨੇ ਕਿਸੇ ਨੇ ਪੁੱਛਿਆ ਵੀ ਮੀਟ ਖਾਣਾ, ਕਹਿੰਦਾ ਜੀ ਆਪਦਾ ਹੀ ਬਸ ਜਿਵੇਂ ਬਹੁਤ ਆ, ਤੇ ਗੌਰਵ ਗੁਪਤਾ ਨੇ ਵੀ ਇਹੀ ਕਿਹਾ, ਕਹਿੰਦਾ ਜੀ ਮੈਂ ਰਾਜਨੀਤੀ ਤੋਂ ਦੂਰ ਹੀ ਠੀਕ ਹੈ, ਮੈਂ ਨੀ ਇਹ ਚੱਕਰਾਂ ਚ ਪੈਣਾ, ਹਾਂ ਇਹ ਮੇਰੇ ਮਨ ਚ ਜ਼ਰੂਰ ਇੱਛਾ ਹੈਗੀ ਆ ਵੀ ਜਿਸ ਬੰਦੇ ਦੀ ਵਜ੍ਹਾ ਕਰਕੇ ਮੈਂ ਇੰਨਾ ਮਸ਼ਹੂਰ ਹੋ ਗਿਆ ਅਰਵਿੰਦ ਕੇਜਰੀਵਾਲ ਜਿਹੜੇ ਦਿੱਲੀ ਦੇ ਸੀਐਮ ਨੇ ਉਹਨਾਂ ਨੂੰ ਮੈਨੂੰ ਮਿਲਣ ਦੀ ਇੱਛਾ ਜ਼ਰੂਰ ਆ, ਮੇਰੇ ਮਨ ਚ ਮੇਰਾ ਮਨ ਕਰਦਾ ਵੀ ਕਦੇ ਨਾ ਕਦੇ ਉਹਨਾਂ ਦੇ ਦਰਸ਼ਨ ਜ਼ਰੂਰ ਕਰਾਂ, ਉਹਨਾਂ ਨੂੰ ਨਿੱਜੀ ਤੌਰ ਤੇ ਮਿਲ ਲਵਾਂ, ਪਰ ਮੈਨੂੰ ਲੱਗਦਾ ਸ਼ਾਇਦ ਇਹਨਾਂ ਦੀ ਮੁਲਾਕਾਤ ਜਲਦੀ ਹੋ ਵੀ ਜਾਊਗੀ। ਉਹ ਤਾਂ ਹੋਣੀ ਪੈਣੀ ਆ, ਉਹ ਤਾਂ ਕਰ ਲੈਣੀ ਆ, ਕੇਜਰੀਵਾਲ ਨੇ ਆਪਣੇ ਆਪ ਹੀ ਕਰ ਲੈਣੀ ਆ, ਇਹ ਚ ਕੋਈ ਗੱਲ ਨੀ। ਪਰ ਦੂਜੇ ਪਾਸੇ ਗਿੱਲ ਸਾਹਿਬ ਜੀ, ਆਪਾਂ ਮੈਂ ਕੱਲ ਪਰਸੋਂ ਨਾ ਟੀਵੀ ਦੇ ਉੱਤੇ ਜਿਹੜਾ ਮੋਦੀ ਮੀਡੀਆ ਉਸ ਦੇ ਉੱਤੇ ਦੇਖ ਰਿਹਾ ਸੀ, ਸਾਡੇ ਪ੍ਰਧਾਨ ਮੰਤਰੀ ਯੂਪੀ ਦੇ ਵਿੱਚ ਉੱਤਰਾਂਚਲ ਦੇ ਵਿੱਚ ਮੇਰਾ ਖਿਆਲ ਗਏ ਨੇ ਇੱਕ ਜਗ੍ਹਾ ਦੇ ਉੱਤੇ ਜਿੱਥੇ ਬੋਧੀ ਲੋਕ ਜ਼ਿਆਦਾ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬੋਧੀ ਧਰਮ ਦੇ ਬਾਰੇ ਬੋਲਦਿਆਂ ਕਈ ਜਗ੍ਹਾ ਦੀ ਵਿਸ਼ਲੇਸ਼ਣ ਕੀਤਾ। ਮੇਰਾ ਖਿਆਲ ਉਹ ਲੰਕਾ ਤੱਕ ਵੀ ਗਏ ਨੇ ਵੀ ਬੁੱਧ ਧਰਮ ਕਿੱਥੋਂ ਫੈਲਿਆ, ਕਿਵੇਂ ਹੋਇਆ, ਸਾਰੀਆਂ ਗੱਲਾਂ ਕੀਤੀਆਂ। ਮੈਂ ਸੋਚ ਰਿਹਾ ਸੀ ਵੀ ਬੁੱਧ ਧਰਮ ਦਾ ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕੀ ਸੰਬੰਧ, ਸਿਫਤਾਂ ਕਿਉਂ ਕਰੀ ਜਾਂਦੇ ਨੇ। ਆ ਜਿਹੜੀ ਗੱਲ ਹੁਣ ਤੁਸੀਂ ਭੇਜੀ ਹੈ, ਯੂਪੀ ਦਾ ਫਰੂਖਾਬਾਦ ਬੋਧੀ ਅਤੇ ਭਗਵਾਂ ਬ੍ਰਿਗੇਡ ਦੇ ਆਸ ਵਿੱਚ ਭੀੜੇ ਨੇ, ਉਹ ਕਿਉਂ ਭੀੜੇ ਨੇ? ਉਹਨਾਂ ਨੂੰ ਪ੍ਰਧਾਨ ਮੰਤਰੀ ਦੀ ਗੱਲ ਸਮਝ ਨਹੀਂ ਆਈ ਜਾਂ ਵਿੱਚੋਂ ਉਹਨਾਂ ਨੇ ਕੋਈ ਗੱਲ ਫੜ ਲਈ? ਜਿੱਥੇ ਵੀ ਤੁਸੀਂ ਜ਼ਿਕਰ ਕਰਦੇ ਹੋ ਥੋੜਾ ਜਿਹਾ ਖੁਸ਼ੀ ਨਗਰ, ਉੱਥੇ ਹਵਾਈ ਅੱਡੇ ਦਾ ਉਦਘਾਟਨ ਕਰਨ ਦੀ ਗੱਲ ਕੀਤੀ ਆ, ਪਰ ਮੈਂ ਕੱਲ ਇੱਕ ਟੀਵੀ ਚੈਨਲ ਦੇ ਉੱਤੇ ਬਹਿਸ ਦੇਖ ਰਿਹਾ ਸੀ ਵੀ ਕਾਂਗਰਸ ਦੇ ਇੱਕ ਪ੍ਰਵਕਤਾ ਜਾਂ ਬੁਲਾਰੇ ਨੇ ਇਹ ਗੱਲ ਕਹੀ ਵੀ ਪ੍ਰਧਾਨ ਮੰਤਰੀ ਸਾਡੇ ਕਿੰਨਾ ਝੂਠ ਬੋਲ ਲੈਂਦੇ ਨੇ, ਕਿੰਨਾ ਕੁਛ ਕਰ ਲੈਂਦੇ ਨੇ,
ਇਹਦਾ ਅੰਦਾਜ਼ਾ ਇਸ ਗੱਲ ਤੋਂ ਲਾਓ ਵੀ ਇਹ ਜਿਹੜਾ ਹਵਾਈ ਅੱਡਾ ਇਹ 2007 ਦਾ ਬਣਿਆ ਹੋਇਆ, ਜਿਹਦਾ ਕੱਲ ਉਦਘਾਟਨ ਕਰਕੇ ਆਏ, ਇਹ 2007 ਦਾ ਉਦਘਾਟਨ ਹੋਇਆ ਹੋਇਆ ਜੀ ਪਹਿਲੇ, ਇਹ ਪੁਰਾਣਾ ਹਵਾਈ ਅੱਡਾ, ਉਹ ਕਹਿੰਦੇ ਕੋਈ ਨਵਾਂ ਨੀ ਜੁੜਿਆ ਦੁਨੀਆਂ ਨਾਲ, ਉਹ ਕਹਿੰਦੇ ਇਹਦਾ ਥੋੜਾ ਜਿਹਾ ਵਿਸਤਾਰ ਕੀਤਾ ਅੱਗੇ ਨਾਲੋਂ ਵੱਡਾ ਜ਼ਰੂਰ ਕੀਤਾ, ਪਰ ਇਹਦਾ ਮਤਲਬ ਇਹ ਵੀ ਹਵਾਈ ਅੱਡਾ ਬਣਾਉਣ ਨਾ ਮੋਦੀ ਨੇ ਬਣਾਇਆ, ਇਹ ਹਵਾਈ ਅੱਡਾ ਨਵਾਂ ਨੀ ਬਣਿਆ, ਹਵਾਈ ਅੱਡਾ ਪਹਿਲਾਂ ਹੀ ਹੈਗਾ ਸੀ ਇੱਥੇ, ਇਹ 2007 ਤੋਂ ਚੱਲਦਾ, ਕਹਿੰਦੇ ਇਹਦੇ ਥੋੜਾ ਜਿਹਾ ਵਾਧਾ ਜ਼ਰੂਰ ਕੀਤਾ, ਅੱਗੇ ਨਾਲੋਂ ਵੱਡਾ ਕੀਤਾ, ਇਹਦਾ ਦਾਇਰਾ ਵਧਾਇਆ ਤੇ ਇੱਥੇ ਫਲਾਈਟਾਂ ਅੱਗੇ ਨਾਲੋਂ ਵੱਧ ਗਈਆਂ ਨੇ, ਇਹ ਗੱਲ ਠੀਕ ਹੈ, ਪਰ ਥੋੜਾ ਜੀ ਇਹ ਵੀ ਗੱਲ ਠੀਕ ਹੈ, ਜਦੋਂ ਇਹਨਾਂ ਨੇ ਉੱਥੇ ਗਏ ਇਹਨਾਂ ਨੇ ਬੁੱਧ ਧਰਮ ਦੀਆਂ ਬੜੀਆਂ ਸਿਫਤਾਂ ਕੀਤੀਆਂ, ਬੜਾ ਕੁਛ ਕਿਹਾ, ਪਰ ਜਿਹੜਾ ਭਗਵਾਨ ਵਰਗੇ ਜਿਹੜਾ ਉਹਨੂੰ ਕਈ ਗੱਲਾਂ ਤੁਹਾਡੀ ਗੱਲ ਠੀਕ ਹੈ ਸਮਝ ਨਹੀਂ ਆਉਂਦੀਆਂ, ਤੇ ਉਹਨਾਂ ਨੇ ਕਈ ਐਸੇ ਕੰਮ ਕਰਨੇ ਹੁੰਦੇ ਆ ਜਿਹਦੇ ਨਾਲ ਦੇਸ਼ ਦੇ ਵਿੱਚ ਨਫ਼ਰਤ ਦੇ ਬੀਜ ਬੀਜੇ ਜਾ ਸਕਣ, ਇਹ ਖੇਤੀ ਨਫ਼ਰਤ ਦੀ ਕਰਦੇ ਆ ਭਗਵਾਨ ਬ੍ਰਿਗੇਡ ਵਾਲੇ, ਤੇ ਉਸੇ ਦੇ ਆਸਰੇ ਇਹਨਾਂ ਦਾ ਰਾਜ ਭਾਗ ਚੱਲਦਾ। ਹੁਣ ਤੁਹਾਡਾ ਜੀ ਯੂਪੀ ਦਾ ਜਿਹੜਾ ਫਰੂਖਾਬਾਦ ਇਲਾਕਾ ਜ਼ਿਲ੍ਹਾ ਹੈ, ਉੱਥੇ ਯੋਧਿਆਂ ਦਾ ਤੇ ਭਗਵਾਨ ਬ੍ਰਿਗੇਡ ਦਾ ਆਪਸ ਵਿੱਚ ਟਕਰਾਅ ਹੋ ਗਿਆ, ਪੱਥਰਬਾਜ਼ੀ ਹੋਈ ਆ ਬਹੁਤ ਵੱਡੀ ਪੱਧਰ ਦੇ ਉੱਤੇ, ਦਰਜਨਾਂ ਲੋਕ ਜ਼ਖਮੀ ਹੋਏ। ਹਾਂਜੀ, ਫਰੂਖਾਬਾਦ ਜ਼ਿਲ੍ਹੇ ਦੇ ਸੰਕਿਮਾ ਇੱਕ ਇਲਾਕੇ ਦਾ ਨਾਂ ਹੈ, ਸੰਕਿਮਾ, ਉੱਥੇ ਬਹੁਤ ਸਤੂਪ ਹੈ ਤੇ ਉਹਦੇ ਬਾਰੇ ਜਿਹੜੇ ਤਾਂ ਬੋਧੀ ਨੇ ਉਹ ਇਹ ਦਾਅਵਾ ਕਰਦੇ ਨੇ ਵੀ ਇਹ ਬਹੁਤ ਸਤੂਪ ਹੈ ਤੇ ਇਹ ਸਾਡੇ ਧਰਮ ਨਾਲ ਸੰਬੰਧਿਤ ਧਾਰਮਿਕ ਸਥਾਨ ਹੈ ਤੇ ਮਹਾਤਮਾ ਬੁੱਧ ਨੂੰ ਇੱਥੋਂ ਹੀ ਸਵਰਗ ਦਾ ਰਸਤਾ ਮਿਲਿਆ ਸੀ। ਅੱਛਾ, ਤੇ ਜਦਕਿ ਜਿਹੜੇ ਸਨਾਤਨ ਧਰਮੀ ਹੈ ਉਹਨਾਂ ਦਾ ਕਹਿਣਾ ਇਹ ਹੈ ਵੀ ਇਹ ਸਾਡੀ ਬਸਾਰੀ ਦੇਵੀ ਮਾਤਾ ਦਾ ਮੰਦਰ ਹੈ ਤੇ ਉਹ ਕਹਿੰਦੇ ਇੱਥੇ ਹਨੂੰਮਾਨ ਦੀ ਮੂਰਤੀ ਵੀ ਲੱਗੀ ਹੋਈ ਹੈ। ਹੁਣ ਤੁਹਾਡਾ ਜੀ ਇਸ ਮਾਮਲੇ ਦੇ ਵਿੱਚ ਬੁੱਧਵਾਰ ਨੂੰ ਫਾਇਦਾ ਲੱਗ ਕੇ ਗਿਆ ਨਾ, ਪਰਸੋਂ ਬੁੱਧਵਾਰ ਨੂੰ ਬੋਧੀਆਂ ਦੀ ਇੱਕ ਭੀੜ ਨੇ ਇਹ ਧਾਰਮਿਕ ਸਥਾਨ ਦੇ ਉੱਤੇ ਜਿਹੜਾ ਭਗਵਾਨ ਝੰਡਾ ਲੱਗਿਆ ਹੋਇਆ ਸੀਗਾ ਉਹ ਲਾ ਕੇ ਆਪਦਾ ਪੰਚਸ਼ੀਲ ਦਾ ਝੰਡਾ ਲਾਤਾ, ਉਹ ਕਈ ਚਾਰ ਪੰਜ ਰਾਜਾਂ ਦਾ ਝੰਡਾ ਨਾ ਬੋਧੀਆਂ ਦਾ, ਉਹਨਾਂ ਨੇ ਪੰਚਸ਼ੀਲ ਦਾ ਝੰਡਾ ਉੱਥੇ ਲਾਤਾ ਜਿਹੜਾ ਬੁੱਧ ਧਰਮ ਦਾ ਪ੍ਰਤੀਕ ਹੈ। ਬਸ ਜਦੋਂ ਉਹਨਾਂ ਨੇ ਭਗਵਾਨ ਝੰਡਾ ਉੱਤੋਂ ਲਾ ਕੇ ਥੱਲੇ ਸਿੱਟਿਆ ਤੇ ਭਗਵਾਨ ਬ੍ਰਿਗੇਡ ਵਾਲਿਆਂ ਨੇ ਆ ਕੇ ਪੱਥਰਬਾਜ਼ੀ ਸ਼ੁਰੂ ਕਰਤੀ ਤੇ ਪੱਥਰ ਦੂਜੇ ਪਾਸੇ ਵੀ ਚੱਲਣੇ ਸ਼ੁਰੂ ਹੋ ਗਏ, ਪੱਥਰਬਾਜ਼ੀ ਇੰਨੀ ਜ਼ਿਆਦਾ ਹੋਈ ਜਿਹਦੇ ਚ ਦਰਜਨਾਂ ਲੋਕ ਜ਼ਖਮੀ ਹੋ ਗਏ ਤੇ ਇਹ ਜਿਹੜਾ ਮਾਮਲਾ ਹੈ ਪੁਲਿਸ ਦਾ ਕਹਿਣਾ ਇਹ ਆ ਬਈ ਦੋਵੇਂ ਧਿਰਾਂ ਦੇ ਵਿੱਚ ਜਿਹੜੀ ਪੱਥਰਬਾਜ਼ੀ ਹੋਈ ਆ ਇਹ ਦੁਪਹਿਰ ਧਾਮ ਯਾਤਰਾ ਜਿਹੜੀ ਹੈ ਇਹ ਬੋਧੀਆਂ ਦੀ ਯਾਤਰਾ ਹੁੰਦੀ ਹੈ ਉਹਨੂੰ ਦੁਪਹਿਰ ਧਾਮ ਕਹਿੰਦੇ ਨੇ, ਇਹ ਪਤਾ ਨੀ ਮੈਂ ਉਹਦੇ ਬਾਰੇ ਉਹਦੀ ਧਾਰਮਿਕ ਮਹੱਤਤਾ ਤਾਂ ਨਹੀਂ ਜਾਣਦਾ ਲੇਕਿਨ ਪੁਲਿਸ ਦਾ ਕਹਿਣਾ ਵਾ ਵੀ ਇਹ ਦੁਪਹਿਰ ਧਾਮ ਯਾਤਰਾ ਮੌਕੇ ਵਿਵਾਦਤ ਥਾਂ ਤੋਂ ਝੰਡਾ ਲਾਉਣ ਕਰਕੇ ਜਿਹੜੀ ਘਟਨਾ ਵਾਪਰੀ ਸੀ ਜਿਹਦੇ ਕਰਕੇ ਦੋਨਾਂ ਪੱਖਾਂ ਦੇ ਵਿੱਚ ਪੱਥਰਬਾਜ਼ੀ ਹੋਈ ਹੈ ਤੇ ਦੋਨਾਂ ਪੱਖਾਂ ਦੇ ਲੋਕ ਵੀ ਜ਼ਖਮੀ ਹੋਏ ਨੇ। ਹੁਣ ਉਸ ਤੋਂ ਬਾਅਦ ਤੁਹਾਡਾ ਜੀ ਜਿਹੜਾ ਭਗਵਾਨ ਬ੍ਰਿਗੇਡ ਸੀ ਉਹਨਾਂ ਨੇ ਜਿਹੜੀ ਮੇਨ ਰੋਡ ਸੀ ਉਹ ਜਾਮ ਕਰਤੀ। ਅੱਛਾ, ਬੋਧੀ ਤੋਂ ਬੇਚਾਰੇ ਟਿਕ ਗਏ ਰੋੜੇ ਪੱਪਲ ਖਾ ਕੇ, ਪਰ ਭਗਵਾਨ ਬ੍ਰਿਗੇਡ ਵਾਲਿਆਂ ਨੇ ਉੱਥੇ ਜਾਮ ਲਾਤਾ। ਖਬਰ ਮਿਲਦੇ ਸਾਲ ਡੀਸੀ ਮਨਵਿੰਦਰ ਸਿੰਘ ਤੇ ਇੰਸਪੈਕਟਰ ਅਸ਼ੋਕ ਕੁਮਾਰ ਮੀਣਾ ਭਾਰੀ ਫੋਰਸ ਸਮੇਤ ਉੱਥੇ ਪਹੁੰਚੇ ਤੇ ਉਹਨਾਂ ਨੇ ਸਮਝਾ ਵਜਾ ਕੇ ਭਗਵਾਨ ਬ੍ਰਿਗੇਡ ਤੋਂ ਉਹ ਜਿਹੜਾ ਰਸਤਾ ਖੁਲਵਾਉਣ ਲਈ ਉਹਨਾਂ ਨੂੰ ਰਾਜ਼ੀ ਕਰ ਲਿਆ ਤੇ ਡੀਸੀ ਦੇ ਹੁਕਮਾਂ ਤੋਂ ਬਾਅਦ ਏ ਡੀ ਸੀ ਅਨਿਲ ਕੁਮਾਰ ਨੇ ਆ ਕੇ ਹਿੰਦੂ ਪੱਖ ਦੇ ਲੋਕਾਂ ਨੂੰ ਇਹ ਭਰੋਸਾ ਦਿੱਤਾ ਵੀ ਠੀਕ ਆ ਭਾਈ ਤੁਹਾਡੇ ਮੰਦਰ ਦਾ ਜੋ ਨੁਕਸਾਨ ਹੋ ਗਿਆ ਉਹਨੂੰ ਅਸੀਂ ਠੀਕ ਕਰਵਾ ਕੇ ਦੇਵਾਂਗੇ, ਜਿਹੋ ਜਿਹਾ ਪਹਿਲਾਂ ਸੀ ਉਹੋ ਜਿਹਾ ਬਣਾ ਦਿਆਂਗੇ। ਤੇ ਹੁਣ ਤੁਹਾਡਾ ਜੀ ਇਹ ਗੱਲ ਸਾਹਮਣੇ ਆਈ ਆ ਵੀ ਇਸ ਧਾਰਮਿਕ ਸਥਾਨ ਦਾ ਵਿਵਾਦ ਜਿਹੜਾ ਉਹ ਅੱਜ ਦਾ ਨਹੀਂ ਚੱਲਦਾ, ਉਹ ਪਿਛਲੇ 40 ਸਾਲਾਂ ਤੋਂ ਚੱਲਦਾ। ਬੋਧੀ ਕਹਿੰਦੇ ਨੇ ਇਹ ਸਾਡਾ ਧਾਰਮਿਕ ਸਥਾਨ ਆ ਤੇ ਸਨਾਤਨ ਧਰਮ ਵਾਲੇ ਕਹਿੰਦੇ ਨੇ ਸਾਡੀ ਵਪਾਰੀ ਦੇਵੀ ਦਾ ਮੰਦਰ ਆ, ਇੱਥੇ ਹਨੂੰਮਾਨ ਦੀ ਮੂਰਤੀ ਵੀ ਲੱਗੀ ਹੋਈ ਆ। ਦੋਨਾਂ ਧਿਰਾਂ ਦੇ ਵਿੱਚ 40 ਸਾਲਾਂ ਤੋਂ ਅਦਾਲਤ ਚ ਵੀ ਕੇਸ ਚੱਲਦਾ, ਪਰ ਹੁਣ ਕਿਉਂਕਿ ਅਯੋਧਿਆ ਵਾਲੇ ਰਾਮ ਮੰਦਰ ਦਾ ਜਿਹੜਾ ਵਿਵਾਦਤ ਫੈਸਲਾ ਸੀ ਉਹ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ, ਹਾਲਾਂਕਿ ਉਹਦੇ ਉੱਤੇ ਬੜੇ ਸਵਾਲ ਵੀ ਉੱਠੇ ਗਏ, ਪਰ ਉਸ ਤੋਂ ਬਾਅਦ ਇਹ ਜਿਹੜਾ ਚਾਂਭਲਿਆ ਹੋਇਆ ਬ੍ਰਿਗੇਡ ਆ ਇਹ ਥਾਂ ਥਾਂ ਦੇ ਉੱਤੇ ਇਹਨੇ ਧੱਕੇ ਨਾਲ ਜਿੱਥੇ ਕਿਤੇ ਵੀ ਡਿਸਪਿਊਟ ਹੈਗਾ ਵਾ। ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਜਿਹਦੇ ਚ ਜੋਗੀ ਜੀ ਦਾਅਵਾ ਕਰਦੇ ਨੇ ਵੀ ਅਸੀਂ ਹੁਣ ਤਾਜ ਮਹਿਲ ਦਾ ਵੀ ਨਾਂ ਬਦਲਾਂਗੇ, ਤੇ ਪੱਤਰਕਾਰ ਨੇ ਕਿਹਾ ਵੀ ਕੀ ਨਾਂ ਰੱਖੋਗੇ, ਕਹਿੰਦਾ ਜਿਹੜਾ ਤੁਸੀਂ ਕਹੋਗੇ ਉਹ ਰੱਖਦੇ ਨੇ, ਪਰ ਤਾਜ ਮਹਿਲ ਨੀ ਪਸੰਦ ਹੈਗਾ।
ਸੋ ਇਸ ਕਰਕੇ ਆਉਣ ਵਾਲੇ ਦਿਨਾਂ ਚ ਇਹ ਗੱਲ ਕਿੱਧਰ ਨੂੰ ਜਾਣੀ ਆ ਤੇ ਇੱਥੇ ਨਿਰਭਰਤਾ ਦੀ ਖੇਤੀ ਹੋਰ ਕਿੰਨੀ ਕਰਨੀ ਆ, ਦੇਸ਼ ਨੂੰ ਕਿਹੜੇ ਪਾਸੇ ਲੈ ਕੇ ਜਾਣਾ, ਇਹ ਆਉਣ ਵਾਲੇ ਦਿਨਾਂ ਚ ਆਪਾਂ ਨੂੰ ਹੋਰ ਵੀ ਕਈ ਐਸਪੀਆਂ ਦੀਆਂ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਨੇ ਉਹ ਆਉਣ ਵਾਲੇ ਦਿਨਾਂ ਚ ਦਿਖਾਈ ਦੇਣਗੀਆਂ, ਕਿਉਂਕਿ ਚੋਣਾਂ ਲੈ ਆਉਂਦੀਆਂ ਨੇ ਯੂਪੀ ਦੀਆਂ, ਚੋਣਾਂ ਦੇ ਦਿਨਾਂ ਚ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਇੱਕ ਦੂਜੇ ਦੇ ਵਿੱਚ ਨਫ਼ਰਤ ਪੈਦਾ ਕਰਕੇ ਵੋਟਾਂ ਹਾਸਲ ਕਰਨ ਦਾ, ਜਿਹੜੀ ਵੋਟਾਂ ਦੀ ਖੇਤੀ ਚੱਲ ਰਹੀ ਹੈ ਯੂਪੀ ਦੇ ਵਿੱਚ, ਉਹਨੂੰ ਵੱਢਣ ਦਾ ਵੇਲਾ ਆ ਗਿਆ। ਜੀ ਤੁਹਾਡਾ ਗਿੱਲ ਸਾਹਿਬ ਜੀ ਤਾਂ ਕਰਦਾ ਸੀ ਕਹਿੰਦੇ ਆ ਪੈਰ ਪ੍ਰਸਾਰਨ ਨੂੰ, ਪਰ ਡਰਦਾ ਹਾਂ ਕਿ ਚਾਦਰ ਫਟ ਨਾ ਜਾਵੇ, ਪੁਰਾਣੀ ਹੈ ਗੱਲ, ਉਹੀ ਹੈ ਵੀ ਟਾਈਮ ਥੋੜਾ ਹੈ ਜੀ, ਅੱਗੇ ਵਧਣ ਨੂੰ ਕਰਦਾ ਸੀ। ਪਰ ਇੱਕ ਗੱਲ ਕਰਦੇ ਆ ਆਪਾਂ ਫੇਰ, ਅਜੇ ਹੈਗੇ ਨੇ 10 ਮਿੰਟ ਆਪਣੇ ਕੋਲ। ਬੰਗਲਾਦੇਸ਼ ਦੀ ਪੁਲਿਸ ਨੇ ਦੁਰਗਾ ਪੂਜਾ ਸਮੇਂ ਮੰਦਰ ਵਿਚ ਕੁਰਾਨ ਰੱਖਣ ਵਾਲੇ ਦੀ ਪਹਿਚਾਣ ਕਰਨ ਦਾ ਦਾਵਾ ਕਰ ਲਿਆ। ਪਹਿਲਾਂ ਆਪ ਹੀ ਕਿਹਨੇ ਰੱਖੀ ਆ ਇਹ ਕੁਰਾਨ, ਪਹਿਲਾਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ। ਹਾਂਜੀ, ਦੁਰਗਾ ਪੂਜਾ ਦੇ ਮਾਮਲੇ ਚ ਕੁਝ ਦਿਨ ਪਹਿਲਾਂ ਹੀ ਬੰਗਲਾਦੇਸ਼ ਵਿਚ ਕਾਫੀ ਬੰਦ ਭਾਗੀਆਂ ਘਟਨਾਵਾਂ ਹੋਈਆਂ, ਪੰਡਾਲਾਂ ਦੇ ਵਿਚ ਤੋੜ ਭੰਨ ਹੋਈ, ਅੱਖਰਬਾਜ਼ੀ ਹੋਈ, ਬੜਾ ਕੁਛ ਹੋਇਆ, ਹਾਂ ਇਥੋਂ ਤੱਕ ਧਮਾਕੇ ਵੀ ਹੋਏ ਤੇ ਉਹਦੇ ਚ 7 ਬੰਦੇ ਮਾਰੇ ਵੀ ਗਏ, 7 ਬੰਦਿਆਂ ਦੀ ਜਾਨ ਚਲੀ। ਉੱਥੋਂ ਦੀ ਪ੍ਰਧਾਨ ਮੰਤਰੀ ਬੀਬੀ ਸ਼ੇਖ ਹਸੀਨਾ ਜਿਹੜੀ ਆ, ਉਹਨਾਂ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ। ਉਹਨਾਂ ਨੇ ਇਸ ਮਾਮਲੇ ਚ ਹਿੰਦੂਆਂ ਨੂੰ ਭਰੋਸਾ ਵੀ ਦਿੱਤਾ ਵੀ ਤੁਸੀਂ ਬੇਫਿਕਰ ਰਹੋ, ਤੁਹਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਆ, ਤੁਹਾਨੂੰ ਸੁਰੱਖਿਅਤ ਕਰਾਂਗੇ। ਔਰ ਉਹਦੇ ਲਈ ਉਹਨਾਂ ਨੇ ਸੁਰੱਖਿਆ ਲਈ ਕਦਮ ਵੀ ਚੱਕੇ, ਉਹਨਾਂ ਨੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਕਈ ਕਦਮ ਚੱਕੇ। ਤੇ ਦੂਜੀ ਗੱਲ, ਇਸ ਮਾਮਲੇ ਨਾਲ ਸੰਬੰਧਿਤ ਉਹਨੇ 72 ਮੁਕੱਦਮੇ ਪਿਛਲੇ 3 ਦਿਨਾਂ ਚ ਦਰਜ ਹੋਏ ਨੇ ਦੁਆਰਾ, 72 ਮੁਕੱਦਮੇ, ਕਿਉਂਕਿ ਇੱਕ ਥਾਂ ਤੇ ਨੀ ਹੋਇਆ ਇਹ, ਕਈ ਪੰਡਾਲਾਂ ਦੇ ਵਿੱਚ ਹੋਇਆ ਤੇ ਕਈ ਸ਼ਹਿਰਾਂ ਦੇ ਵਿੱਚ ਹੋਇਆ। ਤੇ ਜਿਹੜਾ ਮੇਨ, ਜਿੱਥੇ ਮੇਨ ਤੌਰ ਤੇ ਇਹ ਹੋਇਆ ਸੀਗਾ, ਉਹ ਜਿਹੜਾ ਕੁੰਬਲਾ ਜਿੱਥੇ ਪਹਿਲਾਂ ਸਭ ਤੋਂ ਹੋਇਆ, ਤੇ ਉੱਥੇ ਕੁੰਬਲਾ ਦੇ ਜਿਹੜੇ ਡੀਸੀ ਨੇ ਮੁਹੰਮਦ ਕਾਮਰੂਲ ਹਸਨ ਤੇ SP ਫਾਰੂਕ ਅਹਿਮਦ ਅੰਸਾਰ, ਉਹਨਾਂ ਨੇ ਕਿਹਾ ਵੀ ਅਸੀਂ CCTV ਕੈਮਰਿਆਂ ਦੀ ਮਦਦ ਨਾਲ ਇੱਕ ਬੰਦੇ ਦੀ ਪਛਾਣ ਕਰ ਲਈ ਆ ਤੇ ਹੁਣ ਉਹਦੀ ਤਲਾਸ਼ ਕਰ ਰਹੇ ਆ, ਜਲਦੀ ਉਹ ਸਾਹਮਣੇ ਆ ਗਈ। ਦੋਨਾਂ ਅਧਿਕਾਰੀਆਂ ਨੇ ਤਲਾਣਾ ਜੀ ਸੁਰੱਖਿਆ ਕਾਰਨਾਂ ਕਰਕੇ ਉਸ ਮੁਲਜ਼ਮ ਦਾ ਨਾਮ ਆਪਣੇ ਕੋਲ ਨਾ ਕਰਤੀ, ਪਰ ਤੁਹਾਨੂੰ ਪਤਾ ਮੀਡੀਆ ਵਾਲੇ ਹਰਦੇ ਨਹੀਂ ਹੁੰਦੇ, ਪਰ ਲੋਕਲ ਅਖਬਾਰਾਂ ਨੇ 36 ਬੰਦੇ ਦਾ ਨਾਂ ਵੀ ਛਾਪਤਾ। ਮੁਲਜ਼ਮ ਦਾ ਨਾਂ ਦੱਸਿਆ ਜਾ ਰਿਹਾ ਇਕਬਾਲ ਹੁਸੈਨ, 30 ਸਾਲਾਂ ਦੀ ਉਮਰ ਹੈ, ਤੇ ਉਹਦੇ ਪਿਤਾ ਦਾ ਨਾਂ ਨੂਰ ਅਹਿਮਦ ਆ। ਤੇ ਇੱਕ ਵੱਡੇ ਅਖਬਾਰ ਨੇ ਤਾਂ ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਵੀ ਲਿਖਤਾ ਵੀ ਇਹ ਬੰਦਾ ਬੇਰੁਜ਼ਗਾਰ ਆ, ਇੱਧਰ ਉੱਧਰ ਘੁੰਮਦਾ ਫਿਰਦਾ ਰਹਿੰਦਾ, ਤੇ ਉਹਦੇ ਪਰਿਵਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ, ਉਹਦੀ ਮਾਂ ਨੇ ਖਾਸ ਤੌਰ ਤੇ, ਉਹਦੀ ਮਾਂ ਨੇ ਕਿਹਾ ਵੀ ਸਾਡਾ ਮੁੰਡਾ ਨਸ਼ੇੜੀ ਆ, ਇਹਦੀਆਂ ਹਰਕਤਾਂ ਤੋਂ ਪਰਿਵਾਰ ਪਹਿਲਾਂ ਹੀ ਬਹੁਤ ਦੁਖੀ ਆ, ਤੇ ਉਹਨਾਂ ਨੇ ਦੱਸਿਆ ਵੀ ਗੁਆਂਢੀਆਂ ਨਾਲ ਇੱਕ ਝਗੜਾ ਹੋਇਆ ਸੀ ਸਾਡਾ 10 ਸਾਲ ਪਹਿਲਾਂ, ਤੇ ਉਸ ਝਗੜੇ ਚ ਗੁਆਂਢੀਆਂ ਨੇ ਇਹਦੇ ਚਾਕੂ ਮਾਰਤਾ ਇਹ ਮੁੰਡੇ ਦੇ ਢਿੱਡ ਚ, ਢਿੱਡ ਚ ਚਾਕੂ ਮਾਰਨ ਤੋਂ ਬਾਅਦ ਉਹ ਕਹਿੰਦੇ ਵੀ ਇਹ ਲਗਾਤਾਰ ਪਰੇਸ਼ਾਨ ਰਹਿਣ ਲੱਗ ਗਿਆ, ਤੇ ਉਦੋਂ ਬਾਅਦ ਇਹ ਨਸ਼ੇ ਪੱਤੇ ਚ ਪੈ ਗਿਆ। ਤੇ ਕੰਮ ਇਹਦੇ ਕੋਲ ਕੋਈ ਹੈ ਨੀ ਗਾ, ਨੌਕਰੀ ਕਰਦਾ ਨੀ ਕੋਈ, ਪੇਸ਼ੇ ਵੱਲੋਂ ਇਹ ਖਾਲੀ ਬੈਠਾ ਵਾ, ਉਹਦੇ ਕਰਕੇ ਇਹ ਕਦੇ ਉਧਰ ਨੂੰ ਚੜ ਜਾਂਦਾ ਕਦੇ ਉਧਰ ਨੂੰ ਚੜ ਜਾਂਦਾ, ਪਰ ਇਹ ਕਿਸੇ ਜਥੇਬੰਦੀ ਦਾ ਮੈਂਬਰ ਨਹੀਂ ਹੈ, ਨਾ ਇਹ ਕਿਸੇ ਰਾਜਨੀਤਿਕ ਪਾਰਟੀ ਦਾ ਸੰਬੰਧ ਰੱਖਦਾ। ਇਸ ਗੱਲ ਦੀ ਪੁਸ਼ਟੀ ਉਹਨਾਂ ਅਧਿਕਾਰੀਆਂ ਨੇ ਵੀ ਕੀਤੀ ਆ ਵੀ ਹਾਂ ਅਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਵੀ ਇਹ ਕਿਸੇ ਜਥੇਬੰਦੀ ਨਾਲ ਜੁੜਿਆ ਹੋਵੇ, ਪਰ ਹਾਂ ਇਹਦੀ ਵਜ੍ਹਾ ਕਰਕੇ ਦੇਸ਼ ਦੇ ਵਿੱਚ ਬਵਾਲ ਬਹੁਤ ਵੱਡਾ ਖੜਾ ਹੋ, ਤੇ ਹੁਣ ਉਹਦਾ ਭਰਾ ਜਿਹੜਾ ਛੋਟਾ ਇਸ ਮੁੰਡੇ ਦਾ ਜਿਹਦਾ ਨਾਂ ਸਾਹਮਣੇ ਆਇਆ, ਉਹਦਾ ਜਿਹੜਾ ਛੋਟਾ ਭਾਈ ਆ ਉਹਨੇ ਉਹ ਅੱਜ ਕੱਲ ਪੁਲਿਸ ਦੇ ਨਾਲ ਮਿਲ ਕੇ ਉਹਦੀ ਗ੍ਰਿਫਤਾਰੀ ਲਈ ਕਾਫੀ ਹੱਦ ਤੱਕ ਜਿਹੜਾ ਉਹ ਕੋਸ਼ਿਸ਼ ਕਰ ਰਹੇ ਨੇ, ਉਹਦਾ ਭਰਾ ਵੀ ਤੇ ਪਰਿਵਾਰ ਵੀ ਪੁਲਿਸ ਦੀ ਮਦਦ ਵਿੱਚ ਜੁਟਿਆ ਹੋਇਆ। ਪਾਣਾ ਜੀ ਪਤਾ ਇਹ ਲੱਗਿਆ ਸੂਤਰਾਂ ਦੇ ਮੁਤਾਬਕ ਜਿਹੜੀ ਜਾਣਕਾਰੀ ਸਾਹਮਣੇ ਆਈ ਆ ਵੀ CCTV ਕੈਮਰਿਆਂ ਦੀ ਇੱਕ ਫੁਟੇਜ ਸੋਸ਼ਲ ਮੀਡੀਆ ਉੱਤੇ ਵੀ ਉੱਥੇ ਅਖਬਾਰਾਂ ਵਾਲਿਆਂ ਨੇ ਪੱਤਰਕਾਰਾਂ ਨੂੰ ਜਿਹੜਾ ਜਿਹਨੇ ਹੱਥ ਲੱਗੀ, ਉਹਦੇ ਚ ਇੱਕ ਬੰਦਾ ਹੱਥ ਚ ਕੋਈ ਚੀਜ਼ ਲੈ ਕੇ ਪੰਡਾਲ ਚ ਜਾਂਦਾ ਕੁੰਬਲਾ ਦੇ ਪੰਡਾਲ ਚ ਜਿੱਥੇ ਮੁੱਖ ਤੌਰ ਤੇ ਝਗੜਾ ਸ਼ੁਰੂ ਹੋਇਆ, ਅੰਦਰ ਜਾਂਦਾ ਤੇ ਅੰਦਰੋਂ ਉਹ ਵਾਪਸੀ ਸਮੇਂ
ਜਿਹੜੀ ਚੀਜ਼ ਉਹ ਹੱਥ ਚ ਲੈ ਕੇ ਗਿਆ ਸੀ ਜਿਹਦੇ ਬਾਰੇ ਕਿਹਾ ਜਾ ਰਿਹਾ ਸ਼ਾਇਦ ਪੁਰਾਣ ਸੀ ਉਹ ਤਾਂ ਉਹ ਅੰਦਰ ਹੀ ਰੱਖਿਆ ਉਹਦਾ ਪਰ ਆਉਂਦਾ ਹੋਇਆ ਉਹਦੇ ਹੱਥ ਚ ਹਨੂੰਮਾਨ ਦੀ ਗਦਾ ਹੈ ਜਿਹੜੀ ਗਦਾ ਗਦਾ ਖੜਿਆ ਹੋਇਆ ਹਾਂ ਤੇ ਕੁਝ ਸਮੇਂ ਬਾਅਦ ਜਦੋਂ ਦੁਰਗਾ ਪੂਜਾ ਸ਼ੁਰੂਆਤ ਹੋਈ ਹੁੰਦੀ ਆ ਤੇ ਦੇਰ ਰਾਤ ਤੱਕ ਉਹ ਚੱਲਦੀ ਆ ਤਕਰੀਬਨ 11-12 ਵਜੇ ਜਦੋਂ ਦੁਰਗਾ ਮਾਤਾ ਦੇ ਮੂਰਤੀ ਦੇ ਨੇੜੇ ਪੂਜਾ ਪਾਠ ਚੱਲ ਰਿਹਾ ਵਾ ਤਾਂ ਇੰਨੇ ਨੂੰ ਇੱਕ ਪਰਦਾ ਉੱਠਦਾ ਵਾ ਤੇ ਉਸ ਪਰਦੇ ਦੇ ਕੋਲੋਂ ਕੁਰਾਨ ਮਿਲ ਜਾਂਦੀ ਆ ਤੇ ਜਦੋਂ ਉਹ ਕੁਰਾਨ ਮਿਲਦੀ ਆ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਆ ਕੇ ਉੱਥੇ ਕੁਰਬੰਦ ਸ਼ੁਰੂ ਕਰਤੀ ਵੀ ਤੁਸੀਂ ਹਿੰਦੂਆਂ ਨੇ ਸਾਡੀ ਕੁਰਾਨ ਦੀ ਬੇਅਦਬੀ ਕਰ ਲਈ ਸ਼ਰਾਰਤੀ ਅਫਸਰਾਂ ਨੇ ਉੱਥੇ ਕੀਤਾ ਪਹਿਲਾਂ ਜੀ ਪਿਛਲੇ 3 ਦਿਨਾਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਬਈ 72 ਕੇਸ ਦਰਜ ਹੋਏ ਨੇ ਤੇ ਉਹਨਾਂ 72 ਕੇਸਾਂ ਦੇ ਸੰਬੰਧ ਚ ਬੰਗਲਾਦੇਸ਼ ਦੀ ਪੁਲਿਸ ਨੇ ਹੁਣ ਤੱਕ 450 ਬੰਦਿਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਤੇ ਗਲਤ ਅਫਵਾਹਾਂ ਫੈਲਾਉਣ ਵਾਲੇ ਜਾਂ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਫੈਲਾ ਰਹੇ ਨੇ ਇਹਦੇ ਖਿਲਾਫ਼ ਇਹਨੂੰ ਰੋਕਣ ਲਈ ਸਾਈਬਰ ਸੈੱਲ ਦੀ ਵੀ ਮਦਦ ਲਈ ਜਾ ਰਹੀ ਆ ਤੇ ਇਹ ਚਰਚਾ ਆਪਾਂ ਪਹਿਲਾਂ ਕਰ ਚੁੱਕੇ ਹਾਂ ਵੀ ਸ਼ੇਖ ਹਸੀਨਾ ਬੀਬੀ ਹੈ ਜਿਹੜੀ ਉਹਨੇ ਜਿੱਥੇ ਹਿੰਦੂਆਂ ਨੂੰ ਭਰੋਸਾ ਦਿੱਤਾ ਉਹਨੇ ਭਾਰਤ ਨੂੰ ਨਸੀਹਤ ਵੀ ਦਿੱਤੀ ਸੀ ਵੀ ਭਾਰਤ ਦੇ ਵਿੱਚ ਜਿਹੜੀ ਘੱਟ ਗਿਣਤੀਆਂ ਦੇ ਉੱਤੇ ਹੋ ਰਹੇ ਹਮਲੇ ਨੇ ਜਾਂ ਜਿਹੜੀਆਂ ਵਾਪਰ ਰਹੀਆਂ ਟਕਰਾਵਾਂ ਨੇ ਉਹਦਾ ਪਰਛਾਵਾਂ ਦੁਆਡੀ ਮੁਲਕਾਂ ਦੇ ਉੱਤੇ ਵੀ ਪੈਂਦਾ ਇਸ ਕਰਕੇ ਉਹਨਾਂ ਨੇ ਭਾਰਤ ਨੂੰ ਵੀ ਨਸੀਹਤ ਦਿੱਤੀ ਆ ਕਿ ਤੁਸੀਂ ਵੀ ਆਪਣੇ ਦੇਸ਼ ਦਾ ਮਾਹੌਲ ਠੀਕ ਕਰਨ ਲਈ ਯਤਨ ਕਰਨੇ ਚਾਹੀਦੇ ਨੇ ਜੀ ਤੁਹਾਨੂੰ ਗਿੱਲ ਸਾਹਿਬ ਅਗਲੀ ਜਿਹੜੀ ਗੱਲ ਹੈ ਗੱਲ ਬਹੁਤ ਵੱਡੀ ਹੈ ਪਰ 4 ਕੁ ਮਿੰਟ ਚ ਤੁਹਾਨੂੰ ਨਿਬੇੜਨੀ ਪਊਗੀ ਭਾਵੇਂ ਕੋਈ ਹੋਰ ਗੱਲ ਕਰ ਦਿਓ ਤੁਹਾਡੀ ਮਰਜ਼ੀ ਹੈ ਕਿਸਾਨ ਅੰਦੋਲਨ ਦੀ ਗੱਲ ਹੈ ਸੁਪਰੀਮ ਕੋਰਟ ਕਹਿੰਦੀ ਵੀ ਇਹ ਬਾਰਡਰ ਖੁੱਲਣੇ ਚਾਹੀਦੇ ਨੇ ਲੋਕਾਂ ਨੂੰ ਤਕਲੀਫ਼ ਹੁੰਦੀ ਹੈ ਤੁਹਾਡਾ ਅਧਿਕਾਰ ਹੈ ਪ੍ਰੋਟੈਸਟ ਕਰਨਾ ਪ੍ਰੋਟੈਸਟ ਕਰਕੇ ਘਰੇ ਨੂੰ ਚਲੇ ਜਾਇਆ ਕਰੋ ਉਹ ਕਹਿੰਦਾ ਜੀ ਬਾਰਡਰ ਤਾਂ ਅਸੀਂ ਕਦੇ ਬੰਦੇ ਨਹੀਂ ਕਿਤੇ ਰੱਖੇ ਸ਼ਿਕਾਇਤ ਕਹਿੰਦਾ ਇਹ ਜਿਹੜੇ ਬੈਰੀਕੇਡ ਲਾਏ ਨੇ ਪੁਲਿਸ ਨੇ ਲਾਏ ਨੇ ਪੁਲਿਸ ਬੈਰੀਕੇਡ ਚੱਕ ਦੇ ਅਸੀਂ ਆਪਣਾ ਗਾਹਾਂ ਦਿੱਲੀ ਤੱਕ ਜਾਣ ਨੂੰ ਤਿਆਰ ਹੈ ਅਸੀਂ ਤਾਂ ਹੋਰ ਕਿਤੇ ਬਹਿ ਜਾਂਗੇ ਜਾ ਕੇ ਵੀ ਸਾਨੂੰ ਅੱਗੇ ਵਧਣ ਦਿਓ ਅਸੀਂ ਕਦੋਂ ਕਹਿੰਦੇ ਇੱਕ ਜਗ੍ਹਾ ਬੈਠੀ ਅਸੀਂ ਹੁਣ ਇਹ ਰੌਲਾ ਪਿਆ ਹੋਇਆ ਕੀ ਆ ਖਿਆਲ ਤੁਹਾਡਾ ਮੈਡਮ ਜੀ ਮੈਂ ਪਹਿਲਾਂ ਵੀ ਆਪਾਂ ਇੱਕ ਵਾਰ ਅਨੇਕਾਂ ਵਾਰ ਜ਼ਿਕਰ ਕਰ ਚੁੱਕੇ ਹਾਂ ਵੀ ਗੋਲਿਕਾ ਅਗਰਵਾਲ ਜਿਹੜੀ ਆ ਉਹਦੇ ਵੱਲੋਂ ਇੱਕ ਪਟੀਸ਼ਨ ਪਵਾ ਕੇ ਸਰਕਾਰ ਨੇ ਖੁਦ ਹੀ ਇੱਕ ਜਨਹਿਤ ਪਟੀਸ਼ਨ ਪਵਾ ਕੇ ਇਹਦੀ ਸੁਪਰੀਮ ਕੋਰਟ ਤੋਂ ਸੁਣਵਾਈ ਸ਼ੁਰੂ ਕੀਤੀ ਜਸਟਿਸ ਸੰਜੇ ਕੌਲ ਤੇ ਖਾਨਵਿਲਕਰ ਦੀ ਜਿਹੜੀ ਬੈਂਚ ਹੈ ਉਹਦੇ ਤੇ ਇਹ ਸੁਣਵਾਈ ਚੱਲ ਰਹੀ ਆ ਤੇ ਸੰਜੇ ਕਿਸ਼ਨ ਕੌਲ ਜਿਹੜੇ ਨੇ ਉਹਨਾਂ ਦੀ ਅਗਵਾਈ ਵਾਲੇ ਬੈਂਚ ਨੇ ਕੱਲ ਦੀ ਸੁਣਵਾਈ ਕੀਤੀ ਪਹਿਲਾਂ ਪਰਸੋਂ ਵੀ ਸੀ ਸੁਣਵਾਈ ਫਿਰ ਪਰਸੋਂ ਇਹ ਕੱਲ ਤੇ ਪੈ ਗਈ ਸੀ ਤੇ ਇਹਦੇ ਚ ਕਿਸਾਨ ਆਗੂਆਂ ਨੂੰ ਵੀ ਸੰਮਣ ਕੀਤਾ ਗਿਆ ਸੀ ਕਿਸਾਨ ਆਗੂ ਵੀ ਪੇਸ਼ ਹੋ ਗਏ ਨੇ ਦੁਆਰਾ ਇਸ ਮਾਮਲੇ ਦੇ ਵਿੱਚ ਤੇ ਉੱਥੇ ਜੱਜ ਸਾਹਿਬ ਬੋਲੇ ਨੇ ਬਈ ਭਾਈ ਠੀਕ ਹੈ ਤੁਹਾਨੂੰ ਪ੍ਰਦਰਸ਼ਨ ਕਰਨ ਦਾ ਤਾਂ ਅਧਿਕਾਰ ਹੈਗਾ ਪਰ ਸੜਕਾਂ ਨੂੰ ਪੱਕੇ ਤੌਰ ਤੇ ਬੰਦ ਕਰਨ ਦਾ ਅਧਿਕਾਰ ਤਾਂ ਹੈ ਨੀ ਤਾਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਨੇ ਜਾਂ ਉੱਥੇ ਵਕੀਲ ਸੀ ਉਹਨਾਂ ਦੇ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਰੋਕੇ ਹੀ ਨੀ ਹੈ ਤੇ ਉਸ ਮਾਮਲੇ ਚ 7 December ਤੱਕ ਦਾ ਸਮਾਂ ਅਦਾਲਤ ਨੇ ਫੇਰ ਦੇ ਦਿੱਤਾ ਕਿਹਾ ਜਾ ਰਿਹਾ 4 ਹਫ਼ਤੇ ਪਰ ਇਹ ਸਮਾਂ ਜ਼ਿਆਦਾ ਬਣਦਾ ਵਾ ਮੈਨੂੰ ਨੀ ਸਮਝ ਆਈ ਵੀ ਡੇਟ 7 December ਦਿੱਤੀ ਜਾ ਰਹੀ ਆ ਜਦਕਿ ਅਖਬਾਰਾਂ ਦੇ ਵਿੱਚ ਚੈਨਲਾਂ ਦੇ ਉੱਤੇ ਇਹੀ ਗੱਲ ਆਈ ਆ ਕੁਛ ਚੈਨਲਾਂ ਨੇ 3 ਹਫ਼ਤੇ ਕਿਹਾ ਕੁਛ ਨੇ 4 ਹਫ਼ਤੇ ਕਿਹਾ ਵੀ ਕਿਸਾਨ ਆਗੂਆਂ ਤੋਂ ਇਹਦਾ ਜਵਾਬ ਮੰਗਿਆ ਗਿਆ ਵਾ ਆਪਣੀ ਜਵਾਬ ਦਾਵਾ ਦਾਇਰ ਕਰਨ ਲਈ ਕਿਹਾ ਗਿਆ ਵਾ ਤੇ ਜਿਹੜਾ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਉਹਨੇ ਕੱਲ ਉੱਥੇ ਬੜਾ ਜ਼ਹਿਰ ਉਗੜਿਆ ਉਹ ਕਹਿੰਦਾ ਜੀ 26 January ਨੂੰ ਵੀ ਇਹਨਾਂ ਨੇ ਵਾਅਦਾ ਕਰਕੇ ਸੈਕਟਰ ਪਰੇਡ ਦੀ ਮਨਜ਼ੂਰੀ ਲਈ ਸੀ ਤੇ ਮੁੜ ਕੇ ਜਿਹੜਾ ਕੁਛ ਲਾਲ ਕਿਲੇ ਤੇ ਕੀਤਾ ਤਾਂ ਜੋ ਕੁਛ ਹੋਇਆ ਉਹਦੇ ਬਾਰੇ ਤੁਹਾਨੂੰ ਪਤਾ ਹੀ ਹੈ ਪਰ ਸਰਕਾਰ ਜਿਹੜਾ ਕਿਸਾਨਾਂ ਦਾ ਵਕੀਲ ਸੀ ਉਹਨੇ ਜਦੇ ਟੋਕ ਕੇ ਕਿਹਾ ਬਈ ਉਹ ਜਿਹੜੇ ਬੰਦੇ ਸੀ ਕੱਲ ਨੂੰ ਸਾਫ਼ ਹੋ ਗਿਆ ਵੀ ਉਹ ਤਾਂ ਬੀਜੇਪੀ ਦੀ ਸ਼ਹਿਰ ਤੇ ਗਏ ਸੀ ਉਸਨੇ ਜਾਣ ਬੁੱਝ ਕੇ ਉੱਧਰ ਦਾ ਰਾਹ ਖੋਲਿਆ ਸੀ ਤੇ ਉੱਥੇ ਭੇਜੇ ਸੀ ਤੇ ਉਹਨਾਂ ਦੀਆਂ ਫਿਰ ਜ਼ਮਾਨਤਾਂ ਵੀ ਬੜੀ ਛੇਤੀ ਪੈਣੀਆਂ ਜਦਕਿ ਹੋਰਾਂ ਮਾਮਲਿਆਂ ਦੇ ਵਿੱਚ ਲੋਕਾਂ ਨੂੰ ਸਾਲਾਂ ਵੱਧੀ ਅੰਦਰ ਰੱਖਿਆ ਜਾਂਦਾ ਤੇ ਉਹਨਾਂ ਦੀਆਂ ਜ਼ਮਾਨਤਾਂ ਵੀ ਬੜੀ ਛੇਤੀ ਪੈਣੀਆਂ ਤੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਪਰਾਇਆ ਜੀ ਫਿਰ ਤੁਸ਼ਾਰ ਮਹਿਤਾ ਨੇ ਕਿਹਾ ਵੀ ਦੇਖੋ ਜੀ ਇਹਨਾਂ ਦੇ 32-33 ਕਿਸਾਨ ਜੱਥੇ ਬੰਦੀਆਂ ਨੇ ਨੋਟਿਸ ਤਾਂ ਸਭ ਨੂੰ ਦਿੱਤਾ ਸੀਗਾ ਪਰ ਪੇਸ਼ ਤਾਂ ਅਜੇ 2 ਹੀ ਹੋਈਆਂ ਨੇ 2 ਹੀ ਜਥੇਬੰਦੀਆਂ ਜਿਹੜੀਆਂ ਨੇ ਉਹ ਅੱਗੇ ਸੁਪਰੀਮ ਕੋਰਟ ਪੈਣੀਆਂ ਨੇ ਤੋ ਇਸ ਕਰਕੇ ਪਰ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਸਾਫ਼ ਤੌਰ ਤੇ ਵੀ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਇਹ ਗੱਲ ਦੱਸਣੀ ਚਾਹੀਦੀ ਆ ਵੀ ਉਹਨਾਂ ਦੇ ਸਹਿਯੋਗ ਬਿਨਾਂ ਇਹ ਮਸਲਾ ਹੱਲ ਨਹੀਂ ਹੋਣਾ ਤੇ ਹੁਣ ਅਗਲੀ ਸੁਣਵਾਈ 7 December ਨੂੰ ਕਰਤੀ ਤੇ ਉਧਰ ਰਕੇਸ਼ ਸ਼ਿਕਾਇਤ ਉਹ ਕਹਿੰਦੇ ਵੀ ਠੀਕ ਆ ਜੀ
ਸਾਨੂੰ ਤਾਂ ਪੱਤਰਕਾਰਾਂ ਨੇ ਬੜਾ ਉਹਨਾਂ ਨੂੰ ਘੇਰ ਕੇ ਸਵਾਲ ਪੁੱਛੇ ਵੀ ਤੁਸੀਂ ਜੀ ਇਹ ਰਾਹ ਰੋਕੇ ਨੇ। ਉਹ ਕਹਿੰਦਾ ਵੀ ਸਾਨੂੰ ਦੱਸੋ ਤਾਂ ਸਹੀ ਅਸੀਂ ਰਾਹ ਰੋਕੇ ਕਦੋਂ, ਅਸੀਂ ਤਾਂ ਦਿੱਲੀ ਨੂੰ ਜਾਂਦੇ ਸੀ, ਦਿੱਲੀ ਤੋਂ ਸਾਨੂੰ ਰੋਕੀ ਖੜੀ ਆ, ਉਹ ਰਾਹ ਛੱਡ ਦੇਣੇ ਅਸੀਂ ਗਾਹ ਲੰਘ ਜਾਣਾ, ਅਸੀਂ ਤਾਂ ਭਾਈ ਦਿੱਲੀ ਜਾਣਾ। ਉਹ ਕਹਿੰਦੇ ਦਿੱਲੀ ਕਿੱਥੇ ਜਾਓਗੇ, ਸਟੇਟ ਕੈਬ ਨੂੰ ਐਨਡੀਟੀਵੀ ਵਾਲਾ ਪੱਤਰਕਾਰ ਪੁੱਛਦਾ ਵੀ ਦਿੱਲੀ ਕਿੱਥੇ ਕਿ ਜਾ ਕੇ ਰੁਕੋਗੇ। ਉਹ ਕਹਿੰਦੇ ਜੀ ਜਿਨ੍ਹਾਂ ਨੇ ਆ ਖੇਤੀ ਵਾਲੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਦੇ ਘਰਾਂ ਤੱਕ ਜਾਵਾਂਗੇ ਤੇ ਪਾਰਲੀਮੈਂਟ ਵੀ ਜਾਵਾਂਗੇ। ਤੇ ਕੱਲ ਉਹਨਾਂ ਨੇ ਇੱਕ ਜਿਹੜਾ ਟੈਂਟ ਸੀਗਾ ਜਿਹੜਾ ਰਾਹ ਦੇ ਵਿੱਚ ਦਿਖਾਈ ਦਿੰਦਾ ਸੀ ਉਹਨੂੰ ਉਹਨਾਂ ਨੇ ਪਾਸੇ ਵੀ ਕਰ ਲਿਆ ਤੇ ਟ੍ਰੈਕਟਰ ਟਰਾਲੀਆਂ ਲੈ ਕੇ ਉਹ ਨੇੜੇ ਪਹੁੰਚ ਗਏ ਬਾਰਡਰਾਂ ਦੇ। ਤੇ ਫਿਰ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਵੀ ਹੁਣ ਕੈਮਰਾ ਸਾਡੇ ਵੱਲ ਨੂੰ ਘੁਮਾਉਣ ਦੀ ਬਜਾਏ ਮਹਾਰਾਜ ਦੂਜੇ ਪਾਸੇ ਘੁਮਾ ਕੇ ਦਿਖਾਓ, ਤਾਂ ਦੇਖੋ ਅਸੀਂ ਜਾ ਰਹੇ ਹਾਂ, ਹੁਣ ਅਸੀਂ ਤਾਂ ਦਿੱਲੀ ਨੂੰ ਤੁਰੇ ਜਾਂਦੇ ਹਾਂ, ਹੁਣ ਸਾਨੂੰ ਦੱਸੋ ਵੀ ਸਾਨੂੰ ਰੋਕਿਆ ਕਿਹਨੇ। ਤੇ ਇੱਥੋਂ ਤੱਕ ਵੀ ਕਿਹਾ ਕਰਕੇ ਸ਼ਿਕਾਇਤ ਨੇ ਇੱਕ ਹੋਰ ਕਿਸਾਨ ਆਗੂ ਨੇ ਬਈ ਜਿਹੜੀ ਤਿੱਖੇ ਕਿੱਲਾਂ ਦੀ ਖੇਤੀ ਕੀਤੀ ਸੀ ਨਾ ਸਰਕਾਰ ਨੇ, ਕਹਿੰਦਾ ਹੁਣ ਉਹ ਕਹਿੰਦਾ ਫਸਲ ਵੱਡੀ ਹੋ ਗਈ ਆ, ਉਹਨੂੰ ਵੱਢਣ ਦਾ ਵੇਲਾ ਆ ਗਿਆ। ਕਹਿੰਦਾ ਹੁਣ ਜਿਹੜੇ ਕਿੱਲ ਬੀਜੇ ਸੀ ਨਾ ਉਹ ਵੱਡੇ ਹੋ ਗਏ ਆ, ਸਾਲ ਹੋ ਗਿਆ ਕਹਿੰਦਾ ਉਹਨਾਂ ਨੂੰ ਗੱਡਿਆ ਨੂੰ, ਹੁਣ ਉਹਨਾਂ ਨੂੰ ਵੱਢਣ ਦਾ ਵੇਲਾ ਆ ਗਿਆ। ਤਾਂ ਕਰਕੇ ਉਹਨੇ ਕਿਹਾ ਵੀ ਅਸੀਂ ਖੁਦ ਚਾਹੁੰਦੇ ਹਾਂ, ਅਸੀਂ ਖੁਦ ਚਾਹੁੰਦੇ ਹਾਂ, ਅਸੀਂ ਇਹ ਗੱਲ ਸਾਬਤ ਹੋ ਚੁੱਕੀ ਆ। ਉਹ ਕਹਿੰਦੇ ਕਿਸਾਨ ਆਗੂਆਂ ਨੇ ਬਾਰ ਬਾਰ ਕਿਹਾ ਬਈ ਸਾਡੇ ਬੰਦੇ ਦਰੜ ਕੇ ਮਾਰਤੇ, ਇਹਦੇ ਬਾਵਜੂਦ ਕਿਸਾਨੀ ਅੰਦੋਲਨ ਜਿਹੜਾ ਵਾ ਉਹ ਸ਼ਾਂਤਮਈ ਆ, ਅਸੀਂ ਹੁਣ ਵੀ ਸ਼ਾਂਤਮਈ ਆ, ਭਵਿੱਖ ਚ ਵੀ ਸ਼ਾਂਤਮਈ ਰਵਾਂਗੇ। ਇਸ ਕਰਕੇ ਇਹ ਸਰਕਾਰ ਜਾਣ ਬੁੱਝ ਕੇ ਸ਼ਰਾਰਤਾਂ ਕਰਦੀ ਆ ਤਾਂ ਕਿ ਉਹ ਸਾਡੇ ਗੱਲ ਤੇ ਅਮਲ ਦਾ ਮਸਲਾ ਪਾ ਕੇ ਖਰੂਦ ਕਰਨ ਦਾ ਸਾਡੇ ਉੱਤੇ ਦੋਸ਼ ਲਾ ਕੇ ਸਾਨੂੰ ਬਦਨਾਮ ਕਰਨਾ ਚਾਹੁੰਦੀ ਆ ਤੇ ਇੱਕ ਘੋਲ ਨੂੰ ਸਮਾਪਤ ਕਰਨਾ ਚਾਹੁੰਦੀ ਆ। ਪਰ ਇਹ ਸ਼ਾਂਤਮਈ ਘੋਲ ਜਿੱਤ ਤੋਂ ਬਿਨਾਂ ਸਮਾਪਤ ਹੋਣਾ ਨਹੀਂ ਹੈ। ਅਗਲੇ ਹਫਤੇ ਮਿਲਣ ਦੇ ਵਾਅਦੇ ਨਾਲ ਬੜਾ ਗੁੱਡ ਮਹਿਸੂਸ ਹੋ ਰਿਹਾ, ਧੰਨਵਾਦ ਹੈ ਤੁਹਾਡਾ, ਬਹੁਤ ਮਿਹਰਬਾਨੀ ਤੁਹਾਡਾ ਜੀ। ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨ ਨਵੀਆਂ ਜਾਣਕਾਰੀਆਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰੀਏ। ਬਹੁਤ ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਾਹਿਬ। ਸੋ ਦੋਸਤੋ, ਇਸੀ ਸਰਦਾਰ ਸੰਤੋਖ ਸਿੰਘ ਜੀ ਗਿੱਲ, ਹੁਣ ਚਲਦਿਆਂ ਸਵੰਟੈਣਾ ਜੀ ਦੇ ਨਾਲ। ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਉਂਦੇ ਹੋਣਗੇ ਤੇ ਅੱਗੇ ਵਧਦੇ ਆ ਜੀ। ਤੇ ਥੋੜੀ ਜਿਹੀ ਇੰਤਜ਼ਾਰ ਤੋਂ ਮਗਰ ਬਾਈ ਬਹੁਤ ਭੁੱਖ ਲੱਗੀ ਆ। ਆਪਾਂ ਹਾਈਵੇ 70 ਤੇ ਜਾ ਰਹੇ ਹਾਂ ਤੇ ਉੱਥੋਂ 465 ਲੈ ਕੇ ਐਗਜ਼ਿਟ 4 ਤੇ ਰੁਕਾਂਗੇ। ਬਾਈ ਉੱਥੇ ਕੀ ਖਾਸ ਹੈ ਜਾ? ਉੱਥੇ ਮਿੱਤਰਾਂ ਦਾ ਢਾਬਾ, ਨਾ ਤੈਨੂੰ ਪੰਜਾਬ ਯਾਦ ਕਰਾਤਾ ਤਾਂ ਮੈਨੂੰ ਕਹਿ ਦੀ। ਬਾਈ ਪਹਿਲਾਂ ਨਾ ਕਰਿਓ, 2 ਦਿਨ ਬਹੁਤ ਪੇਟ ਖਰਾਬ ਰਿਹਾ ਮੇਰਾ। ਨਾ ਨਾ ਨਾ, ਉੱਥੇ ਪੂਰੀ ਹਾਈਜੀਨ ਦਾ ਧਿਆਨ ਰੱਖਿਆ ਜਾਂਦਾ ਹੈ, ਨਾਲੇ ਉੱਥੇ ਆਪਾਂ ਬਹਿ ਕੇ ਰੋਟੀ ਖਾਈਏ ਜਾਂ ਪੈਕ ਕਰਾ ਕੇ ਨਾਲ ਲੈ ਲਈਏ, ਮਰਜ਼ੀ ਆਪਣੀ ਹੈ। ਚਲੋ ਬਾਈ ਚੱਲੀਏ ਫਿਰ ਆਪਾਂ। ਮਿੱਤਰਾਂ ਦਾ ਢਾਬਾ, ਜਿੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਹਰ ਤਰ੍ਹਾਂ ਦਾ ਇੰਡੀਅਨ ਫੂਡ। ਟਰੱਕਾਂ ਵਾਲੇ ਵੀਰਾਂ ਲਈ ਇੱਥੇ ਰੁਕਣ ਦਾ ਵੀ ਪ੍ਰਬੰਧ ਹੈ, ਨਾਲ ਹੀ ਤੁਸੀਂ ਇੱਥੇ ਹਰ ਤਰ੍ਹਾਂ ਦਾ ਡਰਿੰਕ ਇੰਜੋਏ ਵੀ ਕਰ ਸਕਦੇ ਹੋ ਤੇ ਨਾਲ ਵੀ ਕੈਰੀ ਕਰ ਸਕਦੇ ਹੋ। 465 ਐਗਜ਼ਿਟ 4 ਪਾਇਲਟ ਟਰੱਕ ਸਟਾਪ ਦੇ ਨਾਲ ਵਿਜ਼ਟਰ ਫਿਊਲ ਦੇ ਸਾਹਮਣੇ, ਚਾਹੇ ਤੁਸੀਂ ਹਾਈਵੇ 70, 69, 65 ਜਾਂ 74 ਤੇ ਆ ਰਹੇ ਹੋ, ਤੁਸੀਂ ਆਣਾ ਹੈ 465 ਐਗਜ਼ਿਟ 4 ਮਿੱਤਰਾਂ ਦਾ ਢਾਬਾ, ਇੰਡੀਅਨ ਐਪਲਸ ਇੰਡੀਆਨਾ, ਹਾਈਵੇ 70। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਰਬ ਅਤੇ ਦੀਪ ਨੂੰ 317-786-1022 317-786-1022। ਸਹੀ ਜਵਾਬ ਦਿਓ ਤੇ ਫੇਮਸ ਹੋ ਜਾਓ। ਸਾਡਾ ਅੱਜ ਦਾ ਪਹਿਲਾ ਸਵਾਲ, ਤਾਜ ਮਹਿਲ ਕਿਸ ਨੇ ਬਣਵਾਇਆ ਸੀ? ਸ਼ਾਹਜਹਾਂ ਨੇ। ਚੰਦ ਤੇ ਜਾਣ ਵਾਲਾ ਪਹਿਲਾ ਆਦਮੀ ਕੌਣ ਸੀ? ਯਾਰ ਨੀਲ ਆਰਮਸਟਰੋਂਗ। ਇੰਸ਼ੋਰੈਂਸ ਕਿਸ ਨੂੰ ਕਹਿੰਦੇ ਨੇ? ਯਾਰ ਇਹ ਵੀ ਨੀ ਪਤਾ, ਜਿਸ ਨਾਲ ਅਸੀਂ ਅਤੇ ਸਾਡੀਆਂ ਲੋੜ ਵਾਲੀਆਂ ਚੀਜ਼ਾਂ ਜਿਵੇਂ ਕਿ ਟਰੱਕ, ਕਾਰ, ਘਰ ਸਿਕਿਓਰ ਰਹਿੰਦੇ ਨੇ ਅਤੇ ਹਸਪੀਟਲਸ ਦੇ ਬਿਲ ਤੇ ਵੀ ਬਚਾ ਹੁੰਦਾ ਹੈ। ਜਦ ਤੁਸੀਂ ਸਭ ਜਾਣਦੇ ਹੋ ਤਾਂ ਇੰਸ਼ੋਰੈਂਸ ਕਰਾਉਣ ਚ ਇੰਨੀ ਲਾਪਰਵਾਹੀ ਕਿਉਂ? ਜੇਕਰ ਤੁਸੀਂ ਆਪਣੀ ਲਾਈਫ ਚ ਟੈਂਸ਼ਨ ਫ੍ਰੀ ਹੋਣਾ ਚਾਹੁੰਦੇ ਹੋ ਤਾਂ ਇੱਕ ਨਾਮ ਹਮੇਸ਼ਾ ਯਾਦ ਰੱਖੋ, ਫਾਇਰਬਰਡ ਇੰਸ਼ੋਰੈਂਸ। ਬ੍ਰੋਕਰ ਡੀਲਿੰਗ ਇਨ ਕਮਰਸ਼ੀਅਲ ਟਰੱਕ, ਗੈਸ ਸਟੇਸ਼ਨ, ਲੀਕਰ ਸਟੋਰ ਅਤੇ ਹੋਮ, ਕਾਰ ਤੇ ਲਾਈਫ ਇੰਸ਼ੋਰੈਂਸ ਦੇ ਐਕਸਪਰਟ ਨੇ। ਫਾਇਰਬਰਡ ਵਾਲੇ ਵਰਕ ਕੰਪਨਸੇਸ਼ਨ ਇੰਸ਼ੋਰੈਂਸ ਵੀ ਡੀਲ ਕਰਦੇ ਨੇ। ਅੱਜ ਹੀ ਕਾਲ ਕਰੋ 707-430-5533 707-430-5333 ਜਾਂ ਫਿਰ ਸਾਡੀ ਵੈਬਸਾਈਟ ਤੇ ਵਿਜ਼ਿਟ ਕਰੋ firebirdinsurance.com। ਸਾਨੂੰ ਤੁਹਾਡੀ ਫਿਕਰ ਹੈ। ਉਹ ਕਾਲੇ ਕੀ ਕਰਦਾ, ਕੱਲ ਨੂੰ ਬੱਚਿਆਂ ਨੂੰ ਘੁਮਾ ਲਈਏ? ਬਈ ਉਹੀ ਟਰੱਕ ਦੀ ਰਿਪੇਅਰ, ਜਿੰਨੇ ਕਮਾਉਣੇ ਆ ਓਨੇ ਹੀ ਲੱਗ ਜਾਂਦੇ ਆ। ਉਹ ਬਾਹਲੇ ਚੱਕਰਾਂ ਚ ਪਿਆ ਫਿਰਦਾ, ਤੂੰ ਪਿਛਲੇ ਹਫਤੇ ਵੀ ਸਰਵਿਸ ਕਰਾਈ ਜਾਂਦਾ ਸੀ। ਜਿੰਨੇ ਗੇੜੇ ਓਨੀ ਵਾਰ ਰਿਪੇਅਰ, ਮੈਨੂੰ ਤਾਂ ਕੁਛ ਵੀ ਸਮਝ ਨਹੀਂ ਲੱਗਦੀ। ਮੇਰੀ ਮਨ, ਤੂੰ ਅਕਾਲ ਟਰੱਕ ਐਂਡ ਟ੍ਰੇਲਰ ਵਾਲੇ ਕੋਲ ਜਾ,
ਨਾਲੇ ਰੇਟ ਵਾਜਬ ਲਾਉਂਦੇ ਨੇ ਨਾਲੇ ਤਸੱਲੀ ਬਖਸ਼ ਕੰਮ ਕਰਦੇ ਨੇ ਤੈਨੂੰ ਬਾਰ ਬਾਰ ਗੇੜੇ ਮਾਰਨ ਦੀ ਲੋੜ ਨੀ ਪੈਣੀ ਫੇਰ ਤਾਂ ਬਾਈ ਮੈਂ ਹੁਣ ਹੀ ਜਾਣਾ ਹੈ ਤੇ ਮੇਰਾ ਵੀ ਕੱਲ ਦਾ ਪੱਕਾ ਰੱਖ ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ ਡੀਓਟੀ ਸੇਫਟੀ ਇੰਸਪੈਕਸ਼ਨ ਕਰਦੇ ਹੈ ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ ਟਾਇਰ ਇੰਸਟਾਲੇਸ਼ਨ ਇਲੈਕਟ੍ਰਿਕ ਐਂਡ ਡਾਇਗਨੋਸਟਿਕ ਰੀਬਿਲਡ ਟ੍ਰਾਂਸਮਿਸ਼ਨ ਡਿਫਰੈਂਸ਼ੀਅਲ ਤੇ ਕਲਚ ਜੋਬਸ ਆਇਲ ਚੇਂਜ ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ ਇਹ MPI ਅਪਰੂਵਡ ਨੇ ਔਰ ਹਾਂ ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹੈ 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-469-2000 ਜਾਂ ਫਿਰ ਕਾਲ ਕਰੋ 204-770-0460 82 ਰੀਨਲ ਡਰਾਈਵ ਵਿਨੀਪੈਗ ਮਿਨੀਟੋਬਾ ਜੋ ਕਿ ਹੈ ਰੂਟ ਨੰਬਰ 90 ਤੇ ਫਾਰਮਰ ਦੇ ਬਿਲਕੁਲ ਕਾਰਨਰ ਤੇ ਇੱਥੇ ਟਰੱਕ ਵਾਸ਼ਿੰਗ ਤੇ ਪਾਰਕਿੰਗ ਸਪੋਟ ਵੀ ਅਵੇਲੇਬਲ ਹੈ ਰੇਡੀਓ ਚੈਨ ਪਰਦੇਸੀ ਦਾ ਨਾਂ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ ਟੈਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਨੇ ਤੁਹਾਡੇ ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ ਟੈਣਾ ਸਾਹਿਬ ਸਭ ਤੋਂ ਪਹਿਲੀ ਗੱਲ ਅੱਜ ਜੇ ਸਿੱਖ ਧਰਮ ਦੇ ਵਿਚ ਇਕ ਵੱਡੀ ਗੱਲ ਜਿਹੜੀ ਆਪਾਂ ਕਹਿੰਦੇ ਹਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜੈਕਾਰਿਆਂ ਦੀ ਗੂੰਜ ਦੇ ਵਿਚ ਸਜਾਇਆ ਗਿਆ ਨਗਰ ਕੀਰਤਨ ਹਰਿਮੰਦਰ ਸਾਹਿਬ ਦੇ ਉੱਤੇ ਤੇ ਜੇ ਇਸ ਗੱਲ ਦੀ ਅਸੀਂ ਸਮੁੱਚਾ ਜਿਹੜਾ ਰੇਡੀਓ ਚੰਨ ਪਰਦੇਸੀ ਦੇ ਅਦਾਰੇ ਵੱਲੋਂ ਵੀ ਜਾਂ ਆਪਾਂ ਕਹਿ ਦਈਏ ਜਿੰਨੇ ਵੀ ਦੁਨੀਆਂ ਭਰ ਦੇ ਸਾਡੇ ਸਿੱਖ ਭਾਈਚਾਰਾ ਸਾਰਿਆਂ ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਭੇਜਦੇ ਜੀ ਬਿਲਕੁਲ ਜੀ ਬਹੁਤ ਕੱਲ ਉਤਸ਼ਾਹ ਦੇ ਨਾਲ ਚਾਹ ਦੇ ਨਾਲ ਜੈਕਾਰਿਆਂ ਦੇ ਨਾਲ ਧੂਰਜਲ ਦੇ ਨਾਲ ਤੇ ਕੱਲ ਪ੍ਰਕਾਸ਼ ਦੁਆਰਾ ਮਨਾਇਆ ਗਿਆ ਤੇ ਵੱਡੀ ਗੱਲ ਇਹ ਕਿ ਸੰਗਤ ਆ ਜਿਹੜੀ ਉਹ ਲੱਖਾਂ ਦੀ ਗਿਣਤੀ ਦੇ ਵਿਚ ਦਰਬਾਰ ਸਾਹਿਬ ਦੇ ਵਿਚ ਪਹੁੰਚੀ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਚੱਲ ਜਿਹੜੀ ਸੰਗਤ ਆ ਉਹਦੇ ਵੱਲੋਂ ਉੱਥੇ ਪਹੁੰਚ ਕੇ ਜਿਹੜਾ ਨਵ ਕੀਰਤਨ ਦੇ ਵਿਚ ਇਹ ਹਿੱਸਾ ਲਿਆ ਗਿਆ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂਆਤ ਹੋਈ ਹੈ ਤੇ ਇਹ ਜਿਸ ਤਰੀਕੇ ਦੇ ਨਾਲ ਮੈਂ ਸੰਗਤ ਪਹੁੰਚੀ ਉੱਥੇ ਤੇ ਉਹ ਹੈਰਾਨੀ ਹੁੰਦੀ ਹੈ ਇਸ ਗੱਲ ਦੇ ਉੱਤੇ ਵੀ ਸੰਗਤ ਦੇ ਵਿੱਚ ਉਤਸ਼ਾਹ ਕਿੰਨਾ ਹੈਗਾ ਕਿਉਂਕਿ ਕੱਲ ਸਵੇਰ ਤੋਂ ਲੈ ਕੇ ਤੇ ਸ਼ਾਮ ਤੱਕ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਸੀ ਦਰਬਾਰ ਸਾਹਿਬ ਦੇ ਵਿੱਚ ਬਈ ਮਨ ਵੀ ਖੁਸ਼ ਹੁੰਦਾ ਸੀਗਾ ਵੀ ਸੰਗਤ ਦੇ ਵਿੱਚ ਕਿਸ ਤਰੀਕੇ ਨਾਲ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਪ੍ਰਤੀ ਇੰਨਾ ਉਤਸ਼ਾਹ ਹੈਗਾ ਕਿ ਅਕਾਲ ਤਖ਼ਤ ਸਾਹਿਬ ਤੋਂ ਲੈ ਕੇ ਇਹ ਅੰਮ੍ਰਿਤਸਰ ਦੀਆਂ ਵੱਖ ਵੱਖ ਥਾਵਾਂ ਤੱਕ ਇਹ ਨਗਰ ਕੀਰਤਨ ਗਿਆ ਤੇ ਉਸ ਤੋਂ ਬਾਅਦ ਸ਼ਾਮ ਦੇ ਵੇਲੇ ਅਕਾਲ ਤਖ਼ਤ ਸਾਹਿਬ ਤੇ ਆ ਕੇ ਸਮਾਪਤੀ ਹੋਈ ਹੈ ਘੰਟਾ ਘਰ ਕੋਲੇ ਜਾ ਕੇ ਤੇ ਉੱਥੇ ਪੁਲਿਸ ਦੀ ਟੁਕੜੀ ਦੇ ਵੱਲੋਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਗਈ ਹੈ ਕੱਲ ਨੌਜਵਾਨਾਂ ਨੇ ਗੱਤਕੇ ਦੇ ਜ਼ੋਰ ਦਿਖਾਏ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਕੱਲ ਸੀਗੀ ਉੱਥੇ ਬਹੁਤ ਖੂਬ ਹੈ ਜੀ ਬਹੁਤ ਭਾਈਚਾਰਕ ਸਾਂਝ ਬਣੀ ਰਹਿਣੀ ਚਾਹੀਦੀ ਹੈ ਇਸ ਤਰ੍ਹਾਂ ਧਰਮ ਕੋਈ ਵੀ ਹੋਵੇ ਧਰਮ ਦੇ ਵਿੱਚ ਜਿਹੜੇ ਆਪਣੇ ਗੁਰੂ ਪੀਰ ਜੋ ਜਿਸ ਤੇ ਜਿਹੋ ਜਿਹੀ ਆਸਥਾ ਜਿਹੋ ਜਿਹਾ ਨਾਂ ਹੈ ਉਹ ਬਣਿਆ ਰਹੇ ਤਾਂ ਕਿ ਮਨੁੱਖਤਾ ਮਨੁੱਖ ਜਿਹੜਾ ਮਨੁੱਖਤਾ ਦੇ ਲਈ ਜਿੰਦਾ ਰਹੇ ਗੱਲ ਦੂਜੀ ਕਰਦਿਆਂ ਕਿਸਾਨਾਂ ਦੀ ਹੁਣ ਟੈਣਾ ਸਾਹਿਬ ਕਿਸਾਨਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਪਰ ਅਣਮਿੱਥੇ ਸਮੇਂ ਦੇ ਲਈ ਸੜਕਾਂ ਨਹੀਂ ਰੋਕ ਸਕਦੇ ਇਹ ਗੱਲ ਸੁਪਰੀਮ ਕੋਰਟ ਨੇ ਕਹੀ ਹਾਂ ਬਿਲਕੁਲ ਜੀ ਕਿਉਂਕਿ ਵੱਖ ਵੱਖ ਨਾ ਪਟੀਸ਼ਨਾਂ ਪਾਈਆਂ ਹੋਈਆਂ ਅਦਾਲਤ ਦੇ ਵਿੱਚ ਲੋਕਾਂ ਦੇ ਪਟੀਸ਼ਨਾਂ ਪਾਈਆਂ ਹੋਈਆਂ ਕਿ ਭਾਈ ਅਸੀਂ ਲੰਘਦੇ ਹੁੰਦੇ ਸੀ ਇੱਥੋਂ ਦੀ ਤੇ ਸਾਡਾ ਸਫ਼ਰ ਆ ਜਿਹੜਾ ਉਹ ਛੋਟਾ ਹੁੰਦਾ ਸੀਗਾ ਪਰ ਸਫ਼ਰ ਹੁਣ ਸਾਡਾ ਬਹੁਤ ਵੱਡਾ ਹੋ ਗਿਆ ਕਿਉਂਕਿ ਸੜਕਾਂ ਦੇ ਉੱਤੇ ਕਿਸਾਨ ਬੈਠੇ ਆ ਤੇ ਸਾਨੂੰ ਉੱਤੋਂ ਦੀ ਘੁੰਮ ਫਿਰ ਕੇ ਆਉਣਾ ਪੈਂਦਾ ਇੱਕ ਨਹੀਂ ਇਹ ਕਈ ਪਟੀਸ਼ਨਾਂ ਜਿਹੜੀਆਂ ਉਹ ਸਮੇਂ ਸਮੇਂ ਦੇ ਉੱਤੇ ਪਾਈਆਂ ਹੋਈਆਂ ਤੇ ਇਸ ਮਾਮਲੇ ਦੇ ਉੱਤੇ ਪਹਿਲਾਂ ਵੀ ਸੁਪਰੀਮ ਕੋਰਟ ਨੇ ਕਈ ਵਾਰ ਸੁਣਵਾਈ ਕੀਤੀ ਹੈ ਤੇ ਹੁਣ ਵੀ ਕੀਤੀ ਹੈ ਤੇ ਹੁਣ ਅਗਲੀ ਤਰੀਕ ਹੈ ਜਿਹੜੀ ਉਹ ਦਸੰਬਰ ਤੱਕ ਪਾ ਦਿੱਤੀ ਹੈ 7 ਦਸੰਬਰ ਤੱਕ ਪਰ ਕੱਲ ਸੁਪਰੀਮ ਕੋਰਟ ਦੇ ਵੱਲੋਂ ਗੱਲ ਕਹੀ ਗਈ ਹੈ ਵੀ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ ਪਰ ਲੰਮੇ ਸਮੇਂ ਤੱਕ ਸੜਕਾਂ ਨੂੰ ਉੱਤੇ ਰੱਖਣਾ ਇਹ ਕੋਈ ਹੱਕ ਨਹੀਂ ਹੈਗਾ ਇਹ ਬਿਲਕੁਲ ਗਲਤ ਗੱਲ ਆ ਤੇ ਇਸ ਤੋਂ ਬਾਅਦ ਪਤਾ ਲੱਗਾ ਜੀ ਕਿਸਾਨਾਂ ਨੇ ਵੀ ਇਹ ਗੱਲ ਕਹੀ ਹੈ ਕਿਸਾਨਾਂ ਦੇ ਵਕੀਲ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਕਿਸਾਨਾਂ ਨੇ ਕੋਈ ਸੜਕ ਬਲੋਕ ਨਹੀਂ ਕੀਤੀ ਜੀ ਇਹ ਬਲੋਕ ਤਾਂ ਪ੍ਰਸ਼ਾਸਨ ਨੇ ਸਰਕਾਰ ਨੇ ਆਪ ਕੀਤੀ ਗਿਆ ਸੜਕ ਕਿਉਂਕਿ ਕਿਸਾਨ ਤਾਂ ਵਿਚਕਾਰ ਬੈਠੇ ਆ ਖੱਬੇ ਤੇ ਸੱਜੇ ਰਾਹ ਛੱਡ ਕੇ ਤੇ ਜਿਹੜੀ ਦਿੱਲੀ ਦੀ ਪੁਲਿਸ ਆ ਉਹ ਬੈਰੀਕੇਡ ਲਾ ਕੇ ਬੈਠੀ ਹੈ ਮੂਹਰੇ
ਵੀ ਕਿਤੇ ਕਿਸਾਨ ਇਹ ਦਿੱਲੀ ਦੇ ਵਿੱਚ ਨਾ ਵੜ ਜਾਣ। ਇਸ ਕਰਕੇ ਜੋ ਰਾਹ ਰੋਕੇ ਆ ਉਹ ਬੈਰੀਕੇਡਾਂ ਕਰਕੇ ਆ। ਤੁਸੀਂ ਉਹਨਾਂ ਨੂੰ ਕਹਿ ਦਿਓ ਕਿ ਉਹ ਅੱਜ ਬੈਰੀਕੇਡ ਚੱਕ ਲੈਣ ਤੇ ਸਾਰੇ ਰਾਹ ਖੁੱਲ ਜਾਂਦੇ ਆ। ਪਰ ਇਹਦੇ ਨਾਲ ਵੀ ਇੱਕ ਜਾਣਕਾਰੀ ਹੋਰ ਮਿਲੀ ਹੈ ਜੀ ਕਿ ਜੋ NH-23 ਆ ਇਹ ਹੈਗਾ ਜੀ ਯੂਪੀ ਗਾਜ਼ੀਪੁਰ ਬਾਰਡਰ, ਇਹਦੀ ਸਰਵਿਸ ਲੇਨ ਕੱਲ ਕਿਸਾਨਾਂ ਨੇ ਖੋਲ ਦਿੱਤੀ ਆ ਤੇ ਕੈਪ ਹੋਰਾਂ ਨੇ ਕੱਲ ਇਹਨੂੰ ਖੋਲ ਰੱਖਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਚਲੋ ਅਸੀਂ ਆਹ ਰਾਹ ਹੁਣ ਖੋਲ ਦਿੰਦੇ ਹਾਂ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਦੇ ਟੈਂਟ ਚੱਕੇ ਤੇ ਅਸੀਂ ਇੱਥੋਂ ਬੈਰੀਕੇਡ ਚੱਕੇ ਤੇ ਕਿਤੇ ਹੋਰ ਚੱਲੇ ਹਾਂ। ਪਰ ਗੱਲ ਇਹ ਹੈ ਵੀ ਅਸੀਂ ਕਿਉਂਕਿ ਸੁਪਰੀਮ ਕੋਰਟ ਦਾ ਵੀ ਸਤਿਕਾਰ ਕਰਦੇ ਹਾਂ ਤੇ ਇਸ ਕਰਕੇ ਖੋਲਣ ਲੱਗੇ। ਸੋ ਸੁਪਰੀਮ ਕੋਰਟ ਦਾ ਕਿਹਾ ਵੀ ਸਰਮੱਥੇ ਕਿਸਾਨਾਂ ਦੇ ਵੱਲੋਂ ਮੰਨਿਆ ਜਾ ਰਿਹਾ ਤੇ ਸੰਘਰਸ਼ ਨੂੰ ਅੱਗੇ ਵਧਾਉਣ ਦੀ ਗੱਲ ਜਾਰੀ ਰੱਖੀ ਗਈ ਹੈ। ਤੇ ਇੱਕ ਗੱਲ ਹੋਰ ਦੱਸਣੀ ਬਣਦੀ ਹੈ, ਕੱਲ ਸੰਯੁਕਤ ਕਿਸਾਨ ਮੋਰਚੇ ਦੀ ਮਹੱਤਵਪੂਰਨ ਮੀਟਿੰਗ ਹੋਈ ਹੈ। ਅੱਛਾ, ਇਸ ਮੀਟਿੰਗ ਚ ਬੜੇ ਵੱਡੇ ਫੈਸਲੇ ਕੀਤੇ ਗਏ। ਇਸ ਮੀਟਿੰਗ ਦੇ ਵਿੱਚ ਕੱਲ ਯੋਗਿੰਦਰ ਯਾਦਵ ਨੂੰ ਇੱਕ ਮਹੀਨੇ ਵਾਸਤੇ ਸਸਪੈਂਡ ਕਰ ਦਿੱਤਾ ਗਿਆ। ਇੱਕ ਮਹੀਨੇ ਵਾਸਤੇ ਉਹ ਮੋਰਚੇ ਦੀ ਕਿਸੇ ਵੀ ਮੀਟਿੰਗ ਦੇ ਵਿੱਚ ਮੋਰਚੇ ਦੀ ਕਿਸੇ ਵੀ ਸਟੇਜ ਦੇ ਉੱਤੇ ਨਹੀਂ ਆ ਸਕਣਗੇ ਤੇ ਉਹ ਕਿਸੇ ਤਰ੍ਹਾਂ ਦੀ ਕੋਈ ਇੰਟਰਵਿਊ ਨਹੀਂ ਦੇ ਸਕਣਗੇ। ਇਹ ਜਿੰਨੇ ਵੀ ਕਿਸਾਨ ਹੁਣ ਤੱਕ ਸਸਪੈਂਡ ਕੀਤੇ ਗਏ ਆ, ਕੋਈ 15 ਦਿਨ ਦੇ ਲਈ, ਕੋਈ 10 ਦਿਨ ਦੇ ਲਈ, ਉਹਨਾਂ ਸਾਰਿਆਂ ਦੇ ਉੱਤੇ ਇਹ ਨਿਯਮ ਲਾਗੂ ਹੁੰਦਾ। ਤੇ ਸਸਪੈਂਡ ਇਸ ਕਰਕੇ ਕੀਤਾ ਗਿਆ ਕਿਉਂਕਿ ਪਿਛਲੇ ਜਿਹੜੀ ਲਖੀਮਪੁਰ ਖੀਰੀ ਕਾਂਡ ਵਾਪਰਿਆ ਉਹਦੇ ਵਿੱਚ ਕਈ ਕਿਸਾਨ ਜਿਹੜੇ ਉਹਨਾਂ ਦੀ ਵੀ ਮੌਤ ਹੋਈ ਹੈ ਤੇ ਕੁਝ ਹੋਰ ਲੋਕਾਂ ਦੀ ਵੀ, ਬੀਜੇਪੀ ਦੇ ਆਗੂਆਂ ਦੀ ਵੀ। ਤੇ ਜਦੋਂ ਉੱਥੇ ਕਿਸਾਨਾਂ ਦਾ ਸ਼ਹੀਦੀ ਸਮਾਗਮ ਰੱਖਿਆ ਸੀਗਾ ਤਾਂ ਆਉਂਦੇ ਹੋਏ ਜਿਹੜੇ ਉੱਥੋਂ ਤੇ ਯੋਗਿੰਦਰ ਯਾਦਵ ਹੋਈ ਇੱਕ ਬੀਜੇਪੀ ਵਰਕਰ ਦੇ ਘਰ ਦੇ ਵਿੱਚ ਵੀ ਅਫਸੋਸ ਦਾ ਪ੍ਰਗਟਾਵਾ ਕਰਕੇ ਆਏ ਆ। ਅੱਛਾ, ਉਹਦਾ ਨਾਂ ਹੈਗਾ ਦੀਪਕ ਮਿਸ਼ਰਾ। ਉਹਨਾਂ ਦੇ ਘਰ ਦੇ ਵਿੱਚ ਚਲੇ ਗਏ ਸੀ ਫਿਰ ਉਹਨਾਂ ਨੇ ਉੱਥੇ ਫੋਟੋ ਖਿੱਚ ਕੇ ਤੇ ਆਪਦੇ ਸੋਸ਼ਲ ਮੀਡੀਆ ਤੇ ਪਾ ਲਈ ਕਿ ਮੈਂ ਸ਼ਰਧਾਂਜਲੀ ਸਮਾਗਮ ਦੇ ਵਿੱਚੋਂ ਆਉਂਦਾ ਹੋਇਆ ਤੇ ਬੀਜੇਪੀ ਦੇ ਵਰਕਰ ਦੇ ਜਿਹੜਾ ਕਿ ਉਸੇ ਵੇਲੇ ਮਾਰਿਆ ਗਿਆ ਸੀਗਾ ਕੁੱਟਮਾਰ ਦੇ ਕਰਕੇ ਉਹਦੇ ਘਰ ਦੇ ਵਿੱਚ ਹੋ ਕੇ ਆਇਆ। ਉਹਨਾਂ ਨੇ ਮੈਨੂੰ ਕੁਛ ਨੀ ਕਿਹਾ ਪਰ ਉਹਨਾਂ ਨੇ ਇਹ ਮੈਨੂੰ ਬਹੁਤ ਵਾਰ ਪੁੱਛਿਆ ਵੀ ਭਾਈ ਸਾਡਾ ਕਸੂਰ ਕੀ ਸੀ, ਕੀ ਅਸੀਂ ਕਿਸਾਨ ਨਹੀਂ ਹੈ। ਉਹਨਾਂ ਨੇ ਅੱਖਾਂ ਚ ਅਥਰੂ ਸੀ, ਕੁਛ ਇੱਦਾਂ ਦੀਆਂ ਤਰ੍ਹਾਂ ਲਿਖੀਆਂ ਨੇ। ਫਿਰ ਉਹ ਕਿਸਾਨਾਂ ਨੇ ਇਸ ਗੱਲ ਦੇ ਉੱਤੇ ਕਿਸਾਨ ਆਗੂਆਂ ਨੇ ਇਤਰਾਜ਼ ਦਾਹਰ ਕੀਤਾ ਸੀ ਵੀ ਤੁਸੀਂ ਬਿਨਾਂ ਦੱਸੇ ਬਿਨਾਂ ਪੁੱਛੇ ਬੀਜੇਪੀ ਆਗੂ ਦੇ ਬੀਜੇਪੀ ਵਰਕਰ ਦੇ ਘਰ ਦੇ ਵਿੱਚ ਕਿਉਂ ਗਏ। ਇਸ ਗੱਲ ਦਾ ਉੱਥੇ ਸੰਤੁਸ਼ਟੀਜਨਕ ਉੱਤਰ ਜਿਹੜਾ ਉਹ ਨਹੀਂ ਲੱਗਿਆ ਸੰਯੁਕਤ ਕਿਸਾਨ ਮੋਰਚੇ ਨੂੰ ਤੇ ਇਸ ਕਰਕੇ ਯੋਗਿੰਦਰ ਯਾਦਵ ਨੂੰ ਇੱਕ ਮਹੀਨੇ ਵਾਸਤੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸਸਪੈਂਡ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਹੰਦੂ ਸਿੰਘ ਮਾਨਸਾ ਨੂੰ ਵੀ ਸਸਪੈਂਡ ਕੀਤਾ ਗਿਆ ਸੀ, ਕਈਆਂ ਨੂੰ ਹੋਰਾਂ ਨੂੰ ਵੀ ਸਮੇਂ ਸਮੇਂ ਤੇ ਕੀਤਾ ਗਿਆ। ਜਿਹੜਾ ਵੀ ਆਗੂ ਇਸ ਵੇਲੇ ਕੋਈ ਤੱਕਾ ਭਾਸ਼ਣ ਦਿੰਦਾ ਜਾਂ ਕੋਈ ਵਿਵਾਦਗ੍ਰਸਤ ਗੱਲ ਕਰਦਾ ਤੇ ਉਹਨੂੰ ਇਵੇਂ ਸਸਪੈਂਡ ਕੀਤਾ ਜਾਂਦਾ ਜੀ। ਬਿਲਕੁਲ ਬਿਲਕੁਲ। ਔਰ ਦੂਜੀ ਗੱਲ ਹੈਗੀ ਹੈ ਟੈਨਾ ਸਾਹਿਬ, ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਕਲੇਸ਼ ਪਿਆ ਹੋਇਆ, ਹੁਣ ਹਰੀਸ਼ ਰਾਵਤ ਜੀ ਇੰਨੇ ਦੁਖੀ ਹੋ ਗਏ, ਇੰਨੇ ਉਹਨੇ ਹੱਥ ਖੜੇ ਹੋ ਗਏ ਉਹਨਾਂ ਦੇ, ਉਹ ਕਹਿੰਦੇ ਜੀ ਇਹ ਚੰਗਾ ਹੁੰਦਾ ਜੇ ਸਿੱਧੂ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੁੰਦਾ, ਕਹਿੰਦੇ ਇੰਨੀ ਇੰਨੀ ਮੈਨੂੰ ਦੁੱਖ ਨਹੀਂ ਸੀ ਝੱਲਣਾ ਪੈਣਾ। ਹਾਂ ਬਿਲਕੁਲ ਜੀ, ਗੱਲ ਇਹ ਹੈ ਕਿ ਹਰੀਸ਼ ਰਾਵਤ ਦੇ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਈ ਹੁਣ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪ ਦਿਓ, ਮੇਰੇ ਕੋਲ ਸਮਾਂ ਨਹੀਂ ਗਾ ਤੇ ਮੈਂ ਹੁਣ ਉੱਤਰਾਖੰਡ ਦੀ ਚੋਣ ਦੇ ਵੱਲ ਵੀ ਖਿਆਲ ਕਰਦਾ। ਤੇ ਮੈਨੂੰ ਲੱਗਦਾ ਵੀ ਦੇਰ ਸਵੇਰ ਅੱਜ ਕੱਲ੍ਹ ਦੇ ਵਿੱਚ ਉਹਨਾਂ ਦੀ ਥਾਂ ਦੇ ਉੱਤੇ ਜ਼ਿੰਮੇਵਾਰੀ ਹਰੀਸ਼ ਚੌਧਰੀ ਦੇ ਕੋਲ ਆ ਜਾਣੀ ਹੈ, ਹਰੀਸ਼ ਰਾਵਤ ਦੀ ਥਾਂ। ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਹਰੀਸ਼ ਰਾਵਤ ਹੋਰੀ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਵੀ ਹੈ ਤੇ ਐਤਕੀ ਵੀ ਉਹਨਾਂ ਦੀ ਅਗਵਾਈ ਦੇ ਵਿੱਚ ਚੋਣ ਲੜੀ ਜਾਣੀ ਹੈ। ਨਵੀਂ ਗੱਲ ਇਹ ਹੈਗੀ ਹੈ ਕਿ ਉਹਨਾਂ ਨੇ ਕੱਲ ਇਹ ਆਖਿਆ ਕਰੇ ਜੀ ਕਿ ਜਿਸ ਤਰੀਕੇ ਦੇ ਹੁਣ ਪੰਜਾਬ ਦੇ ਵਿੱਚ ਮੈਨੂੰ ਮਾਣ ਸਨਮਾਨ ਮਿਲਿਆ ਉਹਦੇ ਲਈ ਤਾਂ ਮੈਂ ਧੰਨਵਾਦ ਕਰਦਾ, ਪਰ ਜਿਹੜਾ ਇਹ ਕਲੇਸ਼ ਆ ਮੈਂ ਇਹਨੂੰ ਨਿਬੇੜਨ ਦੀ ਬਹੁਤ ਕੋਸ਼ਿਸ਼ ਕੀਤੀ ਆ ਪਰ ਉਹਨੂੰ ਸਫਲਤਾ ਨਹੀਂ ਮਿਲੀ। ਉਹਨਾਂ ਨੇ ਇਹ ਗੱਲ ਕਹੀ ਆ, ਉਹ ਕਹਿੰਦੇ ਜੀ ਕਿ ਜਦੋਂ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਸੀ ਤਾਂ ਇਹਨੂੰ ਸਵੀਕਾਰ ਕਰ ਹੀ ਲੈਣਾ ਚਾਹੀਦਾ ਸੀ, ਹੁਣ ਉਹਨਾਂ ਨੇ ਇਹ ਗੱਲ ਕਹੀ ਆ। ਇਹਦਾ ਅਰਥ ਇੱਕੋ ਇੱਕ ਗੱਲ ਦਾ ਕਿ ਜਦੋਂ ਨਵਜੋਤ ਸਿੰਘ ਉਹਦੇ ਕਰਕੇ ਹੀ ਪੁਆੜੇ ਪੈਂਦੇ ਆ ਮੇਰਾ ਖਿਆਲ ਆ ਵੀ ਉਹ ਮੰਨਦੇ ਜੇਕਰ ਇਹ ਅਸਤੀਫਾ ਸਵੀਕਾਰ ਹੋ ਜਾਂਦਾ ਤਾਂ ਇੱਕੋ ਵਾਰ ਜਿਹੜਾ ਸਾਰਾ ਕੁਝ ਹੋ ਜਾਂਦਾ ਤੇ ਜੋ ਹੋਣਾ ਸੀ ਤੇ ਇਹ ਵਾਰ ਵਾਰ
ਮੌਕਾ ਨਹੀਂ ਸੀ ਆਉਣਾ ਕਿ ਹੁਣ ਲੜਕ ਤੇ ਹੁਣ ਉਹਨੇ ਐਂ ਕਹਿਤਾ ਉਹਨੇ ਐਂ ਕਹਿਤਾ। ਵੈਸੇ ਨਾ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਦੇ ਕੋਕੇ ਜਿਹੜੇ ਮੈਂ ਕੱਲ ਹੈਰਾਨ ਰਹਿ ਗਿਆ ਕਿਉਂਕਿ ਨਵਜੋਤ ਸਿੱਧੂ ਇਹ ਗੱਲ ਕਹਿ ਰਿਹਾ ਵੀ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਉਹ ਇਹਨਾਂ ਖੇਤੀ ਕਾਨੂੰਨਾਂ ਦਾ ਜਨਮਦਾਤਾ ਕਿਉਂਕਿ ਉਹ ਬੀਜੇਪੀ ਦੇ ਨਾਲ ਮਿਲਿਆ ਹੋਇਆ ਤੇ ਇਹਨਾਂ ਨੇ ਆਪ ਹੀ ਲਾਗੂ ਕਰਵਾਏ ਆ ਵੀ ਪਿੰਡ ਦੇ ਉੱਤੇ ਆ ਕੇ ਚੋਣਾਂ ਦੇ ਮੌਕੇ ਆਪਾਂ ਇਹ ਰੱਦ ਕਰਵਾਵਾਂਗੇ। ਪ੍ਰਗਟ ਸਿੰਘ ਨੇ ਗੱਲ ਕਹੀ ਹੈ ਕਿ ਹੁਣ ਤਾਂ ਬੀਜੇਪੀ ਨੂੰ ਕਹਿ ਕੇ ਤੇ ਮਸਲਾ ਹੱਲ ਕਰਵਾਉਣ ਨੂੰ ਫਿਰਦਾ ਜਨਾਬ ਤੇ ਜਿਹੜੇ ਕਿਸਾਨਾਂ ਦੀ ਮੌਤ ਹੋਈ ਹੈ ਵਾਂਡਰਾਂ ਦੇ ਉੱਤੇ ਤੇ ਉਹਨਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ? ਹਰੀਸ਼ ਰਾਵਤ ਨੇ ਇਹ ਗੱਲ ਕਹਿਤੀ ਸੀ ਉਹ ਕਹਿੰਦੇ ਜੀ ਇਹ ਮੌਕਾ ਪ੍ਰਸਤਾ ਕੈਪਟਨ ਅਮਰਿੰਦਰ ਸਿੰਘ ਉਹਨੂੰ ਇੱਦਾਂ ਨਹੀਂ ਸੀ ਚਾਹੀਦਾ ਵੀ ਅਸੀਂ ਬੀਜੇਪੀ ਦੇ ਨਾਲ ਮਿਲ ਗਏ ਹੁਣ ਪਾਰਟੀ ਬਣਾ ਕੇ ਕਹਿੰਦਾ ਮੈਂ ਬੀਜੇਪੀ ਨਾਲ ਗੱਠਜੋੜ ਕਰੂੰਗਾ। ਇਸ ਗੱਲ ਦੇ ਉੱਤੇ ਚਾਰ ਸੀ ਜਿਹੜੇ ਉਹ ਤੱਤੇ ਭਾਰੇ ਹੋ ਕੇ ਤੇ ਕੈਪਟਨ ਦੇ ਮਗਰ ਪੈ ਗਏ। ਕੈਪਟਨ ਨੇ ਇੱਕੋ ਟਵੀਟ ਦੇ ਵਿੱਚ ਪਰ ਸਾਰੇ ਵਲੇਟ ਦੇ ਕੈਪਟਨ ਕਹਿੰਦਾ ਜੀ ਉਹਨੇ ਟਵੀਟ ਚ ਲਿਖਿਆ ਕਰਾਂ ਦੇਖੋ 13 ਸਾਲ 14 ਸਾਲ ਨਵਜੋਤ ਸਿੰਘ ਸਿੱਧੂ ਭਾਜਪਾ ਦੇ ਵਿੱਚ ਰਹਿ ਕੇ ਤੇ ਕਾਂਗਰਸ ਦੇ ਵਿੱਚ ਆਏ ਆ ਤੇ ਮੌਕਾ ਪ੍ਰਸਤ ਮਏ ਆ। ਪ੍ਰਗਟ ਸਿੰਘ 4.5 ਸਾਲ ਅਕਾਲੀ ਦਲ ਚ ਰਹਿ ਆਏ ਆ ਤੇ ਮੌਕਾ ਪ੍ਰਸਤ ਭਾਈ ਮਾਈ ਹੈ। ਨਾਨਾ ਪਟੋਲੇ ਵਰਗਾ ਬੰਦਾ ਉਹ ਆਰ ਐਸ ਐਸ ਦੇ ਵਿੱਚੋਂ ਕਾਂਗਰਸ ਦੇ ਵਿੱਚ ਆਇਆ ਤੇ ਮੌਕਾ ਪ੍ਰਸਤ ਮਏ ਆ। ਸ਼ਿਵ ਸੈਨਾ ਦੇ ਗੱਠਜੋੜ ਤੇ ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਤੇ ਮੌਕਾ ਪ੍ਰਸਤ ਮਏ ਆ। ਇਹ ਦੱਸੋ ਵੀ ਤੁਸੀਂ ਕਿਹੜੀ ਮੌਕਾ ਪ੍ਰਸਤੀ ਦੀ ਗੱਲ ਕਰਦੇ ਹੋ? ਤੁਸੀਂ ਕਿਹੜੀ ਦੇਸ਼ ਭਗਤੀ ਦੀ ਗੱਲ ਕਰਦੇ ਹੋ? ਤੁਸੀਂ ਵੀ ਤਾਂ ਅੱਜ ਤੱਕ ਜਿੱਥੇ ਆਪਦਾ ਸੂਤ ਵੇਖਿਆ ਜਾਂ ਜਿੱਥੇ ਤੁਹਾਨੂੰ ਇਹ ਲੱਗਾ ਵੀ ਉਧਰੋਂ ਉਹ ਬੰਦਾ ਲੈ ਲਿਆ ਉਧਰੋਂ ਉਹ ਬੰਦਾ ਲੈ ਲਿਆ ਉਧਰੋਂ ਉਹ ਬੰਦਾ ਲੈ ਲਿਆ ਤੇ ਇਹ ਤੁਹਾਡਾ ਕਿਹੜਾ ਸਿਲਸਿਲਾ ਤੇ ਇਹ ਤੁਹਾਡੀ ਕਿਹੜਾ ਇਖਲਾਕ? ਤੁਸੀਂ ਹਮੇਸ਼ਾ ਆਪਦੀ ਆਹ ਗੱਲ ਕੀਤੀ ਹੈ ਤੇ ਮੌਕਾ ਪ੍ਰਸਤ ਦੀ ਗੱਲ ਤੁਸੀਂ ਵੱਲੋਂ ਕਹਿੰਦੇ ਆ। ਹਰੀਸ਼ ਰਾਵਤ ਨੇ ਗੱਲ ਕਹੀ ਹੈ ਵੀ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਲਗਾਮ ਵੇਲੇ ਤੇ ਪਾਈ ਹੁੰਦੀ ਤਾਂ ਅੱਜ ਲੋਕ ਇਹ ਹਾਲਾਤ ਪੈਦਾ ਨਾ ਹੁੰਦੇ। ਕੱਲ ਵੀ ਚਰਚਾ ਨੇ ਦੋ ਤੋਕੇ ਗੱਲ ਕਹੀ ਹੈ ਉਹ ਕਹਿੰਦਾ ਵੀ 6 ਮਹੀਨੇ ਪਹਿਲਾਂ ਤੱਕ ਅਸੀਂ ਚੋਣ ਜਿੱਤ ਰਹੇ ਸੀਗੇ ਜਿਹੜੀ ਕਿ ਨਵੀਂ ਚੋਣ ਹੋਊਗੀ ਪਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਦੇ ਵਿੱਚ ਆ ਕੇ ਤੇ ਤੁਸੀਂ ਮੈਨੂੰ ਪਰੇ ਕਰਕੇ ਤੇ ਬਾਅਦ ਦੇ ਵਿੱਚ ਸਿੱਧੂ ਦੇ ਹੱਥ ਦੇ ਵਿੱਚ ਕਮਾਨ ਫੜਾਉਂਦੇ ਆ ਉਹਦਾ ਆਪਦਾ ਤਾਂ ਪੱਠਾ ਬੈਠਾ ਹੀ ਹੈ। ਉਹਨੇ ਤੁਹਾਡਾ ਵੀ ਬਿਠਾਉਣਾ ਤੇ ਇਹ ਗੱਲ ਨੂੰ ਚੇਤੇ ਰੱਖੋਗੇ ਨਾਲ ਹੀ ਉਹਨੇ ਗੱਲ ਕਹੀ ਵੀ ਸਿੱਧੂ ਸਥਿਰ ਬੰਦਾ ਕਹੀਦਾ ਇਹ ਪੁਆੜੇ ਦੀ ਗੈੜ ਹੈ ਇਹ ਤੁਹਾਨੂੰ ਪਹਿਲੇ ਸੂਟ ਨਹੀਂ ਆਉਣਾ ਗਾ ਤੁਸੀਂ ਇਸ ਗੱਲ ਨੂੰ ਜਿਹੜੀ ਚੇਤੇ ਰੱਖੋ ਜੀ। ਬਿਲਕੁਲ ਗੱਲ ਉਹਨਾਂ ਦੀ ਚਦਮ ਹੈ ਜਿਹੜੀਆਂ ਗੱਲਾਂ ਕਹੀਆਂ ਨੇ ਬਹੁਤ ਤਰੀਕੇ ਨਾਲ ਕਹੀਆਂ ਨੇ। ਉਧਰ ਉਪ ਮੁੱਖ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਲਈ ਕਈ ਅਹਿਮ ਫੈਸਲੇ ਕੀਤੇ ਨੇ ਐਲਾਨ ਕੀਤੇ ਨੇ ਜੀ। ਬਿਲਕੁਲ ਜੀ ਕੱਲ ਸਟਾਰਟ ਨਾਲ ਜਿਹੜਾ ਪੰਜਾਬ ਪੁਲਿਸ ਦਾ ਸ਼ਹੀਦੀ ਦਿਵਸ ਸਮਾਗਮ ਸੀਗਾ ਤੇ ਜਿਹੜੇ ਜਿਹੜੇ ਪੁਲਿਸ ਦੇ ਜਵਾਨ ਵੱਖ ਵੱਖ ਮੌਕਿਆਂ ਦੇ ਉੱਤੇ ਸ਼ਹੀਦ ਹੋਏ ਆ ਤੇ ਉਹਨਾਂ ਨੂੰ ਕੱਲ ਸ਼ਰਮਾ ਦੇ ਫੁੱਲ ਭੇਟ ਕੀਤੇ ਗਏ ਤੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਸੂਬਾ ਪੱਧਰੀ ਸਮਾਗਮ ਹੁੰਦਾ ਤੇ ਉਹਦੇ ਵਿੱਚ ਸ਼ਿਰਕਤ ਕੀਤੀ ਸੀਗੀ ਜਲੰਧਰ ਦੇ ਪੀ ਏ ਪੀ ਗਰਾਊਂਡ ਦੇ ਵਿੱਚ ਉਪ ਮੁੱਖ ਮੰਤਰੀ ਜਿਹਨਾਂ ਦੇ ਕੋਲ ਗ੍ਰਹਿ ਵਿਭਾਗ ਵੀ ਆ ਪੁਲਿਸ ਮਹਿਕਮਾ ਵੀ ਆ ਸੁਖਜਿੰਦਰ ਸਿੰਘ ਰੰਧਾਵਾ ਜੀ ਇੱਥੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਗੱਲ ਕਹੀ ਵੀ ਸਾਨੂੰ ਆਪਣੇ ਪੁਲਿਸ ਦੇ ਯੋਧਿਆਂ ਦੇ ਉੱਤੇ ਮਾਣ ਆ ਜਿਹਨਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਤੇ ਸਮੇਂ ਸਮੇਂ ਦੇ ਉੱਤੇ ਸ਼ਹਾਦਤ ਪ੍ਰਾਪਤ ਕੀਤੀ ਹੈ ਉਹਨਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਖੜੇ ਹਾਂ। ਸੁਖਜਿੰਦਰ ਸਿੰਘ ਰੰਧਾਵਾ ਨੇ ਉਹਨਾਂ ਪਰਿਵਾਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਜਿਨ੍ਹਾਂ ਦੇ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਸ਼ਹੀਦ ਹੋਏ ਆ ਵੱਖ ਵੱਖ ਅਹੁਦਿਆਂ ਦੇ ਉੱਤੇ ਜਿਹੜੇ ਸੀਗੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਜਿਹੜੇ ਪਰਿਵਾਰਕ ਮੈਂਬਰ ਹੈ ਤੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਉਹਦੇ ਲਈ ਅਸੀਂ ਹਾਜ਼ਰ ਹਾਂ ਤੇ ਅਸੀਂ ਅਧਿਕਾਰੀਆਂ ਦੀ ਇੱਕ ਟੀਮ ਬਣਾ ਰਹੇ ਹਾਂ ਜਿਹੜੇ ਕਿ ਇਹਨਾਂ ਦੀ ਕੋਈ ਵੀ ਦਿੱਕਤ ਹੈਗੀ ਹੈ ਭਾਵੇਂ ਉਹ ਪੈਨਸ਼ਨ ਨਾਲ ਸੰਬੰਧਿਤ ਹੈ ਭਾਵੇਂ ਉਹ ਕੋਈ ਹੋਰ ਸਮੱਸਿਆ ਤੇ ਉਹ ਹੱਲ ਕਰਿਆ ਕਰਨਗੇ। ਬਿਲਕੁਲ ਟਾਣਾ ਸਾਹਿਬ ਦੋ ਖਬਰਾਂ ਇਕੱਠੀਆਂ ਨੇ ਵੈਸੇ ਤੁਸੀਂ ਜ਼ਿਕਰ ਕਰ ਹੀ ਚੁੱਕੇ ਹੋ। ਨਵਜੋਤ ਸਿੱਧੂ ਜੀ ਕੈਪਟਨ ਅਮਰਿੰਦਰ ਦੇ ਉੱਤੇ ਖਫਾ ਹੋਏ ਨੇ ਉਹ ਕਹਿੰਦੇ ਇਹ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਦਾ ਘਾੜਾ ਹੈ ਅਮਰਿੰਦਰ ਸਿੰਘ। ਉਧਰ ਅਮਰਿੰਦਰ ਸਿੰਘ ਕਹਿੰਦੇ ਜਿਹੜੇ ਨਵੇਂ ਮੁੱਖ ਮੰਤਰੀ ਨੇ ਚਰਨਜੀਤ ਚੰਨੀ ਉਹ ਬਹੁਤ ਗੁੱਡ ਬੋਆਏ ਨੇ ਬੜੇ ਸਮਝਦਾਰ ਬੰਦੇ ਨੇ ਪਰ ਜਿਹੜਾ ਇਹ ਨਵਜੋਤ ਸਿੱਧੂ ਹੈ ਇਹ ਸਾਰੇ ਪੌੜਿਆਂ ਦੀ ਜੜ ਜਿਵੇਂ ਕਿ ਤੁਸੀਂ ਪਹਿਲਾਂ ਕਿਹਾ ਜੀ। ਦੇਖੋ ਗੱਲ ਤਾਂ ਇਹ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਤੱਕ ਬਹੁਤ ਵਧੀਆ ਗੱਲ ਕਹੀ ਹੈ ਵੀ ਨਵਜੋਤ ਸਿੱਧੂ ਹੈ ਜਿਹੜਾ ਉਹਨੂੰ ਮੈਂ ਕਿਸੇ ਵੀ ਥਾਂ ਦੇ ਉੱਤੇ ਜਿੱਤਣ ਨਹੀਂ ਦੇਣਾ ਉਹ ਕਿਤੇ ਵੀ ਖੜ ਗਏ ਤੇ ਜੇਕਰ ਉਹਦੀ ਅਗਵਾਈ ਦੇ ਵਿੱਚ ਕਾਂਗਰਸ ਚੋਣਾਂ ਲੜੂਗੀ
ਤਾਂ ਉਹਨੂੰ ਮੈਂ ਰੂਹ ਦੇ ਨਾਲ ਹਰਾਉਂਗਾ। ਉਧਰੋਂ ਨਵਜੋਤ ਸਿੰਘ ਦੀ ਘਰਵਾਲੀ ਇਹ ਤਰ ਕਹਿ ਰਹੀ ਹੈ ਵੀ ਤੁਸੀਂ ਆ ਕੇ ਤੇ ਇੱਥੇ ਚੋਣ ਲੜਕੇ ਦਿਖਾ ਦਿਓ ਅੰਮ੍ਰਿਤਸਰ ਦੇ ਵਿੱਚ, ਪਤਾ ਲੱਗ ਜੂਗਾ ਵੀ ਸਿੱਧੂ ਵੱਧ ਮਸ਼ਹੂਰ ਆ, ਤੁਸੀਂ ਵੱਧ ਮਸ਼ਹੂਰ ਆ। ਉਧਰੋਂ ਕੈਪਟਨ ਕਹਿੰਦਾ ਵੀ ਤੁਸੀਂ ਪਟਿਆਲੇ ਆ ਜਾਓ, ਆਪਾਂ ਦੇਖ ਲੈਂਦੇ ਹਾਂ ਕਿ ਕੌਣ ਕਿੰਨੇ ਪਾਣੀ ਚ। ਇਹਨਾਂ ਦੀਆਂ ਗੱਲਾਂ ਇਸ ਵੇਲੇ ਚੱਲ ਰਹੀਆਂ। ਉਸ ਤੋਂ ਬੜੀ ਗੱਲ ਇਹ ਹੈ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਚਰਨਜੀਤ ਸਿੰਘ ਚੰਨੀ ਸੱਚੀ ਮੁੱਚੀ ਗੁਰਦੁਆਰੇ ਆ, ਉਹ ਬੰਦੇ ਦੇ ਤਰ੍ਹਾਂ ਕੋਈ ਰੱਬ ਦੀ ਘਟਨੀ ਗੱਲ ਕੀਤੀ, ਉਹ ਬੰਦਾ ਆਪਣਾ ਕੰਮ ਕਰ ਰਿਹਾ, ਉਹ ਮੇਰੀ ਕੈਬਨਿਟ ਦੇ ਵਿੱਚ ਵੀ ਸੀ ਤੇ ਉਹਦੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਹੈ, ਉਹਨੂੰ ਆਪਦਾ ਕੰਮਕਾਜ ਕਰਨਾ ਚਾਹੀਦਾ, ਉਹ ਵਧੀਆ ਕੰਮ ਕਰ ਰਿਹਾ ਇਸ ਵੇਲੇ। ਪਰ ਜਿਹੜਾ ਨਵਜੋਤ ਸਿੰਘ ਉਹ ਤੋਂ ਬਚ ਕੇ ਰਹਿਣਾ ਚਾਹੀਦਾ, ਜਿਹੜਾ ਇਹਦੇ ਨਾਲ ਲਾਗਿਆ ਸਿੰਘ ਉਹਦਾ ਪਿੱਛਾ ਬਹਿ ਗਿਆ, ਉਹਨੂੰ ਲੈ ਕੇ ਬਹਿ ਗਿਆ ਨਵਜੋਤ ਸਿੰਧੂ। ਉਸ ਤੋਂ ਬਾਅਦ ਗੱਲ ਇਹ ਕਿ ਨਵਜੋਤ ਸਿੰਧੂ ਨੇ ਕਿਹਾ ਵੀ ਜਿਹੜੇ 86 ਕਰੋੜਾਂ ਸਿੰਘ ਇਹਦਾ ਜਨਮ ਦਾਤਾ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦਾ। ਪਰ ਮੈਂ ਇਸ ਗੱਲ ਦੇ ਉੱਤੇ ਹੈਰਾਨ ਹਾਂ ਵੀ ਸਿੱਧੂ ਹੋਈ ਕਈ ਮਹੀਨੇ ਤੋਂ ਇਹ ਗੱਲ ਕਹਿ ਰਹੇ ਆ ਵੀ ਇਹਨਾਂ ਤਿੰਨੇ ਖੇਤੀ ਕਾਨੂੰਨ ਦੇ ਜਨਮਦਾਤੇ ਬਾਦਲ ਪਰਿਵਾਰ ਦੇ ਮੈਂਬਰ ਆ ਤੇ ਕੱਲ ਕੈਪਟਨ ਅਮਰਿੰਦਰ ਸਿੰਘ ਹੋ ਗਏ। ਸੋ ਇਸ ਤਰੀਕੇ ਦੀਆਂ ਗੱਲਾਂ ਪਤਾ ਚੱਲ ਰਹੀਆਂ, ਪਰ ਖੇਤੀ ਕਾਨੂੰਨਾਂ ਦੇ ਮਾਮਲੇ ਦੇ ਉੱਤੇ ਇਹ ਗੱਲ ਜ਼ਰੂਰ ਕਿਹੜੀ ਬਣਦੀ ਆ ਵੀ ਮੈਨੂੰ ਲਗਾਤਾਰ ਮੈਨੂੰ ਇਸ ਗੱਲ ਦਾ ਅਹਿਸਾਸ ਆ ਵੀ ਬਹੁਤ ਜਲਦ ਇਹ ਖੇਤੀ ਕਾਨੂੰਨ ਆ ਜਿਹੜੇ ਇਹਨਾਂ ਦੇ ਬਾਬਤ ਕੋਈ ਨਾ ਕੋਈ ਸਹਿਮਤੀ ਬਣ ਜੂਗੀ ਤੇ ਕਿਸਾਨ ਅੰਦੋਲਨ ਸ਼ਾਇਦ ਸਮਾਪਤ ਹੋ ਜੂਗਾ, ਮੈਨੂੰ ਇਹ ਅਹਿਸਾਸ ਹੋ ਰਿਹਾ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਵੱਲੋਂ ਸਹਿਮਤਾਂ ਮਾਰੀਆਂ ਜਾ ਰਹੀਆਂ, ਤੇ ਦੇਖੋ ਕੈਪਟਨ ਅਮਰਿੰਦਰ ਸਿੰਘ ਦੀ ਤਾਂ ਹੀ ਸਫਲ ਆ ਜੇਕਰ ਖੇਤੀ ਕਾਨੂੰਨ ਰੱਦ ਹੁੰਦੇ ਆ ਜਾਂ ਕਿਸਾਨੀ ਮਸਲਾ ਹੱਲ ਹੁੰਦਾ ਕਿਸੇ ਵੀ ਮੋੜ ਤੇ ਆ ਕੇ। ਤੇ ਮੈਨੂੰ ਲੱਗਦਾ ਵੀ ਸਾਰੀ ਸਕ੍ਰਿਪਟ ਤਾਂ ਤਿਆਰ ਕਰ ਹੀ ਲਈ ਗਈ ਹੈ, ਇਹ ਬਸ ਰਸਮੀ ਤੌਰ ਦੇ ਉੱਤੇ ਐਲਾਨ ਕਰਨਾ ਬਾਕੀ ਹੈ। ਕਿਸਾਨ ਕਹਿੰਦੇ ਵੀ ਤਿੰਨੇ ਖੇਤੀ ਕਾਨੂੰਨ ਰੱਦ ਕਰੋ ਤੇ ਰਸਮੀ ਤੌਰ ਤੇ ਐਮਐਸਪੀ ਦੀ ਗਰੰਟੀ ਦੇ ਦਿਓ, ਤੇ ਬੀਜੇਪੀ ਕੁਝ ਕੁ ਹੋਰ ਰਿਆਇਤਾਂ ਦੇ ਤਹਿਤ ਕੁਝ ਕੁ ਹੋਰ ਲਚਕੀਲੇਪਣ ਦੇ ਨਾਲ ਚਾਹੁੰਦੀ ਹੈ ਕਿ ਮਸਲਾ ਹੱਲ ਹੋ ਜਾਵੇ। ਸੋ ਤੋੜਾ ਸਿਰ ਦੇ ਉੱਤੇ ਹੋਰ ਕਰਕੇ ਮੈਨੂੰ ਲੱਗਦਾ ਵੀ ਕੁਝ ਕੁ ਹਫ਼ਤਿਆਂ ਦੇ ਵਿੱਚ ਵਿੱਚ ਕਿਸੇ ਨਾ ਕਿਸੇ ਮੋੜ ਦੇ ਉੱਤੇ ਜਾ ਕੇ ਇਹ ਕਿਸਾਨੀ ਮਸਲਾ ਹੱਲ ਹੋਊਗਾ। ਤੇ ਬਾਕੀ ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੈਨੂੰ ਏਦਾਂ ਜਾਪਦਾ ਵੀ ਭਾਈ ਜਿਹੜੇ ਇਹ ਵਾਰ ਵਾਰ ਕੋਈ ਫੈਸਲੇ ਕੀਤੇ ਜਾ ਰਹੇ ਆ ਇਸ ਪ੍ਰਸੰਗ ਦੇ ਵਿੱਚ ਹੀ ਹੋਣਗੇ। ਬਿਲਕੁਲ ਬਿਲਕੁਲ ਸਹੀ ਗੱਲ। ਉਧਰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉਹਨਾਂ ਨੇ ਕੇਜਰੀਵਾਲ ਨੂੰ ਕਹਿੰਦੇ ਜੀ ਇਹ ਤਾਂ ਬਰਸਾਤੀ ਡੱਡੂ ਹੈ, ਜਦੋਂ ਬਰਸਾਤ ਪੈਂਦੀ ਉਦੋਂ ਹੀ ਟਣ ਟਣ ਕਰਦਾ, ਉਹਨੂੰ ਨਹੀਂ ਬੋਲਦਾ। ਬਿਲਕੁਲ ਦੇਖੋ ਜਿਸ ਤਰੀਕੇ ਦੇ ਨਾਲ ਹਰਸਿਮਰਤ ਕੌਰ ਬਾਦਲ ਹੋਈ ਵਾਰ ਵਾਰ ਇਹ ਗੱਲ ਕਹਿੰਦੇ ਜੀ ਕਿ ਅਸੀਂ ਤਾਂ ਦੇਸ਼ ਦੀ ਸੇਵਾ ਦੇ ਲਈ ਸੂਬੇ ਦੀ ਸੇਵਾ ਦੇ ਲਈ ਆਪਣੀਆਂ ਜਾਨਾਂ ਦੀ ਵੀ ਪਰਵਾਹ ਕਰਨ ਵਾਲੇ ਨਹੀਂ ਹੈ, ਜਿਹੜੇ ਸਾਡੇ ਸਮਰਥਕ ਉਹਨਾਂ ਨੇ ਦਿਨ ਰਾਤ ਇਹ ਕੀਤਾ ਹਮੇਸ਼ਾ ਹੀ, ਤੇ ਸਾਨੂੰ ਲੋਕ ਬਹੁਤ ਪਿਆਰ ਕਰਦੇ ਆ, ਇਹਦਾ ਪਤਾ ਲੱਗ ਜਾਣਾ ਜੀ ਵੋਟਾਂ ਦੇ ਵਿੱਚ ਵੀ ਕੌਣ ਕਿਹਨੂੰ ਕਿੰਨਾ ਪਿਆਰ ਕਰਦਾ। ਪਰ ਕੱਲ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਰਵਿੰਦ ਕੇਜਰੀਵਾਲ ਆ ਜਿਹੜੇ ਉਹ ਹੈਗੇ ਬਰਸਾਤੀ ਡੱਡੂ, ਤੇ ਜਿਵੇਂ ਮੀਂਹ ਦੇ ਵਿੱਚ ਬਾਹਰ ਨਿਕਲਦੇ ਡੱਡੂ ਗੜੈ 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 ਕਰਦੇ ਤੇ ਉਸ ਤੋਂ ਬਾਅਦ ਗਾਇਬ ਹੋ ਜਾਂਦੇ ਆ, ਇਹ ਕੇਜਰੀਵਾਲ ਦਾ ਹਾਲ ਉਹ ਆ। ਉਹਨਾਂ ਨੇ ਇਹ ਗੱਲ ਕਹੀ ਵੀ ਕੇਜਰੀਵਾਲ ਪੰਜਾਬ ਦੇ ਵਿੱਚ ਆਉਂਦੇ ਤਾਂ ਪੰਜਾਬ ਦੀ ਗੱਲ ਕਰ ਜਾਂਦੇ ਆ, ਤੇ ਵਾਪਸ ਦਿੱਲੀ ਜਾਂਦੇ ਤੇ ਦਿੱਲੀ ਦੀ ਗੱਲ ਕਰ ਦਿੰਦੇ ਆ, ਤੇ ਇਸ ਬੰਦੇ ਦਾ ਕੋਈ ਭਰੋਸਾ ਨਹੀਂ, ਕੋਈ ਦੀਨ ਇਮਾਨ ਨਹੀਂ। ਨਾ ਹੀ ਉਹਨਾਂ ਨੇ ਗੱਲ ਕਹੀ ਹੈ ਵੀ ਅਰਵਿੰਦ ਕੇਜਰੀਵਾਲ ਆ ਜਿਹੜਾ ਇਹ ਉਹ ਬੰਦਾ ਵੀ ਜਿਹਨੂੰ ਪੰਜਾਬ ਦੇ ਵਿੱਚ ਆਪਣਾ ਕੋਈ ਸੀਐਮ ਚਿਹਰਾ ਹੀ ਨਹੀਂ ਲੱਭਦਾ। ਭਗਵੰਤ ਮਾਨ ਇਸ ਗੱਲੋਂ ਗੁੱਸੇ ਵੀ ਮੈਨੂੰ ਸੀਐਮ ਕੈਂਡੀਡੇਟ ਕਿਉਂ ਨੀ ਬਣਾਉਂਦੇ, ਤੇ ਕੇਜਰੀਵਾਲ ਕਹਿੰਦਾ ਅਸੀਂ ਇੱਕ ਬਹੁਤ ਵਧੀਆ ਸ਼ਖਸੀਅਤ ਦੇਵਾਂਗੇ ਦੇਵਾਂਗੇ ਵੋਟਾਂ ਤੋਂ ਬਾਅਦ। ਉਹਨਾਂ ਨੇ ਇਹ ਗੱਲ ਕਹੀ ਵੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਵਾਰੀ ਵਿਰੋਲਾ ਦਾ ਉੱਠਿਆ ਸੀ, ਹੁਣ ਇਹਨਾਂ ਦਾ ਕੋਈ ਆਧਾਰ ਨਹੀਂ, ਹੁਣ ਇਹਨਾਂ ਦਾ ਕੋਈ ਵਜੂਦ ਨਹੀਂ, ਤੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਸਿਰਫ ਗੱਲਾਂ ਚ ਗਈ ਹੈ। ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਰਵਿੰਦ ਕੇਜਰੀਵਾਲ ਦੇ ਬਾਰੇ ਲੋਕ ਸਮਝ ਲੈਣ ਵੀ ਦਿੱਲੀ ਦੇ ਵਿੱਚ ਭੂਗੋਲਿਕ ਹਾਲਾਤ ਹੋਰ ਆ, ਉੱਥੇ ਤਾਂ ਚਲੋ ਇੱਕ ਮਹੱਲੇ ਵਾਲੀ ਗੱਲ ਆ ਵੀ ਇੱਥੇ ਸਰਕਾਰ ਬਣਾ ਲਈ, ਪਰ ਪੰਜਾਬ ਦੀ ਜਿਹੜੀ ਕਿਸਾਨੀ ਆ, ਪੰਜਾਬ ਦੇ ਜਿਹੜੇ ਹੋਰ ਮਸਲੇ ਆ, ਉਹ ਹੋਰ ਤਰ੍ਹਾਂ ਦੀ ਗੱਲ ਆ। ਇਸ ਕਰਕੇ ਕੇਜਰੀਵਾਲ ਵਰਗੇ ਬੰਦੇ ਜਿਹੜੇ ਉਹ ਅਸਲੀ ਬਟੇਰਿਆਂ ਵਰਗੇ ਆ, ਬਰਸਾਤੀ ਡੱਡੂਆਂ ਵਰਗੇ ਆ, ਇਹਨਾਂ ਦੇ ਉੱਤੇ ਕੋਈ ਅਗਲੀ ਤਰੀਕ ਦੇ ਵਿੱਚ ਯਕੀਨ ਨਹੀਂ ਕਰਦਾ। ਉਧਰ ਦੂਜੇ ਪਾਸੇ ਪਤਾ ਲੱਗਾ ਜੀ ਸਿੰਘੂ ਤੇ ਫੜਿਆ ਇੱਕ ਨਕਲੀ ਨਿਹੰਗ ਦਾ ਕਾਰਾ ਸਾਹਮਣੇ ਆਇਆ, ਉਹ ਕੀ ਆ ਨਵਾਂ ਕਾਰਾ? ਹਾਂ ਬਿਲਕੁਲ ਜੀ, ਇਹ ਬੜੀ ਹੈਰਾਨੀਜਨਕ ਤੇ ਦੁੱਖ ਵਾਲੀ ਖਬਰ ਆ ਜਿਹੜੀ ਸਾਹਮਣੇ ਆਈ ਆ। ਉਹਦਾ ਕਾਰਨ ਇਹ ਹੈ ਜੀ ਕਿ ਹਰ ਰੋਜ਼ ਕੋਈ ਨਾ ਕੋਈ ਨਿਹੰਗ ਸਿੰਘਾਂ ਦੇ ਬਾਰੇ ਉੱਥੋਂ ਖਬਰ ਆਉਂਦੀ ਹੈ, ਜਿਹੜੀ ਕਿ ਢਾਹ ਲਾਉਣ ਦਾ ਕੰਮ ਕਰਦੀ ਹੈ ਕਿਸਾਨ ਅੰਦੋਲਨ ਨੂੰ, ਲੋਕਾਂ ਦੇ ਮਨਾਂ ਵਿੱਚ ਭੰਬਲ ਭੂਸਾ ਪੈਦਾ ਕਰਦੀ ਹੈ। ਵੈਸੇ ਅਸੀਂ ਗੁਰੂ ਦੀਆਂ ਫੌਜਾਂ ਦਾ ਸਤਿਕਾਰ ਕਰਦੇ ਹਾਂ,
पर जो मैं बाकी सारे खेत्र सारे पासे चंगे लोग नहीं 100% लोग तो किसी भी खेत्र चंगे नहीं है ना पत्रकारी च ना लीडर च ना इस डॉक्टर ना किसी होर कामकाज निहंग सिंह जथेबंधकों के भी 100% लोग चंगे होने बाणा पा के यही गल मेरा ख्याल भी ठीक नहीं हैगी क्योंकि बाणा देने तो पहला बंदे के किरदार बारे बंदे के आचरण के बारे चंगी तरह पछाण होनी चाहिए है भी ओदा की किरदार है ओदा की करदा हुण मैं कल एक निहंग सिंह की इंटरव्यू सुनी उन्हें बड़ी वधिया गल कही वह कहना जी कोई बेड़ा सीगा जो कोई बंदा कहना सी कि मैनू अपने दल दे विच रख लो मैनू निहंग सिंह जथेबंदी नाल जोड़ लो वो तो साल डेढ़ साल तां लगातार घोड़िया की सेवा करवाई जाती ओनू गतका सिखाया जाता सी ओनू गुरबाणी सिखाई जाती सी ओनू कह जाता सी कि इस तरीके दे नाल तू अनुशासन दे विच रहना आ तेरे नियम ते शर्तां आ तेरी जिंदगी दा सिद्धांत होना चाहिए जब ओदे ते पक्का भरोसा बन जाता सी ते फिर ओनू बाणा दिता जाता सी भी हुण आ बाणा पा ला पर अज हालात यह बने पए आ भी भाई अज कोई साडे कोले आउंदा ते कल नूं असीं बाणा फड़ा दिंदे ते बाद दे विच बाणे नूं दागी कर दिंदा गल उहनां दी सही आ क्योंकि कल सिंघू बार्डर के उत्ते एक निहंग सिंह बाणे दे विच बंदा फड़िया उस बंदे ने उत्थों दी जिहड़ा सिंघू बार्डर के उत्ते एक प्रवासी मजदूर आ बिहार का वो अपनी रेहड़ी के उत्ते रिक्शे के उत्ते ते मुर्गियां सप्लाई करन दा कम करदा वो एक दुकान के उत्ते कम करदा आले दुआले के पिंडां दे विच मुर्गियां सप्लाई करदा उहनूं एक निहंग सिंह रोक लैंदा कहिंदा मैनूं एक मुर्गी दे वो कहिंदा वी मैं नहीं दे सकदा मैनू कली कली मुर्गी का हिसाब देना पैंदा ते आ देख लो परची ये परची उत्ते सब लिखा भी किन्ने किथे मुर्गे मुर्गियां पतौने किन्ने किथे वो कहिंदा ना मुर्गा दे पहला एक नहीं तां फिर मैं तेरी लत्त तोड़ दी उहने दित्ता नहीं ते इस निहंग सिंह ने सुट का मार मार के लत्त तोड़ती उस तो बाद लोग कट्ठे हो गए उस तो बाद आले दुआले के होर बंदे आ गए ते फिर वह निहंग सिंह जिहड़े असली वह भी इत्थे पहुंच गए यह रौला वध गया इत्थे भी भाई जत्त निहंग सिंह का कोई ना कोई नवा कांड फिर इहदी सारी तलाशी लई गई तो पुछया गया भी भाई तू कौन आ किवें आ कित्थों आ पूरे बाणे दे विच सीगा अमृत दा छकिया होया सीगा ते इह बंदे ने फिर दस्सिया जी कहिंदा मैं तां कुछ कु दिन पहला ही निहंग सिंह बनिया ते कित्थों दा किहड़े ग्रुप दा किहड़े दल दा कहिंदा जी मैं तां बाबा अमनदीप सिंह दे दल दा ते बाबा अमनदीप उही जिहड़ा कि तोमर नूं टकिया आ पिछले रणी बाबा अमनदीप उही जिहदे उत्ते नशे परचे दर्ज आ जी बाबा अमनदीप उही है जिहदे बारे नित नवे पुआड़ की गल सामने आउंदी है सो यह बंदा उस ग्रुप का है हुण जिहड़ियां उत्थे निहंग सिंह जथेबंदियां जिन्नियां बैठियां 8-9 जथेबंदियां उन्हां सारिया ने बाबा अमनदीप का बाइकाट करता उहनूं कहिंदे वी भरावा रब का वास्ता तू इत्थों चला जा ते इह गल कही उन्होंने कि साडा इहदे नाल कोई संबंध नहीं गा ये इत्थों जावे ना जावे रवे ना रवे साडे नाल इहदा एक पैसे का कोई संबंध नहीं गा जिथों सानू सारिआं नूं बदनाम इहदे वल्लों कीता जा रहा कदे कोई कांड कदे कोई कांड फिर उन्हां जथेबंदियां ने इह वी गल कही है वी इह कहिंदा जी मैं तां तोमर नूं मिलन गया सी बेअदबियां दे खिलाफ ते सानू तां कदे पुछ के नहीं गया सानू कदे दस के नहीं गया असीं वी तस्वीरां ही देखियां अखबारां दे विच वी इह किसे किथे आ कुड़दा पाउंदा फिरदा उन्हां जथेबंदियां ने इह गल कही है वी इहदी कोई आपदी जथेबंदी नहीं हैगी ਇਹ ਤਾਂ ਬਾਬਾ ਮਾਨ ਸਿੰਘ ਦੀ ਜਥੇਬੰਦੀ ਦੇ ਵਿੱਚ ਸ਼ਾਮਿਲ ਆ ਤੇ ਬਾਬਾ ਮਾਨ ਸਿੰਘ ਹਜ਼ੂਰ ਸਾਹਿਬ ਗਏ ਹੋਏ ਤੇ ਮਗਰੋਂ ਇਹ ਆਹ ਕੁਝ ਕਰੀ ਜਾਂਦਾ ਤੇ ਜਿਹੜਾ ਕੱਲ੍ਹ ਨਿਹੰਗ ਸਿੰਘ ਨਕਲੀ ਫੜਿਆ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਉਹਦੀ ਸਾਰੀ ਤਲਾਸ਼ੀ ਲਈ ਗਈ ਆ ਉਹਦੇ ਬੈਂਕ ਅਕਾਊਂਟ ਦੇ ਵਿੱਚ ਕਿੱਥੋਂ ਪੈਸੇ ਆਉਂਦੇ ਕਿਵੇਂ ਆਉਂਦੇ ਆ ਇਹ ਸਾਰੀ ਗੱਲ ਦੀ ਪੜਤਾਲ ਕੀਤੀ ਗਈ ਮਤਲਬ ਇਹ ਆ ਵੀ ਸਿੰਘੂ ਸਰਹੱਦ ਦੇ ਉੱਤੇ ਇਹੋ ਜਿਹੇ ਕਾਂਡ ਵੀ ਹੋ ਰਹੇ ਟੈਨਾ ਸਿੰਘ ਖਬਰਾਂ ਹੋਰ ਵੀ ਬਹੁਤ ਨੇ ਪਰ ਇੱਕ ਖਬਰ ਜਿਹੜੀ ਵੱਖਰੀ ਜੀ ਆ ਇੱਕ ਮਿੰਟ ਦੇ ਵਿੱਚ ਹੀ ਪੁੱਛਣੀ ਹੈ ਕਿਉਂਕਿ ਸਮਾਂ ਥੋੜਾ ਹੈ ਸੋਸ਼ਲ ਮੀਡੀਆ ਤੇ ਇੱਕ ਗੱਲ ਘੁੰਮ ਰਹੀ ਹੈ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 220 ਵੋਲਟੇਜ ਵਾਲੇ ਖੰਭੇ ਦੇ ਉੱਤੇ ਸਿਖਰ ਦੇ ਉੱਤੇ ਪਹੁੰਚੇ ਹੋਏ ਨੇ ਕੀ ਕਰਦੇ ਨੇ ਚੰਨੀ ਸਾਹਿਬ ਘਰ ਘਰ ਬਿਜਲੀ ਪਹੁੰਚਾ ਰਹੇ ਨੇ ਤਾਂ ਬਿਲਕੁਲ ਜੀ ਜਿਹੜੀ ਤਾਂ ਮੈਂ ਜਾਣਕਾਰੀ ਪੜ੍ਹੀ ਹੈ ਕਿਉਂਕਿ ਉਸ ਤਸਵੀਰ ਦੇ ਥੱਲੇ ਇਹ ਲਿਖਿਆ ਹੋਇਆ ਵੀ ਟਿਊਬਵੈਲਾਂ ਦੇ ਕਨੈਕਸ਼ਨ ਜਿਹੜੇ ਕੱਟੇ ਗਏ ਆ ਉਹਨਾਂ ਨੂੰ ਜੋੜਨ ਦਾ ਕੰਮ ਚਰਨਜੀਤ ਸਿੰਘ ਚੰਨੀ ਆਪ ਹੀ ਕਰਦੇ ਹੋਏ ਸੋ ਗੱਲ ਇਹ ਵੀ ਪਿਛਲੇ ਦਿਨ ਚੰਨੀ ਨੇ ਕਿਹਾ ਸੀ ਕਿ ਜਿਹੜੇ ਕੱਟੇ ਹੋਏ ਕਨੈਕਸ਼ਨ ਆ ਨਾ ਉਹਨਾਂ ਨੂੰ ਮੈਂ ਆਪਦੇ ਹੱਥੀ ਜੋੜੂੰਗਾ
ਇਸ ਲੜੀ ਦੇ ਵਿੱਚ ਸ਼ਾਇਦ ਉਹਨਾਂ ਵੱਲੋਂ ਇਹ ਕੁਝ ਕੀਤਾ ਗਿਆ ਹੋਵੇ। ਸੋ ਇਸ ਫੋਟੋ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਵਾਇਰਲ ਕੀਤਾ ਗਿਆ ਵੀ ਇੱਕ ਮੁੱਖ ਮੰਤਰੀ ਉਹ ਆ ਜਿਹੜਾ ਫਿਰ ਘਰ ਦੇ ਵਿੱਚੋਂ ਨਿਕਲਦਾ ਵੀ ਸੀ, ਇੱਕ ਮੁੱਖ ਮੰਤਰੀ ਉਹ ਜਿਹੜਾ ਖੰਭੇ 'ਚ ਚੜ ਗਿਆ। ਸੋ ਇਹ ਦੱਸਿਆ ਗਿਆ ਵੀ ਭਾਈ ਇਹ ਫਰਕ ਦੋਵਾਂ ਦੇ ਵਿੱਚ ਕੀ ਆ। ਸੋ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨੰਬਰ ਹਾਲ ਦੀ ਘੜੀ ਚੰਗੇ ਆ, ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ। ਚਰਨਜੀਤ ਸਿੰਘ ਚੰਨੀ ਹੋਰੀ ਮੇਰਾ ਖਿਆਲ ਵੀ ਹਾਲੇ ਡੇਢ ਮਹੀਨਾ ਪੂਰਾ ਨਹੀਂ ਹੋਇਆ ਉਹਨਾਂ ਦਾ, ਪਰ ਉਹਨਾਂ ਨੇ ਲੋਕਾਂ ਦੇ ਮਨ ਦੇ ਵਿੱਚ ਥਾਂ ਤਾਂ ਹਾਲ ਦੀ ਘੜੀ ਚੰਗੀ ਬਣਾਈ ਆ, ਆਪਦੀ ਸਾਦਗੀ ਦੇ ਕਰਕੇ, ਆਪਦੇ ਕੰਮ ਦੇ ਕਰਕੇ, ਤੇ ਬਾਕੀ ਮੁੱਦੇ ਬਹੁਤ ਵੱਡੇ ਆ ਤੇ ਜਿਹੜੇ ਮਸਲੇ ਵਾਲੇ ਕਰਕੇ ਤੇ ਕੈਪਟਨ ਨੂੰ ਲਾਇਆ ਗਿਆ ਉਹ ਮਸਲੇ ਹੱਲ ਵੀ ਹੋਣ ਤੇ ਅਸੀਂ ਇਹਦੀ ਕਾਮਨਾ ਕਰਦੇ। ਬਿਲਕੁਲ ਸਹੀ ਗੱਲ ਆ ਤੁਹਾਡੀ, ਪਰ ਇੱਕ ਮੁੱਖ ਮੰਤਰੀ ਦੇ ਹੁੰਦੇ ਚੰਨੀ ਸਾਹਿਬ ਦੇ ਇਹ ਕੰਮ ਵੀ ਮੈਨੂੰ ਲੱਗਦਾ ਕਾਹਲੀ ਚਲਾਏ ਹੋਏ ਕਦਮ ਨੇ, ਕਿਉਂਕਿ ਇਹਦੇ ਪਿੱਛੇ ਪੂਰਾ ਡਿਪਾਰਟਮੈਂਟ ਆ, ਹੋਰ ਬੜੇ ਲੋਕ ਨੇ ਜਿਹੜੇ ਇਹਨਾਂ ਕੰਮ ਕਰਦੇ ਨੇ। ਚੰਨੀ ਸਾਹਿਬ ਨੂੰ ਆਪਣੇ ਜਿਹੜੇ ਫੈਸਲੇ ਨੇ ਉਹਨਾਂ ਦੇ ਉੱਤੇ ਧਿਆਨ ਦੇਣ, ਉਹ ਜ਼ਿਆਦਾ ਵਧੀਆ ਤਾਂ ਕਿ ਲੋਕਾਂ ਨੂੰ ਰੁਜ਼ਗਾਰ ਵੀ ਮਿਲੇ। ਇਹ ਕੱਲ ਇਹ ਨਾ ਵੀ ਖੰਭਿਆਂ ਦੇ ਉੱਤੇ ਆਪ ਚੜਨ ਲੱਗੇ ਲੋਕ ਬੇਰੁਜ਼ਗਾਰ ਵੀ ਹੋਣ, ਇਹ ਵੀ ਕਹਿਣਗੇ ਲੋਕ। ਫਿਰ ਬਹੁਤ ਬਹੁਤ ਸ਼ੁਕਰੀਆ ਟਹਿਣਾ ਸਾਹਿਬ ਤੁਹਾਡਾ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਫਿਰ ਅਗਲੇ ਹਫ਼ਤੇ ਮਿਲਣ ਦੇ ਵਾਅਦੇ ਨਾਲ ਸਤਿ ਸ੍ਰੀ ਅਕਾਲ ਜੀ, ਮਿਹਰਬਾਨੀ ਸ਼ੁਕਰੀਆ। ਸੋ ਦੋਸਤੋ, ਇਹ ਸੀ ਸਵੰਤ ਸਿੰਘ ਟਹਿਣਾ ਜਲੰਧਰ ਤੋਂ ਸਾਡੇ ਨਾਲ ਜੁੜੇ ਸੀ। ਅਗਲਾ ਪ੍ਰੋਗਰਾਮ ਲੈ ਕੇ ਚੱਲਦੇ ਹਾਂ ਜੀਤ ਕਦਮ ਵਾਲੇ ਦੇ ਨਾਲ, ਬੋਲ ਪੰਜਾਬੀ ਤੇ ਢੋਲ ਪੰਜਾਬੀ ਦੇ ਵਿੱਚ। ਹੁਣ ਮੈਨੂੰ ਦਿਓ ਇਜਾਜ਼ਤ, ਫਿਰ ਮਿਲਣ ਦੇ ਵਾਅਦੇ ਨਾਲ ਲੰਨਿਆ ਤੁਹਾਡੇ ਕੋਲ ਇਜਾਜ਼ਤ। ਸਤਿ ਸ੍ਰੀ ਅਕਾਲ ਦੋਸਤੋ।